ਡਾਕਟਰ ਐਸ ਐਸ ਜੌਲ ਦੀ ਪੁਸਤਕ ਰੰਗਾਂ ਦੀ ਗਾਗਰ ਦਾ ਤੀਸਰਾ ਲੇਖ ਕਾਲਜ ਦੀ ਬਹਾਰ। ਮੈਟ੍ਰਿਕ ਦਾ ਇਮਤਿਹਾਨ ਪਾਸ ਕਰਕੇ ਮੈਂ ਅਕਤੂਬਰ 1948 ਵਿੱਚ ਗਵਰਨਮੈਂਟ ਐਗਰੀਕਲਚਰ ਕਾਲਜ ਵਿੱਚ ਦਾਖਲ ਹੋ ਗਿਆ, ਜੋ ਉਸ ਵਕਤ ਕਿਰਾਏ ਦੀ ਬਿਲਡਿੰਗ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸੀ। ਪ੍ਰੈਕਟੀਕਲ ਕਲਾਸਾਂ ਵੀ ਖਾਲਸਾ ਕਾਲਜ ਦੇ ਫਾਰਮ 'ਤੇ ਹੀ ਲੱਗਦੀਆਂ ਸਨ। ਇਹ ਕਾਲਜ ਲਾਇਲਪੁਰ ਤੋਂ ਜੁਦਾ ਹੋ ਕੇ ਬਟਵਾਰੇ ਦੇ ਨਤੀਜੇ ਵਜੋਂ ਇੱਧਰਲੇ ਪੰਜਾਬ 'ਚ ਨਵੇਂ ਸਿਰਿਓਂ ਸ਼ੁਰੂ ਕੀਤਾ ਸੀ। ਕਿਉਂਕਿ ਮੇਰੇ ਮੈਟ੍ਰਿਕ ਦੇ ਨੰਬਰ ਚੰਗੇ ਸਨ, ਇਸ ਲਈ ਦਾਖਲੇ 'ਚ ਕੋਈ ਦਿੱਕਤ ਪੇਸ਼ ਨਹੀਂ ਸੀ ਆਈ। ਸਰਦਾਰ ਬਿਸ਼ਨ ਸਿੰਘ ਸਮੁੰਦਰੀ ਉਦੋਂ ਐਗਰੀਕਲਚਰ ਦੇ ਇੰਚਾਰਜ ਸਨ। ਉਹਨਾਂ ਮੈਨੂੰ ਸਵਾਲ ਕੀਤਾ, ਕਣਕ ਕਦੋਂ ਬੀਜੀਦੀ ਹੈ? ਮੈਂ ਜਵਾਬ ਦਿੱਤਾ ਕਿ ਇਕੱਤੇ ਦੇ ਮਹੀਨੇ 'ਚ। ਨਾਲ ਦੇ ਇੱਕ ਪ੍ਰੋਫੈਸਰ ਨੇ ਸਵਾਲ ਕੀਤਾ, ਅੰਗਰੇਜ਼ੀ ਮਹੀਨਾ ਕਿਹੜਾ ਹੁੰਦਾ? ਸਰਦਾਰ ਸਮੁੰਦਰੀ ਨੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਕਿਹਾ, ਜੱਟਾਂ ਨੂੰ ਅੰਗਰੇਜ਼ੀ ਮਹੀਨੇ ਨਹੀਂ ਪੁੱਛੀਦੇ ਪ੍ਰੋਫੈਸਰ ਸਾਹਿਬ। ਫਟਾਫਟ ਜੇਬ 'ਚੋਂ ਪੱਤਿਆਂ ਦੀ ਮੁੱਠ ਕੱਢ ਕੇ ਮੈਨੂੰ ਪੁੱਛਣ ਲੱਗੇ, ਆਹ ਕੀ ਹੈ? ਮੈਂ ਜਵਾਬ ਦਿੱਤਾ ਕਿ ਟਾਹਲੀ ਦੇ ਪੱਤੇ ਹਨ। ਇਹੀ ਇੰਟਰਵਿਊ ਸੀ, ਮੈਨੂੰ ਦਾਖਲ ਕਰ ਲਿਆ ਗਿਆ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਸ਼ਹਿਰੀ ਮੁੰਡਿਆਂ ਵਿੱਚੋਂ ਕਿਸੇ ਨੇ ਵੀ ਟਾਹਲੀ ਦੇ ਪੱਤੇ ਨਹੀਂ ਸੀ ਪਛਾਣੇ। ਇਸ ਤੋਂ ਪਹਿਲਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਾਲਿਆਂ ਮੈਨੂੰ ਦਾਖਲੇ ਦੀ ਪੇਸ਼ਕਸ਼ ਕੀਤੀ ਅਤੇ ਫੀਸਾਂ ਮਾਫ਼ ਕਰਨ ਦਾ ਵੀ ਵਾਅਦਾ ਕੀਤਾ। ਇਸ ਕਾਲਜ ਵਿੱਚ ਨੇੜੇ ਹੋਣ ਕਰਕੇ ਘਰੋਂ ਆਸਾਨੀ ਨਾਲ ਅਤੇ ਗੱਡੀ ਆ ਕੇ ਜਾਇਆ ਜਾ ਸਕਦਾ ਸੀ, ਪਰ ਪਿਤਾ ਜੀ ਨੂੰ ਇਹ ਪੜ੍ਹਾਈ ਪਸੰਦ ਨਹੀਂ ਸੀ। ਉਹਨਾਂ ਦਾ ਖਿਆਲ ਸੀ ਕਿ ਖੇਤੀ ਦੀ ਡਿਗਰੀ BSc ਐਗਰੀਕਲਚਰ ਪਾਸ ਕਰਕੇ ਨੌਕਰੀ ਚੰਗੀ ਮਿਲ ਜਾਂਦੀ ਹੈ, ਨਹੀਂ ਤਾਂ ਸਰਕਾਰ ਉੱਨਤ ਖੇਤੀ ਲਈ ਜ਼ਮੀਨ ਦੇ ਦਿੰਦੀ ਹੈ। ਦਰਅਸਲ ਸਾਡੇ ਗੁਆਂਢ ਵਿੱਚ ਇੱਕ ਜ਼ੈਲਦਾਰ ਸੀ ਜਿਹਨੂੰ ਬਾਰ ਵਿੱਚ ਇਸ ਖੇਤੀਬਾੜੀ ਦੀ ਡਿਗਰੀ ਪਾਸ ਕਰਨ 'ਤੇ 2 ਮੁਰੱਬੇ 50 ਏਕੜ ਜ਼ਮੀਨ ਅੰਗਰੇਜ਼ਾਂ ਵੱਲੋਂ ਮਿਲੀ ਸੀ ਅਤੇ ਉਸ ਜ਼ਮੀਨ ਦੇ ਵੱਟੇ ਇੱਧਰ ਉਹਦੀ ਜ਼ਮੀਨ ਉੱਥੇ ਉਸੇ ਪਿੰਡ ਮਿਲੀ ਸੀ ਜਿੱਥੇ ਅਸੀਂ ਆਰਜ਼ੀ ਤੌਰ 'ਤੇ ਬੈਠੇ ਸਾਂ। ਇਸ ਕਰਕੇ ਐਗਰੀਕਲਚਰ ਕਾਲਜ ਨੂੰ ਅਸੀਂ ਤਰਜੀਹ ਦਿੱਤੀ। ਬਟਵਾਰੇ ਤੋਂ ਬਾਅਦ ਮੇਰੇ ਕਾਲਜ ਵਿੱਚ ਦਾਖਲਾ ਲੈਣ ਤੱਕ ਸਾਡੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਇਸ ਆਸ 'ਤੇ ਕਿ ਛੇਤੀ ਫਸਲ ਦੀ ਆਮਦਨ ਆਉਣੀ ਸ਼ੁਰੂ ਹੋ ਜਾਏਗੀ, ਅਸੀਂ ਜੋ ਘਰ 'ਚ ਸੋਨੇ ਦੇ ਗਹਿਣੇ ਸਨ ਵੇਚ ਕੇ ਦਾਖਲੇ ਜੋਗੇ ਪੈਸੇ ਕਰ ਲਏ। ਮੇਰੇ ਪਿਤਾ ਨੂੰ ਸ਼ਾਇਦ ਸਕੂਲ ਦੇ ਹੈੱਡਮਾਸਟਰ ਨਾਲ ਵਾਹ ਪੈਣ ਦਾ ਤਲਖ ਤਜਰਬਾ ਸੀ, ਜਿਸ ਨੇ ਵਿਗਾਰ ਕਰਨ ਅਤੇ ਬੇਨਤੀ ਕਰਨ 'ਤੇ ਵੀ ਮੇਰੀ ਫੀਸ ਨਹੀਂ ਸੀ ਮਾਫ਼ ਕੀਤੀ। ਉਹ ਕਿਸੇ ਤੋਂ ਕੁਝ ਵੀ ਮੰਗਣ ਵਿੱਚ ਯਕੀਨ ਨਹੀਂ ਸਨ ਰੱਖਦੇ। ਇਸ ਸਵੈ ਮਾਣ ਨੇ ਮੇਰੀ ਜ਼ਿੰਦਗੀ ਨੂੰ ਕਾਫ਼ੀ ਸਡੋਲ ਦਿਸ਼ਾ ਬਖਸ਼ੀ ਹੈ। ਖੈਰ, ਛੇਤੀ ਮੈਨੂੰ ਮੈਰਿਟ ਸਕਾਲਰਸ਼ਿਪ ਮਿਲ ਗਿਆ ਜੋ 20 ਰੁਪਏ ਮਹੀਨਾ ਸੀ। ਸਰਕਾਰੀ ਕਰਜ਼ਾ ਵੀ ਪੜ੍ਹਨ ਵਾਸਤੇ ਮਿਲ ਗਿਆ ਜੋ 40 ਰੁਪਏ ਮਹੀਨਾ ਸੀ। ਇਸ ਤਰ੍ਹਾਂ 60 ਰੁਪਏ ਮਹੀਨਾ ਮੇਰੇ ਲਈ ਕਾਫ਼ੀ ਸੀ ਜੋ ਫੀਸਾਂ, ਹੋਸਟਲ ਦਾ ਖਰਚਾ ਆਦਿ ਪੂਰਾ ਕਰ ਦਿੰਦਾ ਸੀ। ਇਸ ਤੋਂ ਬਾਅਦ ਮੈਂ ਘਰੋਂ ਪੈਸੇ ਨਹੀਂ ਲਏ। ਕਈ ਵਾਰੀ ਸੋਚਦਾ ਕਿ ਜੇ ਪਾਕਿਸਤਾਨ ਨਾ ਬਣਦਾ ਤਾਂ ਸ਼ਾਇਦ ਮੈਂ 10ਵੀਂ ਜਮਾਤ ਪਾਸ ਕਰਕੇ ਕਿਤੇ ਪਟਵਾਰੀ ਜਾਂ ਕਲਰਕ ਹੀ ਲੱਗਣਾ ਸੀ। ਇਸ ਤੋਂ ਅੱਗੇ ਤਾਂ ਮੇਰੀ ਜਾਂ ਘਰਦਿਆਂ ਦੀ ਸੋਚ ਵੀ ਨਹੀਂ ਸੀ। ਬਟਵਾਰਾ ਹੋਣ ਨਾਲ ਹਾਲਾਤ ਵਿੱਚ ਜੋ ਤਬਦੀਲੀ ਆਈ, ਉਸੇ ਕਰਕੇ ਸ਼ਾਇਦ ਮੈਂ ਆਪਣੀ ਉੱਚ ਵਿੱਦਿਆ ਪ੍ਰਾਪਤ ਕਰ ਸਕਿਆ ਹਾਂ। ਸਾਡੇ ਪਿੰਡ ਦਾ ਕੋਈ ਵੀ ਮੁੰਡਾ ਜਾਂ ਜਮਾਤੀ 10ਵੀਂ ਤੋਂ ਅੱਗੇ ਨਹੀਂ ਟੱਪਿਆ ਸੀ। ਮੈਟ੍ਰਿਕ ਵੀ ਸ਼ਾਇਦ ਇੱਕ ਹਰੀਜਨਾਂ ਦੇ ਮੁੰਡੇ ਨੇ ਕੀਤੀ ਜੋ ਇੱਧਰ ਆ ਕੇ ਕਲਰਕ ਲੱਗ ਗਿਆ। ਉਹ ਬੜੀਆਂ ਬੜੀਆਂ ਉੱਚੀਆਂ ਫੂਕਾਂ ਛੱਡਦਾ ਹੁੰਦਾ ਸੀ, ਪਰ ਮੇਰੇ ਵੇਖਦੇ ਵੇਖਦੇ ਭ੍ਰਿਸ਼ਟਾਚਾਰ ਦੇ ਕਿਸੇ ਕੇਸ ਵਿੱਚ ਆਪਣੀ ਨੌਕਰੀ ਗੁਆ ਬੈਠਾ ਸੀ। ਆਜ਼ਾਦੀ ਮਿਲਣ ਤੋਂ ਤਕਰੀਬਨ 1.5 ਦਹਾਕੇ ਤੱਕ ਭ੍ਰਿਸ਼ਟ ਅਫਸਰ ਜਾਂ ਕਰਮਚਾਰੀ ਛੇਤੀ ਫੜੇ ਜਾਂਦੇ ਸਨ ਅਤੇ ਨੌਕਰੀ 'ਚੋਂ ਕੱਢ ਵੀ ਦਿੱਤੇ ਜਾਂਦੇ ਸਨ। ਹੁਣ ਤਾਂ ਬਹੁਤਾ ਕਰਕੇ ਭ੍ਰਿਸ਼ਟ ਅਫਸਰ ਕਰਮਚਾਰੀ ਵੱਧ ਤਰੱਕੀ ਕਰਦੇ ਨੇ। ਇਹ ਬਿਲਕੁਲ ਉਸੇ ਤਰ੍ਹਾਂ ਜੋ ਜੇ ਇੱਕ ਕਾਰ ਦਾ ਪੁਰਜ਼ਾ ਟਰੱਕ 'ਚ ਪਾ ਦਈਏ ਤਾਂ ਟੁੱਟ ਜਾਂਦਾ ਅਤੇ ਟਰੱਕ ਦਾ ਕਾਰ 'ਚ ਪਾਈਏ ਤਾਂ ਉਹ ਟੁੱਟ ਜਾਂਦਾ ਜਾਂ ਕੰਮ ਨਹੀਂ ਕਰਦਾ। ਆਜ਼ਾਦੀ ਵੇਲੇ ਇੰਜਣ ਇਮਾਨਦਾਰੀ ਦਾ ਸੀ, ਕਿਉਂਕਿ ਹਾਲੇ ਤਾਜ਼ੀ ਆਜ਼ਾਦੀ ਮਿਲੀ ਸੀ ਅਤੇ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਦੇ ਪਰਵਾਨੇ ਦੇਸ਼ ਭਗਤ ਹਾਲੇ ਜਿਉਂਦੇ ਸਨ ਅਤੇ ਬਹੁਤ ਸਨ। ਉਸ ਵੇਲੇ ਦੇ ਇਮਾਨਦਾਰ ਇੰਜਣ ਪ੍ਰਸ਼ਾਸਨ ਵਿੱਚ ਬੇਈਮਾਨ ਪੁਰਜ਼ਾ ਨਹੀਂ ਸੀ ਚੱਲ ਸਕਦਾ ਜਾਂ ਟੁੱਟ ਜਾਂਦਾ ਸੀ। ਹੌਲੀ ਹੌਲੀ ਸਾਡੇ ਸੋਸ਼ਲਿਜ਼ਮ ਵਿੱਚ ਬਾਕੀ ਚੀਜ਼ਾਂ ਵਸਤੂਆਂ ਵਾਂਗ ਹੀ ਪ੍ਰਸ਼ਾਸਨ ਵਿੱਚ ਵੀ ਨਿਘਾਰ ਆ ਗਿਆ ਅਤੇ ਸਾਰਾ ਇੰਜਣ ਹੀ ਬੇਈਮਾਨੀ ਦਾ ਬਣ ਗਿਆ। ਹੁਣ ਕੋਈ ਇਮਾਨਦਾਰ ਪੁਰਜ਼ਾ ਇਸ ਬੇਈਮਾਨ ਇੰਜਣ ਵਿੱਚ ਨਹੀਂ ਚੱਲ ਸਕਦਾ ਜਾਂ ਟੁੱਟ ਜਾਂਦਾ ਹੈ। ਬੋਲਬਾਲਾ ਹੀ ਬੇਈਮਾਨੀ, ਕੰਮ ਚੋਰੀ ਅਤੇ ਭ੍ਰਿਸ਼ਟਾਚਾਰ ਦਾ ਹੈ। ਤਰੱਕੀਆਂ ਵੀ ਇਹੋ ਲੋਕ ਕਰਦੇ ਨੇ, ਵੱਧਦੇ ਫੁੱਲਦੇ ਵੀ ਇਹੋ ਨੇ ਅਤੇ ਰਾਜਸੱਤਾ ਵੀ ਇਹਨਾਂ ਦੇ ਹੱਥ ਵਿੱਚ ਹੀ ਹੈ।
ਖੈਰ ਮੈਂ ਜ਼ਰਾ ਇੱਕ ਪਾਸੇ ਨੂੰ ਤਿਲਕ ਗਿਆ। ਵਾਪਸ ਆਉਂਦੇ ਹਾਂ। ਪਹਿਲੇ ਸਾਲ ਦੀ ਪੜ੍ਹਾਈ ਮੈਂ ਅੰਮ੍ਰਿਤਸਰ ਕੀਤੀ। ਕਾਲਜ ਦੀ ਜ਼ਿੰਦਗੀ ਇੰਨੀ ਸਾਦੀ ਸੀ ਕਿ ਅਸੀਂ ਸਾਰੇ ਫਾਂਟਾਂ ਵਾਲੇ ਪਜਾਮਿਆਂ ਨਾਲ ਹੀ ਕਲਾਸਾਂ 'ਚ ਜਾਂਦੇ ਹੁੰਦੇ ਸੀ। ਸਿਰਫ ਇੱਕ ਮੁੰਡਾ ਸੀ, ਅਜੀਤ ਰੰਧਾਵਾ, ਜੋ ਇੱਕ ਫੌਜੀ ਕਪਤਾਨ ਦਾ ਲੜਕਾ ਸੀ। ਪੈਂਟ ਪਾਉਂਦਾ ਹੁੰਦਾ ਸੀ ਅਤੇ ਸਾਰੇ ਮੁੰਡੇ ਉਹਨੂੰ ਮੁਖੌਲ ਕਰ ਰਿਹਾ ਕਰਦੇ ਸਨ। ਸਾਲ ਦੇ ਅਖੀਰ 'ਚ ਜਾ ਕੇ ਮੈਂ ਦੂਜਾ ਮੁੰਡਾ ਸੀ ਜਿਹਨੇ ਪੈਂਟ ਪਾਈ, ਉਹ ਵੀ ਮੇਰੇ ਫੌਜੀ ਚਾਚੇ ਦੀ, ਮਲੇਸ਼ੀਏ ਜਿਹੇ ਕੱਪੜੇ ਦੀ ਸੀ ਜੋ ਮੈਂ ਫਿੱਟ ਕਰਵਾ ਕੇ ਫਸਾਈ ਸੀ। ਪਾਈ ਨਹੀਂ ਕਿਹਾ ਜਾ ਸਕਦਾ ਸੀ ਕਿਉਂਕਿ ਭੋਲਾ ਜਿਹਾ ਫਿੱਟ ਨਹੀਂ ਸੀ। ਸਾਰੀ ਕਲਾਸ ਦੀ ਹੋਏ ਹੋਏ ਕਰ ਉੱਠੀ ਉਸ ਪੈਂਟ ਪਾਈ 'ਤੇ। ਅੱਜ ਦੇ ਜ਼ਮਾਨੇ 'ਚ ਅਜੀਬ ਜਿਹਾ ਲੱਗਦਾ ਜੇ ਮੈਂ ਇਹ ਕਹਾਂ ਕਿ BSC ਦੇ ਆਖਰੀ ਸਾਲ ਤੱਕ ਸਾਡੀ ਕਲਾਸ ਦੇ ਕਿਸੇ ਮੁੰਡੇ ਪਾਸ ਕੋਟ ਨਹੀਂ ਸੀ ਹੁੰਦਾ। ਸਵੈਟਰ ਕੋਟੀਆਂ ਨਾਲ ਚੰਗਾ ਭਲਾ ਗੁਜ਼ਾਰਾ ਹੋ ਜਾਂਦਾ ਸੀ। ਆਖਰ ਕਲਾਸਾਂ ਖਤਮ ਹੋਣ ਦੇ ਨੇੜੇ ਇੱਕ ਮੁੰਡੇ ਮਾਧੋ ਸਿੰਘ ਨੇ ਇੱਕ ਜ਼ਿਪ ਦੇ ਕਾਲਰਾਂ ਵਾਲਾ ਕੋਟ ਸਿਲਵਾ ਲਿਆ। ਸਾਡੀ ਅੱਧੀ ਕਲਾਸ ਨੇ ਫਾਈਨਲ ਵਿੱਚ ਉਸੇ ਕੋਟ ਨਾਲ ਆਪਣੀਆਂ ਫੋਟੋਆਂ ਖਿਚਵਾਈਆਂ। ਮੇਰੀ ਉਸ ਕੋਟ ਨਾਲ ਉਹ ਫੋਟੋ ਹਾਲੇ ਵੀ ਮੇਰੇ ਕੋਲ ਹੈ। ਸਿਰਫ ਫਾਰਮ ਅਤੇ ਪ੍ਰੈਕਟੀਕਲ ਵਾਸਤੇ ਜਿੱਥੋਂ ਸਾਥੋਂ ਆਸ ਰੱਖੀ ਜਾਂਦੀ ਸੀ ਕਿ ਖਾਕੀ ਨਿੱਕਰ ਕਮੀਜ਼ ਪਾਈਏ, ਦੋ ਚਾਰ ਸਾਦੇ ਕੱਪੜਿਆਂ ਨਾਲ ਜਿਸ ਵਿੱਚ ਦੋ ਪੈਂਟਾਂ ਜਾਂ ਪਜਾਮੇ ਅਤੇ ਦੋ ਕਮੀਜ਼ਾਂ ਹੀ ਕਾਫੀ ਹੁੰਦੀਆਂ ਸਨ, ਗੁਜ਼ਾਰਾ ਹੋ ਜਾਂਦਾ ਸੀ। ਕੱਪੜੇ ਦੀ ਘਾਟ ਕਦੀ ਮਹਿਸੂਸ ਨਹੀਂ ਸੀ ਹੋਈ। ਇਸ ਜ਼ਿੰਦਗੀ 'ਚੋਂ ਲੰਘ ਕੇ ਮੈਂ ਮਹਿਸੂਸ ਕਰਦਾ ਕਿ ਸਾਦੀ ਜ਼ਿੰਦਗੀ ਬਹੁਤ ਸੌਖੀ ਹੁੰਦੀ ਹੈ। ਬੰਦੇ ਦੀਆਂ ਅਸਲੀ ਜ਼ਰੂਰਤਾਂ ਬਹੁਤ ਥੋੜ੍ਹੀਆਂ ਹੁੰਦੀਆਂ ਹਨ, ਬਾਕੀ ਦਾ ਤਾਂ ਐਵੇਂ ਜੰਜਾਲ ਗਲ ਪਾਉਣ ਵਾਲੀ ਗੱਲ ਹੈ। ਆਖਰ ਇਨਸਾਨ ਨੇ ਦੋ ਰੋਟੀਆਂ ਖਾਣੀਆਂ ਹੁੰਦੀਆਂ ਨੇ ਅਤੇ ਇੱਕ ਚਾਰਪਾਈ 'ਤੇ ਸੌਣਾ ਹੁੰਦਾ। ਜਿੰਨਾ ਜੰਜਾਲ ਵੱਡਾ ਕਰੀ ਜਾਓ ਉਨਾ ਹੀ ਆਦਮੀ ਵਾਧੂ ਵਕਤ ਨੂੰ ਫੜਿਆ ਜਾਂਦਾ। ਪਹਿਲੇ ਸਾਲ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਰੈਗਿੰਗ ਤੋਂ ਡਰਦਾ ਇੱਕ ਦੋ ਵਾਰੀ ਗਰਾਊਂਡ 'ਚ ਜਾ ਕੇ ਮੁੜ ਨਹੀਂ ਗਿਆ। ਖੇਡ ਵਜੋਂ ਦੂਜੇ ਸਾਲ ਸੈਕਿੰਡ ਈਅਰ 'ਚ ਮੈਂ ਫੁੱਟਬਾਲ ਸ਼ੁਰੂ ਕੀਤਾ। ਨੌਵੀਂ ਜਮਾਤ ਸਕੂਲ 'ਚ ਮੈਂ ਹਾਕੀ ਅਤੇ ਫੁੱਟਬਾਲ ਦੋਵੇਂ ਹੀ ਖੇਡਦਾ ਸਾਂ। ਫਸਟ ਈਅਰ 'ਚ ਮੈਂ NCC 'ਚ ਭਰਤੀ ਹੋ ਗਿਆ। ਉਹਨਾਂ ਦਿਨਾਂ 'ਚ NCC ਦੀ ਸਿਖਲਾਈ ਬਹੁਤ ਸਖਤ ਸੀ, ਪੂਰੀ ਫੌਜੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਜਦ ਕੈਂਪ ਲੱਗਦਾ ਸੀ ਤਾਂ ਇੰਝ ਸਖਤੀ ਹੁੰਦੀ ਸੀ ਜਿਵੇਂ ਸੱਚੀ ਲੜਾਈ ਲੱਗੀ ਹੋਵੇ। ਮੈਨੂੰ ਯਾਦ ਹੈ ਸਾਡਾ ਪਹਿਲਾ ਕੈਂਪ ਬਟਾਲੇ ਦੀ ਇੱਕ ਥਾਂ ਉਜਾੜ ਕਲਰ ਜ਼ਮੀਨ 'ਚ ਲੱਗਾ। ਸਾਡਾ ਫੌਜੀ ਉਸਤਾਦ ਇੱਕ ਅੰਬਾਲਵੀ ਬਾਈ ਹੁੰਦਾ ਸੀ। ਉਹਨੇ ਜਦ ਕਿਤੇ ਫੁੱਲਿਆ ਕਲਰ ਵੇਖਣਾ ਸਾਨੂੰ ਲਾਈ ਡਾਊਨ ਪੋਜੀਸ਼ਨ ਦੇ ਆਰਡਰ ਦੇ ਦੇਣੇ। ਨਤੀਜੇ ਵਜੋਂ ਜਦੋਂ ਅਸੀਂ 3 ਹਫ਼ਤੇ ਦੇ ਕੈਂਪ ਤੋਂ ਵਾਪਸ ਆਏ ਸਾਂ ਤਾਂ ਮੂੰਹਾਂ 'ਤੇ ਕਲਰ ਦੀ ਖਿੰਡ ਜੰਮੀ ਹੋਈ ਸੀ। ਮੇਰੀ ਬਚਪਨ ਦੀ ਸਖਤ ਜ਼ਿੰਦਗੀ 'ਤੇ ਕੰਮ ਕੀਤਾ ਬੜਾ ਕੰਮ ਆਇਆ ਇੱਥੇ। ਜਿਸ ਨੂੰ ਬਾਕੀ ਦੇ ਕੈਡਿਟ ਔਖਿਆਈ ਅਤੇ ਸਖਤੀ ਸਮਝਦੇ ਸਨ, ਮੇਰੇ ਲਈ ਇੱਕ ਦਿਲਚਸਪ ਖੇਡ ਲੱਗਦੀ ਸੀ। ਨਿੰਗ ਵੈਸੇ ਇੰਨੀ ਚੰਗੀ ਸੀ ਕਿ 4 ਇੰਚ ਮਾਸਟਰ ਤੱਕ ਵੀ ਅਸੀਂ ਫਾਇਰ ਕੀਤੀ। ਮਾਰਟਰ ਗਨ ਦਾ ਐਂਗਲ ਬਣਾ ਜ਼ਮੀਨ ਵਿੱਚ ਗੱਡ, ਜਦ ਫੁਰਤੀ ਨਾਲ ਵਿੱਚ ਦੋਹਾਂ ਹੱਥਾਂ ਨਾਲ ਸੈੱਲ ਮਾਰ ਤੜਾਕ ਹੱਥ ਪਿੱਛੇ ਹਟਾਈਦੇ ਸੀ ਤਾਂ ਇੱਕ ਯੁੱਲ ਜਿਹੀ ਪੈਦਾ ਹੁੰਦੀ ਸੀ। ਇਸ ਮਾਰਟਰ ਗਨ ਵਿੱਚੋਂ ਗੋਲਾ ਦਾਗਣਾ ਵੀ ਬਹੁਤ ਫੁਰਤੀ ਦਾ ਕੰਮ ਹੈ, ਨਹੀਂ ਤਾਂ ਦੋਨੋਂ ਹੱਥ ਵੀ ਉਡਾ ਸਕਦੇ ਹਨ। ਇਸ ਉਮਰੇ ਇਹ ਸਿਖਲਾਈ ਬੜੀ ਮਜ਼ਾ ਦਿੰਦੀ ਸੀ। ਇਸ ਕੈਂਪ 'ਤੇ ਮੇਰੀ ਟਰਨ ਆਊਟ ਸ਼ੌਕ ਅਤੇ ਕਾਰਗੁਜ਼ਾਰੀ ਵੇਖ ਕੇ ਮੈਨੂੰ ਸਿੱਧੀਆਂ ਹੀ 3 ਫੀਤੀਆਂ ਹੌਲਦਾਰ ਜਾਂ ਸਰਜਨ ਦਾ ਰੈਂਕ ਮਿਲ ਗਿਆ। ਮੇਰਾ ਪਹਿਲਾ ਸਾਲ, ਪਹਿਲਾ ਕੈਂਪ ਮੇਰੀ ਤਰੱਕੀ ਦੀ ਹੋਰਨਾਂ ਨੂੰ ਤਾਂ ਕਿ ਮੈਨੂੰ ਵੀ ਹੈਰਾਨੀ ਹੋਈ। ਮੇਰੀ ਪਲਟੂਨ ਵਿੱਚ ਸੀਨੀਅਰ ਕਲਾਸਾਂ ਦੇ ਮੁੰਡੇ ਵੀ ਸਨ। ਪਹਿਲਾਂ ਤਾਂ ਕਾਫੀ ਈਰਖਾ ਪੈਦਾ ਹੋਈ, ਮੁੰਡਿਆਂ ਵਿੱਚ ਇਸ ਤਰੱਕੀ ਨਹੀਂ, ਪਰ ਹੌਲੀ ਹੌਲੀ ਸਭ ਠੀਕ ਹੋ ਗਿਆ। ਮੇਰੀ ਅਫਸਰੀ ਚਮਕਣ ਲੱਗੀ। ਸਾਡੀ ਬਟਾਲੀਅਨ ਦੇ ਮੇਜਰ ਤੱਕ ਰੈਂਕ ਵਿੱਚ ਕਾਲਜਾਂ ਦੀਆਂ ਬਟਾਲੀਅਨ ਵਾਲੇ ਤਵਾਰੀਖ ਦੇ ਇੰਚਾਰਜ ਮੰਨੇ ਪ੍ਰਮੰਨੇ ਖੋਜਕਾਰ ਪ੍ਰੋਫੈਸਰ ਗੰਡਾ ਸਿੰਘ ਸਨ। ਉਹਨਾਂ ਨੇ ਮੈਨੂੰ ਪਰਖ ਕੇ ਹੌਲਦਾਰ ਦਾ ਰੈਂਕ ਦਿੱਤਾ ਸੀ। ਸਾਡੀ ਐਗਰੀਕਲਚਰ ਕਾਲਜ ਦੀ ਇੱਕੋ ਪਲਟੂਨ ਸੀ ਜਿਹਦੇ ਇੰਚਾਰਜ ਲੈਫਟੀਨੈਂਟ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਹੁੰਦੇ ਸਨ। ਇਸ ਪਿੱਛੋਂ NCC ਮੇਰਾ ਸਭ ਤੋਂ ਵੱਧ ਮਨ ਭਾਉਂਦਾ ਵਿਸ਼ਾ ਹੁੰਦਾ ਸੀ। ਦੂਸਰੇ ਸਾਲ ਮੈਂ NCC ਦੇ B ਅਤੇ C ਸਰਟੀਫਿਕੇਟ A ਗ੍ਰੇਡ 'ਚ ਪਾਸ ਕਰ ਲਏ, ਜੋ ਆਪਣੇ ਆਪ 'ਚ ਇੱਕ ਰਿਕਾਰਡ ਸੀ। ਚੌਥੇ ਸਾਲ ਤਾਂ ਮੈਂ C ਸਰਟੀਫਿਕੇਟ ਦੇ ਕੋਰਸ ਵਿੱਚ
ਮੈਪ ਰੀਡਿੰਗ ਤੇ ਫਾਇਰ ਕੰਟਰੋਲ ਆਰਡਰ ਪਾਉਂਦਾ ਤੇ ਕੈਡਿਟਾਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਹਾਂ। ਤੀਸਰੇ ਸਾਲ ਸਾਡਾ ਇੱਕ ਖਾਸ ਕੈਂਪ ਜਿਓਲ ਛੌਣੀ ਧਰਮਸ਼ਾਲਾ ਪਾਸ ਲੱਗਾ, ਜਿੱਥੇ ਮੈਂ ਫਾਇਰਿੰਗ 'ਚ 75 'ਚ 74 ਨੰਬਰ ਲਏ ਸਨ। ਪੂਰੀ ਫੌਜੀ ਟ੍ਰੇਨਿੰਗ ਮਿਲੀ ਇਸ NCC ਵਿੱਚ ਅਤੇ ਮੈਨੂੰ ਬਟਾਲੀਅਨ ਕਮਾਂਡਰ ਸੀਨੀਅਰ ਅੰਡਰ ਅਫਸਰ ਦਾ ਰੈਂਕ, ਜੋ ਕਿ ਕੈਡਿਟਾਂ ਵਾਸਤੇ ਸਰਵ ਉੱਚਤਮ ਰੈਂਕ ਸੀ, 4th ਸਾਲ ਦੇ ਸ਼ੁਰੂ 'ਚ ਮਿਲ ਗਿਆ। ਇਹ ਪੰਜਾਬ ਦੀਆਂ ਬਟਾਲੀਅਨਾਂ ਵਿੱਚ ਪਹਿਲਾ ਰੈਂਕ ਸੀ ਜੋ ਮੈਂ ਪ੍ਰਾਪਤ ਕੀਤਾ। 4th ਸਾਲ 1952 ਵਿੱਚ ਦਿੱਲੀ ਵਿੱਚ ਪਹਿਲੀ ਰਿਪਬਲਿਕ ਡੇ ਪਰੇਡ ਹੋਈ, ਜਿਸ ਵਿੱਚ NCC ਦੀਆਂ ਟੁਕੜੀਆਂ ਨੇ ਵੀ ਭਾਗ ਲਿਆ। ਮੈਂ ਆਪਣੀ ਪ੍ਰਾਂਤ ਦੀ ਟੁਕੜੀ ਦੀ ਹੀ ਅਗਵਾਈ ਨਹੀਂ ਕੀਤੀ, ਸਗੋਂ ਦੇਸ਼ 'ਚੋਂ ਆਈਆਂ ਸਾਰੀਆਂ ਟੁਕੜੀਆਂ ਦੀ ਉਸ ਪਰੇਡ ਦੀ ਅਗਵਾਈ ਕੀਤੀ। ਅਗਰ ਮੈਨੂੰ 1952 ਦਾ ਭਾਰਤ ਦਾ ਉੱਚਤਮ ਕੈਡਿਟ ਦਾ ਸਨਮਾਨ ਮਿਲਿਆ, ਜਿਹਦੇ ਆਧਾਰ 'ਤੇ ਮੈਨੂੰ NCC ਦਾ ਕਲਰ ਵੀ ਕਾਲਜ ਤੋਂ ਮਿਲਿਆ। ਮਜ਼ੇ ਦੀ ਗੱਲ ਇਹ ਹੈ ਕਿ ਇਹ ਕਲਰ ਹਾਲਾਂ ਵੀ ਮੇਰੇ ਪਾਸ ਹੈ, ਪਰ ਮੈਂ ਕਦੀ ਪਹਿਨਿਆ ਨਹੀਂ। ਇਹਦੀ ਅਜੀਬ ਵਜ੍ਹਾ ਇਹ ਹੈ ਕਿ ਮੈਨੂੰ ਨੀਲਾ ਕੋਟ ਹੀ ਨਹੀਂ ਜੁੜਿਆ ਜਵਾਨੀ 'ਚ ਕਿ ਮੈਂ ਇਹ ਕਰ ਪਹਿਨ ਸਕਾਂ। ਇਹ ਆਮ ਪੇਂਡੂ ਘਰਾਂ ਦੀਆਂ ਕੁਝ ਮਜਬੂਰੀਆਂ ਵੀ ਹੁੰਦੀਆਂ ਹਨ, ਪਰ ਮੈਨੂੰ ਇਹ ਘਾਟ ਕਦੀ ਮਹਿਸੂਸ ਨਹੀਂ ਹੋਈ, ਕਿਉਂਕਿ ਮੇਰੀਆਂ ਆਸਾਂ ਉਮੀਦਾਂ ਦੀ ਹੀ ਕਦੀ ਬਹੁਤੀਆਂ ਉੱਚੀਆਂ ਨਹੀਂ ਸਨ ਅਤੇ ਅੱਡੀਆਂ ਚੁੱਕ ਚੁੱਕ ਫਾਹ ਲੈਣ ਦੀ ਮੈਨੂੰ ਆਦਤ ਨਹੀਂ ਸੀ। ਮੇਰੇ ਵਾਸਤੇ ਇੰਨਾ ਹੀ ਕਾਫੀ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਹੈ। ਇਹਦਾ ਦਿਖਾਵਾ ਕਰਨ ਦੀ ਕੋਈ ਬਹੁਤੀ ਇੱਛਾ ਨਹੀਂ ਸੀ। NCC ਵਿੱਚ ਮੇਰੀ ਟਰਨ ਆਊਟ ਸਭ ਤੋਂ ਅੱਛੀ ਹੁੰਦੀ ਸੀ। ਕੱਦ ਦਰਮਿਆਨੇ ਨਾਲੋਂ ਵੱਧ ਲੰਬਾ, ਜਿਸਮ ਛਾਂਟਿਆ ਹੋਇਆ, ਪੱਗ ਵੀ ਸੋਹਣੀ, ਵਰਦੀ ਪੂਰੀ ਪ੍ਰੈਸ ਕੀਤੀ, ਬੂਟਾਂ 'ਤੇ ਪੇਟੀ 'ਚੋਂ ਭਾਵੇਂ ਮੂੰਹ ਵੇਖ ਲਓ, ਫੱਬ ਬਹੁਤ ਹੀ ਚੁਸਤੀ ਵਾਲੀ ਅਤੇ ਅੱਖ ਦਾ ਕੰਟਰੋਲ ਇੰਨਾ ਹੋ ਗਿਆ ਸੀ ਕਿ ਸਾਰੀ ਫੋਲਨ ਹੋਈ ਬਟਾਲੀਅਨ 'ਚੋਂ ਜੇ ਕੋਈ ਸਿਰ ਜਾਂ ਹੱਥ ਵੀ ਮਾੜਾ ਜਿਹਾ ਹਿਲਾ ਦੇਵੇ ਜਾਂ ਕੋਈ ਲਾਈਨ ਵਿੱਚ ਠੀਕ ਖੜ੍ਹਾ ਨਾ ਹੋਵੇ, ਉਸੇ ਵੇਲੇ ਆਪਣੇ ਸਥਾਨ ਤੋਂ ਟੋਕ ਦਿੰਦਾ ਸੀ। ਇੱਕ ਵਾਰ ਸੰਗਰੂਰ ਨੇੜੇ ਸਾਡਾ ਕੈਂਪ ਲੱਗਾ, ਮੈਂ ਬਟਾਲੀਅਨ ਦਾ ਕਮਾਂਡਰ ਸਾਂ। ਜਦ ਆਖਰੀ ਦਿਨ ਰਸਮੀ ਪਰੇਡ ਹੋਈ ਤਾਂ ਮਹਾਰਾਣੀ ਜੀਂਦ ਉਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਅਤੇ ਰਸਮੀ ਸਲੂਟ ਲਿਆ। ਜਦ ਮੈਂ ਬਟਾਲੀਅਨ ਨੂੰ ਸਾਵਧਾਨ ਕਰਕੇ ਜਾ ਕੇ ਮਹਾਰਾਣੀ ਨੂੰ ਮੁੱਖ ਮਹਿਮਾਨ ਵਜੋਂ ਸਲੂਟ ਮਾਰਿਆ ਤਾਂ ਮੇਰੀ ਟਰਨ ਆਊਟ ਵੇਖ ਕੇ ਅਤੇ ਸਲੂਟ ਵੇਖ ਕੇ ਬਹੁਤ ਖੁਸ਼ ਹੋਈ। ਉਸ ਸਮਾਗਮ ਦੇ ਅੰਤ ਵਿੱਚ ਮਹਾਰਾਣੀ ਨੇ ਆਪਣੇ ਵੱਲੋਂ 25 ਰੁਪਏ ਮੈਨੂੰ ਸਪੈਸ਼ਲ ਇਨਾਮ ਦਿੱਤਾ। ਇਸ NCC ਨਾਲ ਮੇਰੀ ਪੜ੍ਹਾਈ 'ਤੇ ਤਾਂ ਫਰਕ ਪਿਆ। ਮੈਂ ਪਹਿਲੇ ਸਾਲ ਤਾਂ ਕਲਾਸ ਵਿੱਚ ਚੋਟੀ 'ਤੇ ਸਾਂ, ਪਰ ਦੂਜੇ, ਤੀਜੇ ਅਤੇ ਚੌਥੇ ਸਾਲ 'ਚ ਮੈਂ ਹਰ ਸਾਲ 2nd ਡਿਵੀਜ਼ਨ 'ਚ ਹੀ ਪਾਸ ਹੋਇਆ। ਹਰ ਸਾਲ ਇਮਤਿਹਾਨ ਯੂਨੀਵਰਸਿਟੀ ਦਾ ਹੁੰਦਾ ਸੀ। ਇੱਕ ਵਾਰ ਕਾਲਜ ਦੇ ਇਮਤਿਹਾਨ ਵਿੱਚ ਮੈਂ ਆਪਣੇ ਆਪ ਨੂੰ ਪਰਖਣ ਲਈ ਚੈਲੇਂਜ ਕੀਤਾ ਕਿ ਕੋਈ ਮੈਥੋਂ ਵੱਧ ਨੰਬਰ ਲੈ ਕੇ ਦਿਖਾਵੇ, ਅਤੇ ਮੈਂ ਕਲਾਸ ਵਿੱਚ ਪਹਿਲੇ ਨੰਬਰ 'ਤੇ ਆਇਆ। ਜਦ ਇਹਨੂੰ ਮੈਂ ਫਿਰ ਕਾਇਮ ਨਾ ਰੱਖ ਸਕਿਆ, ਇਹਦਾ ਮੂਲ ਕਾਰਨ ਮੇਰਾ NCC ਵਿੱਚ ਬਹੁਤ ਰੁਝੇਵਾਂ ਅਤੇ ਕੱਚੇ ਪੱਕੇ ਨੂੰ ਹੀ ਅਫਸਰੀ ਮਿਲ ਜਾਣਾ ਸੀ। ਕੁਝ ਵਾਧੂ ਦੀ ਨਜਾਇਜ਼ ਫੂਕ ਛੱਗ ਗਿਆ, ਪੜ੍ਹਨ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ। ਫੁੱਟਬਾਲ ਦੀ ਟੀਮ ਵਿੱਚ ਖੇਡਦਾ ਹੀ ਸਾਂ, ਭਾਵੇਂ ਕਿ ਸਾਡੀ ਟੀਮ ਮਾੜੀ ਸੀ ਅਤੇ ਜਿੱਤੀ ਵੀ ਕਦੀ ਘੱਟ ਹੀ ਸੀ, ਫਿਰ ਵੀ ਵਕਤ ਤਾਂ ਲੱਗਦਾ ਹੈ। ਮੈਂ ਟੀਮ ਦਾ ਫੁੱਲ ਬੈਕ ਖੇਡਿਆ ਕਰਦਾ ਸੀ, ਕਾਫੀ ਸ਼ੌਕ ਸੀ ਮੈਨੂੰ ਫੁੱਟਬਾਲ ਖੇਡਣ ਦਾ ਅਤੇ ਕਾਫੀ ਵਕਤ ਮੇਰਾ ਇਸ ਪਾਸੇ ਲੱਗ ਜਾਂਦਾ ਸੀ। ਇਹਦੇ ਨਾਲ ਮੈਂ ਅਥਲੈਟਿਕਸ ਵਿੱਚ ਰਿਲੇਅ ਰੇਸ 'ਚ ਵੀ ਭਾਗ ਲੈਂਦਾ ਸੀ। ਦੌੜਨ ਦਾ ਸ਼ੌਕ ਮੈਨੂੰ ਬਲਵੰਤ ਤੋਂ ਪਿਆ, ਜੋ ਯੂਨੀਵਰਸਿਟੀਆਂ ਵਿੱਚੋਂ ਹਿੰਦੁਸਤਾਨ ਦਾ ਸੋਨੇ ਦਾ ਤਮਗਾ ਜਿੱਤੀ ਬੈਠਾ ਸੀ। ਉਹਦਾ ਅਤੇ ਮੇਰਾ ਇੱਕੋ ਕਮਰਾ ਸੀ ਲੁਧਿਆਣੇ ਹੋਸਟਲ ਵਿੱਚ। ਅਸੀਂ 3 ਮੁੰਡੇ, ਮੈਂ, ਬਲਵੰਤ ਅਤੇ ਰਾਮ ਲਾਲ ਸਿੰਘ, ਇੱਕੋ ਕਮਰੇ 'ਚ ਹੋਸਟਲ ਵਿੱਚ ਰਹਿੰਦੇ ਸਾਂ। ਸਾਨੂੰ ਖੇਡਣ ਦੌੜਨ ਦਾ ਕਾਫੀ ਸ਼ੌਕ ਸੀ ਅਤੇ ਦੇਸੀ ਘਿਓ ਕਾਫੀ ਖਾਂਦੇ ਸਾਂ। ਜਦ ਘਿਓ ਮੁੱਕ ਜਾਂਦਾ ਸੀ ਤਾਂ ਮੈਨੂੰ ਪਹਿਰੇ 'ਤੇ ਖੜ੍ਹਾ ਕਰਕੇ ਪੋਡੇ ਮੁੰਡਿਆਂ, ਅਸੀਂ ਰੋਹਤਕ ਹਿਸਾਰ ਦੇ ਮੁੰਡਿਆਂ ਨੂੰ ਪੋਡੇ ਕਹੀਦਾ ਸੀ, ਦਾ ਘਿਓ ਇਹ ਕੱਢ ਲੈਂਦੇ ਸਨ। ਇਹ ਮੁੰਡੇ ਘਰੋਂ ਪੀਪਿਆਂ ਦੇ ਪੀਪੀ ਘਿਓ ਦੇ ਲਿਆਇਆ ਕਰਦੇ ਸਨ ਅਤੇ ਖਾਣ ਪੀਣ ਨੂੰ ਕਾਫੀ ਤਕੜੇ ਸਨ। ਇੱਕ ਵਾਰ ਇੱਕ ਮੁੰਡਾ ਆਂਚਲ ਸਿੰਘ ਰੋਟੀ ਪਾਣੀ ਛੱਕ ਕੰਟੀਨ ਤੋਂ ਦੁੱਧ ਵਗੈਰਾ ਪੀ ਕੇ ਹੋਸਟਲ ਨੂੰ ਆ ਰਿਹਾ ਸੀ ਕਿ ਸਾਨੂੰ ਮਿਲ ਗਿਆ। ਅਸੀਂ ਫਿਰ ਉਹਨੂੰ ਟੱਕ ਸ਼ਾਪ 'ਤੇ ਲੈ ਗਏ। ਉਹਨੂੰ ਇੱਕ ਜਣੇ ਨੇ ਕਿਹਾ ਕਿ ਜੇ ਆਂਚਲ ਸਿੰਘ ਨੂੰ ਹੁਣ 1 ਕਿਲੋ ਦੁੱਧ ਤੂੰ ਪੀ ਜਾਏ ਤਾਂ 5 ਰੁਪਏ ਨਾ। ਉਹਨੇ ਜਵਾਬ ਦਿੱਤਾ, 5 ਰੁਪਏ ਨਹੀਂ, 1 ਕਿਲੋ ਦੁੱਧ ਨਾਲ 1 ਕਿਲੋ ਬਰਫੀ ਰੱਖ ਦੇ,
ਜੇ ਬਰਫੀ ਖਾ ਗਿਆ ਅਤੇ ਦੁੱਧ ਪੀ ਗਿਆ ਤਾਂ ਤੈਥੋਂ ਕੁਝ ਨਹੀਂ ਲਵਾਂਗਾ। ਜੇ ਨਾ ਪੀ ਸਕਿਆ ਤਾਂ 5 ਰੁਪਏ ਮੈਂ ਦਿਆਂਗਾ। ਉਦੋਂ ਕਿਲੋ ਦੁੱਧ ਅਤੇ ਕਿਲੋ ਬਰਫੀ ਦੀ ਕੁੱਲ ਕੀਮਤ ਮਸਾਂ 4 ਕੁ ਰੁਪਏ ਹੁੰਦੀ ਸੀ। ਸ਼ਰਤ ਲੱਗ ਗਈ ਪਰ ਅੰਚਲ ਸਿੰਘ ਸਭ ਛੱਕ ਗਿਆ। ਇਹ ਮੋਟੇ ਮੋਟੇ ਹੱਡਾਂ ਵਾਲੇ ਹਰਿਆਣੇ ਇਲਾਕੇ ਦੇ ਜਾਟ ਬੜਾ ਖੁੱਲ੍ਹਾ ਖਾਂਦੇ ਪੀਂਦੇ ਹਨ ਅਤੇ ਘਿਓ ਦੇ ਬਹੁਤ ਸ਼ੌਕੀਨ ਸਨ। ਇੱਕ ਵਾਰ ਸਾਡਾ ਘਿਓ ਖਤਮ ਹੋ ਗਿਆ, ਉਦੋਂ ਅਸੀਂ ਸਤਲੁਜ ਬਿਲਡਿੰਗ ਦੇ ਉੱਪਰ ਵਾਲੇ ਕਮਰੇ 'ਚ ਰਹਿੰਦੇ ਸਾਂ। ਇੱਕ ਦਿਨ ਜਦ ਸਾਰੇ ਮੁੰਡੇ ਕਲਾਸਾਂ ਵਿੱਚ ਸਨ ਅਤੇ ਸਾਡਾ ਪੀਰੀਅਡ ਖਾਲੀ ਸੀ, ਮੇਰੇ ਦੋਵਾਂ ਸਾਥੀਆਂ ਨੇ ਲੱਕ ਪੱਗ ਬੰਨ੍ਹ ਕੇ ਰੌਸ਼ਨਦਾਨ ਥਾਈਂ ਮੈਨੂੰ ਕਮਰੇ 'ਚ ਉਤਾਰ ਦਿੱਤਾ। ਬਾਹਰ ਜੰਦਰੇ ਲੱਗੇ ਹੋਏ ਸਨ। ਮੈਂ 2-3 ਪੀਪਿਆਂ ਵਿੱਚੋਂ ਇੱਕ ਪੀਪੀ ਘਿਓ ਦੀ ਭਰੀ ਤਾਂ ਬਲਵੰਤ ਅਤੇ ਰਾਮ ਲਾਲ ਕਹਿਣ ਲੱਗੇ, ਪੀਪੀ ਪੱਗ ਨਾਲ ਬੰਨ੍ਹ ਦੇ, ਪਹਿਲਾਂ ਪੀਪੀ ਖਿੱਚ ਲਾਂਗੇ ਫਿਰ ਤੈਨੂੰ। ਮੈਨੂੰ ਠਣਕ ਗਈ ਕਿ ਫਿਰ ਇਹਨਾਂ ਮੈਨੂੰ ਨਾ ਖਿੱਚਿਆ ਤਾਂ ਫਸ ਜਾਵਾਂਗਾ। ਆਖਿਰ ਮੈਨੂੰ ਅਤੇ ਪੀਪੀ ਨੂੰ ਦੋਹਾਂ ਨੂੰ ਇੱਕੋ ਵਾਰ ਪੱਗਾਂ ਨਾਲ ਉੱਤੇ ਖਿੱਚ ਲਿਆ। ਜੇ ਪੱਗਾਂ ਦੀ ਗੰਢ ਖੁੱਲ੍ਹ ਜਾਂਦੀ ਤਾਂ ਪੱਗ ਪਾਟ ਜਾਂਦੀ ਤਾਂ ਪੀਪੀ ਸਣੇ ਮੇਰਾ ਪਟਾਕਾ ਬੋਲ ਜਾਣਾ ਸੀ। ਉਸ ਉਮਰ ਵਿੱਚ ਇਹ ਚੀਜ਼ਾਂ ਸੁੱਝਦੀਆਂ ਹੀ ਨਹੀਂ, ਪੁੱਠੇ ਪੰਗੇ ਲੈਣ ਵਿੱਚ ਹੀ ਥ੍ਰਿਲ ਹੁੰਦੀ ਹੈ। ਇਹ ਚੋਰੀ ਨਹੀਂ ਸੀ, ਮੇਰੇ ਵਾਸਤੇ ਇੱਕ ਮੁਹਿੰਮ ਸੀ ਜੋ ਅਸੀਂ ਪੂਰੀ ਕੀਤੀ ਅਤੇ ਅਸੀਂ ਕਦੀ ਆਪਣਾ ਘਿਓ ਜਾਂ ਕੋਈ ਵੀ ਖਾਣ ਵਾਲੀ ਚੀਜ਼ ਕਦੀ ਨਹੀਂ ਸੀ ਲੁਕੋ ਰੱਖੀ ਅਤੇ ਕਿਸੇ ਹੋਰ ਦੀ ਲੁਕੋਈ ਥੋੜ੍ਹੇ ਕਿਤੇ ਰਹਿਣ ਨਹੀਂ ਸੀ ਦਿੱਤੀ। ਅਸੀਂ ਸਮਝਦੇ ਸਾਂ ਸਾਰੇ ਵਿਦਿਆਰਥੀਆਂ ਲਈ ਖਾਣ ਵਾਲੀਆਂ ਘਰਾਂ ਤੋਂ ਲਿਆਂਦੀਆਂ ਚੀਜ਼ਾਂ ਸਾਂਝੀਆਂ ਹੁੰਦੀਆਂ ਹਨ। ਇਸੇ ਸੰਦਰਭ ਵਿੱਚ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਾ। ਅਸੀਂ 2nd ਈਅਰ ਵਿੱਚ ਕਲਾਸ ਟੂਰ 'ਤੇ ਗਏ। ਜਦ ਜਲੰਧਰ ਪਹੁੰਚੇ ਤਾਂ ਪਤਾ ਲੱਗਾ ਕਿ ਇੱਕ ਮੁੰਡੇ ਨੇ ਘਰੋਂ ਬਰਫੀ ਲਿਆਂਦੀ ਹੋਈ ਹੈ ਅਤੇ ਲੁਕੋ ਕੇ ਖਾਂਦਾ। ਮੈਂ ਅਤੇ ਰਾਮ ਲਾਲ ਸਿੰਘ ਦੋਵੇਂ ਬਿਮਾਰੀ ਦੇ ਬਹਾਨੇ ਜਿੱਥੇ ਠਹਿਰੇ ਹੋਏ ਸੀ ਗੰਨਾ ਫਾਰਮ ਦੇ ਡੇਰੇ ਉੱਤੇ ਰੁਕ ਗਏ ਅਤੇ ਬਾਕੀ ਦੀ ਕਲਾਸ ਟੂਰ 'ਤੇ ਤੁਰ ਗਈ। ਅਸੀਂ ਬਰਫੀ ਕੱਢ ਸਾਰਾ ਦਿਨ ਸ਼ਾਮ ਤੱਕ ਖਾਧੀ ਤਾਂ ਡੱਬਾ ਖਤਮ ਹੋ ਗਿਆ। ਸ਼ਾਮ ਨੂੰ ਜਦ ਕਲਾਸ ਵੱਲ ਕਾਫੀ ਦੇਰ ਨਾਲ ਪਰਤੀ ਤਾਂ ਮੁੰਡਾ ਬੜਾ ਪਿੱਟਿਆ ਪਰ ਕਰ ਕੁਝ ਨਹੀਂ ਸੀ ਸਕਦਾ। ਉਹ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਪਾਸ ਗਿਆ ਜੋ ਕਿਸੇ ਦੋਸਤ ਕੋਲ ਠਹਿਰੇ ਹੋਏ ਸਨ। ਮੁੰਡੇ ਨੇ ਸ਼ਿਕਾਇਤ ਲਾਈ ਅਤੇ ਸਾਡੀ ਬਿਮਾਰੀ ਦੀ ਵਜ੍ਹਾ ਦਾ ਕਿੱਸਾ ਸੁਣਾ ਦਿੱਤਾ। ਪ੍ਰੋਫੈਸਰ ਸਾਹਿਬ ਨੇ ਉਹਨੂੰ ਤਾਂ ਝਿੜਕ ਕੇ ਤੋੜ ਦਿੱਤਾ ਕਿ ਇਹ ਵੀ ਕੋਈ ਸ਼ਿਕਾਇਤ ਵਾਲੀ ਗੱਲ ਹੈ, ਖਾਣ ਵਾਲੀ ਚੀਜ਼ ਸੀ, ਬਿਮਾਰ ਪਿਆਂ ਨੂੰ ਭੁੱਖ ਲੱਗੀ ਹੋਣੀ ਹੈ, ਜੇ ਕੁਝ ਲੱਭਾ ਖਾ ਲਿਆ ਸਵੇਰੇ ਵੇਖਾਂਗੇ, ਸਵੇਰ ਹੋਈ ਤਾਂ ਸਾਡੀ ਪੇਸ਼ੀ ਹੋ ਗਈ। ਕਾਫੀ ਝਿੜਕਾਂ ਪਈਆਂ ਅਤੇ ਹੁਕਮ ਹੋਇਆ ਕਿ ਨਾਲ ਦੇ ਦਫ਼ਤਰ ਵਿੱਚ ਆਓ, ਦੋਨੋਂ ਜਦੋਂ ਤੁਹਾਡੀ ਉੱਥੇ ਮੁਰੰਮਤ ਕਰਦਾ। ਪ੍ਰੋਫੈਸਰ ਸਮੁੰਦਰੀ ਡੀਲ ਡੋਲ ਦੇ ਤਕੜੇ ਸਨ, ਕੰਨੋਂ ਵੀ ਫਾੜ ਲੈਂਦੇ ਸਨ, ਸ਼ੇਰ ਵਾਲੀ ਭੁੱਬ ਸੀ ਪਰ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਸਨ। ਜਦ ਅਸੀਂ ਦਫ਼ਤਰ 'ਚ ਪੇਸ਼ ਹੋਏ ਤਾਂ ਕਹਿੰਦੇ, ਓਏ ਇੰਨੀ ਬਰਫੀ ਇਕੱਲਿਆਂ ਨਹੀਂ ਖਾ ਲਈ, ਸ਼ਾਬਾਸ਼, ਪਰ ਮੇਰਾ ਹਿੱਸਾ ਕਿਉਂ ਨਹੀਂ ਰੱਖਿਆ। ਇਹ ਮਾਹੌਲ ਹੁੰਦਾ ਸੀ ਸਾਡੇ ਕਾਲਜ ਦਾ, ਇੱਕ ਵੱਡੇ ਘਰਾਣੇ ਵਰਗਾ। ਹਰ ਪ੍ਰੋਫੈਸਰ ਅਤੇ ਹਰ ਵਿਦਿਆਰਥੀ ਚੌਹਾਂ ਹੀ ਕਲਾਸਾਂ ਦਾ ਇੱਕ ਦੂਜੇ ਨੂੰ ਨਾਂ ਨਾਲ ਜਾਣਦਾ ਸੀ। ਕੁੱਲ ਸਾਰੇ ਕਾਲਜ ਵਿੱਚ ਚੌਹਾਂ ਕਲਾਸਾਂ ਦੇ 150 ਵਿਦਿਆਰਥੀ ਹੁੰਦੇ ਸੀ, 15 ਕੁ ਪ੍ਰੋਫੈਸਰ ਸੀ, ਅਗਲੀਆਂ 3 ਕਲਾਸਾਂ ਦੇ ਪਿਛਲੀਆਂ 3 ਕਲਾਸਾਂ ਦੇ ਵਿਦਿਆਰਥੀ ਹਮ ਜਮਾਤੀਆਂ ਵਾਂਗ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ। ਇਹੋ ਜਿਹੇ ਮਾਹੌਲ ਵਿੱਚ ਕਿਸੇ ਪਾਸਿਓਂ ਵੀ ਸਿਰ ਕੱਢਵਾਂ ਮੁੰਡਾ ਹੋਵੇ ਕਾਫੀ ਮਾਣ ਪ੍ਰਾਪਤ ਕਰਦਾ ਹੈ। ਮੈਂ NCC ਵਿੱਚ ਤਾਂ ਸਿਖਰ 'ਤੇ ਹੈ ਹੀ ਸੀ, ਫੁੱਟਬਾਲ, ਐਥਲੈਟਿਕਸ, ਡਿਬੇਟ ਆਦਿ ਵਿੱਚ ਵੀ ਹਿੱਸਾ ਕਾਫੀ ਲੈਂਦਾ ਸਾਂ। ਕੁਦਰਤੀ ਸੀ ਕਿ ਫੂਕ ਛੱਕ ਗਿਆ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਨਾ ਦਿੱਤਾ। ਮਨ ਵਿੱਚ ਪੱਕਾ ਇਰਾਦਾ ਬਣਾ ਲਿਆ ਸੀ ਕਿ ਫੌਜ 'ਚ ਕਮਿਸ਼ਨ ਲੈਣਾ ਹੈ। ਹਰ ਕੋਈ ਇਹ ਸਮਝਦਾ ਸੀ ਕਿ ਮੈਂ ਤਾਂ ਫੌਜ 'ਚ ਆਸਾਨੀ ਨਾਲ ਹੀ ਚਲਾ ਜਾਵਾਂਗਾ, ਇਸ ਕਰਕੇ ਵੀ ਪੜ੍ਹਾਈ ਵੱਲ ਪੂਰਾ ਧਿਆਨ ਨਾ ਦਿੱਤਾ ਅਤੇ ਕੋਈ ਖਾਸ ਪੁਜ਼ੀਸ਼ਨ ਨਹੀਂ ਲਈ, ਭਾਵੇਂ ਫਿਰ ਵੀ ਕਈਆਂ ਵਿਸ਼ਿਆਂ ਵਿੱਚ ਇਨਾਮ ਪ੍ਰਾਪਤ ਕੀਤੇ। ਹੁਣ ਅਖੀਰਲੇ ਸਾਲ ਜਦ ਫੌਜ ਵਿੱਚ ਕਮਿਸ਼ਨ ਵਾਸਤੇ ਫਾਰਮ ਭਰਨ ਲੱਗਾ ਤਾਂ ਮਾਮਲਾ ਹੋਰ ਦਾ ਹੋਰ ਹੀ ਹੋ ਗਿਆ। ਭਾਵੇਂ ਮੈਂ ਹਿਸਾਬ ਅਲਜਬਰੇ ਦੇ ਵਿਸ਼ੇ 'ਚ ਕਾਫੀ ਹੁਸ਼ਿਆਰ ਸੀ ਅਤੇ ਮੈਂ 10ਵੀਂ ਦੇ ਇਮਤਿਹਾਨ 'ਚ 200 ਵਿੱਚੋਂ 198 ਨੰਬਰ ਲਏ ਸਨ, ਪਰ ਜਦ ਬਟਵਾਰੇ ਪਿੱਛੋਂ ਇੱਧਰ ਸਕੂਲ 'ਚ ਦਾਖਲਾ ਲਿਆ ਤਾਂ ਹਿਸਾਬ ਦਾ ਸਵਾਲ ਗਲਤ ਕਰ ਗਿਆ। ਮੈਂ ਸੋਚਿਆ ਕਿ ਲੋਕਾਂ ਨੇ ਉਮਰ ਛੋਟੀ ਲਿਖਾਈ ਹੋਈ ਹੈ, ਪਰ ਮੈਂ ਕਈ ਸਾਲ ਪੜ੍ਹਾਈ
ਕਰ ਵੀ ਨਹੀਂ ਸਕਿਆ ਤਾਂ ਚਲੋ ਹੁਣ ਮੌਕਾ ਹੈ, ਉਮਰ ਘੱਟ ਕਰ ਲਓ। ਮੈਂ 2 ਸਾਲ ਉਮਰ ਘੱਟ ਲਿਆਉਣ ਦੀ ਖਾਤਰ ਜਨਮ ਤਾਰੀਖ 1930 ਦੀ ਬਜਾਏ 1928 ਲਿਖਾ ਦਿੱਤੀ। ਇੱਥੇ ਉਮਰ ਘੱਟ ਲਿਖਾਉਣ ਦੀ ਬਜਾਏ ਜਨਮ ਤਰੀਕ ਘੱਟ ਲਿਖਾ ਗਿਆ, ਜਿਸ ਨਾਲ ਉਮਰ ਘੱਟ ਦੀ ਬਜਾਏ 2 ਸਾਲ ਵੱਧ ਲਿਖੀ ਗਈ। ਇਹ ਪਤਾ ਤਾਂ ਲੱਗਾ ਜਦ ਮੈਂ ਫੌਜ 'ਚ ਕਮਿਸ਼ਨ ਲਈ ਫਾਰਮ ਭਰੇ। ਇਸ ਤਰ੍ਹਾਂ ਮੈਂ ਫੌਜ ਵਿੱਚ ਜਾਣ ਲਈ ਵੱਡ ਉਮਰਾ ਹੋ ਗਿਆ ਅਤੇ ਫੌਜ ਵਿੱਚ ਨਾ ਜਾ ਸਕਿਆ। ਮਨ 'ਤੇ ਬੜੀ ਸੱਟ ਵੱਜੀ, ਪਰ ਕਰ ਕੁਝ ਨਹੀਂ ਸੀ ਸਕਦਾ ਕਿਉਂਕਿ ਉਦੋਂ ਤੱਕ ਯੂਨੀਵਰਸਿਟੀ ਦੇ 3 ਇਮਤਿਹਾਨ ਇਸ ਜਨਮ ਤਰੀਕ ਨਾਲ ਦੇ ਚੁੱਕਾ ਸਾਂ। ਮੈਟ੍ਰਿਕ ਪਹਿਲਾ, ਦੂਸਰਾ ਅਤੇ ਤੀਸਰਾ ਸਾਲ BSC ਦਾ। ਉਦੋਂ ਇਹ ਸਾਰੇ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੇ ਸੀ। ਮੇਰੀ ਬਟਾਲੀਅਨ ਦੇ ਕਮਾਂਡਰ ਅਤੇ ਹੋਰ ਫੌਜੀ ਅਫਸਰਾਂ ਜਿਨ੍ਹਾਂ ਨਾਲ ਮੈਂ ਸੰਬੰਧਿਤ ਰਿਹਾ ਸੀ ਨੂੰ ਵੀ ਬਹੁਤ ਅਫਸੋਸ ਹੋਇਆ ਕਿ NCC 'ਚ ਇੰਨੇ ਪਰਿਪੱਕ ਹੋਣ 'ਤੇ ਵੀ ਮੈਂ ਫੌਜ 'ਚ ਕਮਿਸ਼ਨ ਲੈਣ ਦੇ ਅਸਮਰਥ ਸਾਂ। ਉਦੋਂ ਤਾਂ ਇੱਕ ਵਾਰ ਪੈਰਾਂ ਥੱਲਿਓਂ ਧਰਤੀ ਹਿੱਲ ਗਈ, ਮਨ ਨੂੰ ਬੜਾ ਹੀ ਦੁੱਖ ਹੋਇਆ ਅਤੇ ਪਛਤਾਵਾ ਵੀ ਲੱਗਾ ਕਿ ਜਿਸ NCC ਪਿੱਛੇ ਮੈਂ ਆਪਣੀ ਪੜ੍ਹਾਈ ਨੂੰ ਵੀ ਦਾਅ 'ਤੇ ਲਾ ਦਿੱਤਾ ਉਹ ਮੇਰੇ ਲਈ ਬੇਅਰਥ ਗਈ ਅਤੇ ਕਿਸੇ ਕੰਮ ਨਾ ਆ ਸਕੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਆਰਜ਼ੀ ਕਮਿਸ਼ਨ ਵਾਸਤੇ। ਉਸ ਵਕਤ ਮੈਂ ਡਿਗਰੀ ਤਾਂ ਮੁਕੰਮਲ ਕਰ ਚੁੱਕਾ ਸੀ ਪਰ ਬਿਮਾਰ ਹੋਣ ਨਾਲ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਮੈਥੋਂ ਪਹਿਲੀ ਦੌੜ ਵੀ ਪੂਰੀ ਨਾ ਹੋ ਸਕੀ ਅਤੇ ਕੋਈ ਹਰਡਲ ਵੀ ਨਾ ਕਰ ਸਕਿਆ। ਕੁਦਰਤ ਬੜੀ ਪ੍ਰਬਲ ਹੈ, ਮੇਰੇ ਨਾਲ ਤਾਂ ਉਹੀ ਹੋਈ ਕਿ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਜੇ ਫੌਜ 'ਚ ਚਲਾ ਜਾਂਦਾ ਤਾਂ ਪਤਾ ਨਹੀਂ ਮੈਂ ਕੀ ਬਣਦਾ ਜਾਂ ਮੇਰਾ ਕੀ ਬਣਦਾ। ਪਰ ਮੈਂ ਸਮਝਦਾ ਮੈਂ ਸਿਵਲ ਜ਼ਿੰਦਗੀ ਅਤੇ ਸਰਵਿਸ ਵਿੱਚ ਪ੍ਰਾਪਤੀ ਕੀਤੀ ਹੈ, ਉਹ ਕਿਸੇ ਪਾਸਿਓਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਇੱਕ ਵਿਅਕਤੀ ਦਾ ਪ੍ਰਧਾਨ ਮੰਤਰੀ ਦੀ 5-ਮੈਂਬਰੀ ਕੌਂਸਲ ਦਾ ਮੈਂਬਰ ਰਹਿਣਾ ਕੋਈ ਛੋਟੀ ਪ੍ਰਾਪਤੀ ਨਹੀਂ। ਖੇਤੀ ਕੀਮਤਾਂ ਅਤੇ ਲਾਗਤ ਕਮਿਸ਼ਨ ਦਾ ਚੇਅਰਮੈਨ, ਯੂਨੀਵਰਸਿਟੀ ਦਾ ਵਾਈਸ ਚਾਂਸਲਰ, UNO ਦੀਆਂ ਕਈ ਸੰਸਥਾਵਾਂ ਅਤੇ ਵਰਲਡ ਬੈਂਕ ਵਿੱਚ ਵਿਸ਼ੇਸ਼ ਜਾਂ ਸਲਾਹਕਾਰ ਆਦਿ ਰਹਿਣਾ ਵੀ ਕੋਈ ਮਾਮੂਲੀ ਪ੍ਰਾਪਤੀਆਂ ਨਹੀਂ ਹਨ। ਸਭ ਤੋਂ ਵੱਧ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦਾ ਇੱਕੋ ਇੱਕ ਪਹਿਲਾ ਅਤੇ ਸ਼ਾਇਦ ਆਖਰੀ ਸਮਾਜਿਕ ਵਿਗਿਆਨ ਦਾ ਕੌਮੀ ਅਵਾਰਡ ਪ੍ਰੋਫੈਸਰ ਆਫ ਐਮੀਨੈਂਸ ਵੀ ਕੋਈ ਛੋਟੀ ਪ੍ਰਾਪਤੀ ਨਹੀਂ। ਜੇ ਮੈਂ ਫੌਜ 'ਚ ਕਮਿਸ਼ਨ ਪ੍ਰਾਪਤ ਕਰ ਜਾਂਦਾ ਤਾਂ ਇਹ ਉੱਚ ਪ੍ਰਾਪਤੀਆਂ ਨਹੀਂ ਸਨ ਹੋ ਸਕਦੀਆਂ। ਮੇਰਾ ਆਪਣੀ ਜਨਮ ਤਰੀਕ ਨੂੰ ਗਲਤੀ ਨਾਲ ਪਿੱਛੇ ਪਾ ਦੇਣਾ ਵੀ ਇੱਕ ਤਰ੍ਹਾਂ ਹੋਰ ਮੇਰੇ ਗੁਣ ਆਇਆ। ਲੋਕ ਹੋਰ ਵੱਧ ਨੌਕਰੀ ਕਰਨ ਲਈ ਹੀ ਉਮਰ ਘੱਟ ਲਿਖਾਉਂਦੇ ਨੇ, ਇਸ ਪਾਸਿਓਂ ਮੈਨੂੰ ਕੋਈ ਘਾਟਾ ਨਹੀਂ ਪਿਆ। ਮੈਂ ਆਪਣੀ ਰਿਟਾਇਰ ਹੋਣ ਦੀ ਉਮਰ 60 ਸਾਲ ਜੋ ਯੂਨੀਵਰਸਿਟੀ ਵਿੱਚ ਹੈ ਤੋਂ 5 ਸਾਲ ਵੱਧ ਨੌਕਰੀ ਕੀਤੀ ਹੈ ਅਤੇ ਆਪਣੀ ਮਰਜ਼ੀ ਨਾਲ ਮੈਂ ਨੌਕਰੀ ਛੱਡੀ ਹੈ। ਚੇਅਰਮੈਨ ਐਗਰੀਕਲਚਰ ਕੋਸਟਸ ਐਂਡ ਈਸਿਸ ਕਮਿਸ਼ਨ ਵਾਸਤੇ ਉਮਰ ਦੀ ਕੋਈ ਹੱਦ ਨਿਸ਼ਚਿਤ ਨਹੀਂ ਹੈ। 4 ਸਾਲ ਉਸ ਪਦਵੀ 'ਤੇ ਰਹਿ ਕੇ ਜੋ ਕਿ ਯੂਨੀਅਨ ਸੈਕਟਰੀ ਰੈਂਕ ਦੀ ਪਦਵੀ ਹੈ, ਮੈਂ ਆਪਣੇ ਆਪ ਸਰਕਾਰ ਨੂੰ ਬੇਨਤੀ ਕਰਕੇ ਨੌਕਰੀ ਛੱਡ ਕੇ ਆਇਆ। ਸੋ ਉਮਰ ਵੱਧ ਲਿਖਾਉਣ ਨਾਲ ਇਸ ਪਾਸਿਓਂ ਤਾਂ ਮੈਨੂੰ ਕੋਈ ਘਾਟਾ ਨਾ ਪਿਆ। ਮੈਂ UNO ਦੀਆਂ ਸੰਸਥਾਵਾਂ 'ਚ 5 ਸਾਲ ਨੌਕਰੀ ਕਰਕੇ ਪੈਨਸ਼ਨ ਦਾ ਹੱਕਦਾਰ ਬਣ ਗਿਆ, ਜੋ ਅੱਜ ਵੀ ਤਕਰੀਬਨ 1,000 ਰੁਪਏ ਪ੍ਰਤੀ ਮਹੀਨਾ ਮਿਲਦੀ ਹੈ, ਜਿਸ 'ਤੇ ਕੋਈ ਟੈਕਸ ਨਹੀਂ ਲੱਗਦਾ। ਇਹ ਪੈਨਸ਼ਨ ਨੌਕਰੀ ਭਾਵੇਂ ਕਦੋਂ ਵੀ ਕੀਤੀ ਹੋਵੇ 60 ਸਾਲ ਦੀ ਉਮਰ ਪੂਰੀ ਹੋਣ 'ਤੇ ਹੀ ਮਿਲਣੀ ਸ਼ੁਰੂ ਹੁੰਦੀ ਹੈ। ਉਮਰ ਦੇ ਸਾਲ ਜ਼ਿਆਦਾ ਲਿਖਾਈ ਜਾਣ ਕਰਕੇ ਇਹ ਪੈਨਸ਼ਨ ਦੇ ਸਾਲ ਪਹਿਲੋਂ ਮਿਲਣੇ ਸ਼ੁਰੂ ਹੋ ਗਏ। ਸੋ ਕੁੱਬੇ ਦੇ ਲੱਤ ਮਾਰੀ ਉਹਦੇ ਗੁਣ ਆਈ ਵਾਲੀ ਗੱਲ ਹੋਈ। ਨੌਕਰੀ ਜਿੰਨਾ ਚਿਰ ਕੀਤੀ ਕਰ ਲਈ ਪੈਨਸ਼ਨ ਅੱਛੀ ਖਾਸੀ 2 ਸਾਲ ਪਹਿਲੋਂ ਸ਼ੁਰੂ ਹੋ ਗਈ, ਹੋਰ ਕੀ ਚਾਹੀਦਾ ਸੀ। ਇਹਨਾਂ ਘਟਨਾਵਾਂ ਨੇ ਮੇਰਾ ਯਕੀਨ ਪੱਕਾ ਕਰ ਦਿੱਤਾ ਕਿ ਉਹ ਹੀ ਹੁੰਦਾ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ। ਜੇ ਮੇਰੀ ਹੀ ਰੱਬ ਨੇ ਮੰਨ ਲਈ ਹੁੰਦੀ ਤਾਂ ਪਿੰਡ ਦੇ ਪਟਵਾਰੀ ਬਣਨ ਤੋਂ ਵੱਧ ਸੋਚ ਹੀ ਨਹੀਂ ਸੀ ਮੇਰੀ। NCC ਵਿੱਚ ਲਾਇਆ ਵਕਤ ਮੈਂ ਬਾਅਦ ਵਿੱਚ ਮਹਿਸੂਸ ਕੀਤਾ ਕਿ ਜ਼ਾਇਆ ਨਹੀਂ ਗਿਆ। ਇਸ ਟ੍ਰੇਨਿੰਗ ਨੇ ਮੇਰੇ ਅੰਦਰ ਇੱਕ ਜ਼ਾਬਤਾ ਪੈਦਾ ਕਰ ਦਿੱਤਾ, ਜਿਸ ਨੇ ਮੈਨੂੰ ਸਾਰੀ ਉਮਰ ਇੱਕ ਸੇਧ 'ਚ ਰੱਖਿਆ। ਅੱਜ ਤੱਕ ਕੋਈ ਸਮਾਗਮ ਹੋਵੇ, ਕਿਤੇ ਜਾਣਾ ਹੋਵੇ, ਕੋਈ ਡਿਊਟੀ ਹੋਵੇ, ਕਦੀ ਲੇਟ ਨਹੀਂ ਗਿਆ। ਕਈ ਵਾਰ ਸਗੋਂ ਵਕਤ ਸਿਰ ਜਾਣ ਨਾਲ ਸੱਦਣ ਵਾਲਿਆਂ ਨੂੰ ਜ਼ਰੂਰ ਨਮੋਸ਼ੀ ਹੋਈ ਹੈ, ਕਿਉਂਕਿ ਜਿਵੇਂ ਕਿ ਸਾਡੇ ਹਿੰਦੁਸਤਾਨੀਆਂ ਦੀ ਜਮਾਂਦਰੂ ਆਦਤ ਹੀ ਬਣ ਗਈ ਹੈ, ਕੋਈ ਫੰਕਸ਼ਨ ਵੀ ਕਦੀ ਵਕਤ ਸਿਰ ਸ਼ੁਰੂ ਹੁੰਦਾ ਹੀ ਨਹੀਂ। ਮੁੱਖ ਮਹਿਮਾਨ ਸਾਹਿਬ ਤਾਂ ਘੰਟਿਆਂ ਬੱਧੀ ਈਦ ਦੇ ਚੰਦ ਵਾਂਗ ਗੋਡੀ ਮਾਰ ਕੇ ਮੁੱਖ ਦਿਖਾਉਂਦੇ ਹਨ। ਆਮ ਕਰਕੇ ਸਾਡੇ ਦੇਸ਼ ਵਿੱਚ ਵਕਤ ਸਿਰ ਪਹੁੰਚਣਾ ਬੇਵਕੂਫੀ ਗਿਣੀ ਜਾਂਦੀ ਹੈ, ਪਰ NCC ਦੀ ਟ੍ਰੇਨਿੰਗ ਨੇ ਹਰ ਔਕੜ ਅਤੇ ਨਮੋਸ਼ੀ ਦੇ ਬਾਵਜੂਦ
ਮੈਨੂੰ ਇਸ ਖੂਬਸੂਰਤ ਬੇਵਕੂਫੀ ਕਰਨ ਤੋਂ ਬਾਜ਼ ਨਹੀਂ ਆਉਣ ਦਿੱਤਾ। NCC ਦਾ ਇੱਕ ਹੋਰ ਫਾਇਦਾ ਇਹ ਹੋਇਆ ਕਿ ਜਦ ਮੈਂ ਕਾਲਜ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ 'ਚ ਅਧਿਆਪਕ ਦੇ ਕੰਮ 'ਤੇ ਲੱਗਾ ਤਾਂ ਮੇਰਾ ਕਲਾਸ ਉੱਤੇ ਕੰਟਰੋਲ ਪੂਰਾ ਰਹਿੰਦਾ ਸੀ। ਹਰ ਵਿਦਿਆਰਥੀ ਮੇਰੀ ਨਿਗਾਹ 'ਚ ਰਹਿੰਦਾ ਸੀ। ਜੇ ਕਿਸੇ ਹੱਥ ਬਾਂਹ ਵੀ ਹਿਲਾਈ, ਮੂੰਹ ਵੀ ਇੱਧਰ ਉੱਧਰ ਕੀਤਾ ਜਾਂ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਨਿਗਾਹ ਫੁੱਟ ਉਸ ਵਿਦਿਆਰਥੀ ਉੱਤੇ ਹੁੰਦੀ ਸੀ। ਨਤੀਜੇ ਵਜੋਂ ਕਲਾਸ ਕਿੱਡੀ ਵੀ ਹੋਵੇ ਮੈਨੂੰ ਕਦੀ ਕੋਈ ਦਿੱਕਤ ਨਹੀਂ ਸੀ ਆਈ। 1 ਸਾਲ ਮੈਂ 276 ਵਿਦਿਆਰਥੀਆਂ ਦੀ ਕਲਾਸ ਨੂੰ ਵੀ ਪੜ੍ਹਾਇਆ। ਇਹ ਕਲਾਸ ਕਿਸੇ ਕਮਰੇ ਵਿੱਚ ਤਾਂ ਸਮੋਈ ਨਹੀਂ ਸੀ ਜਾ ਸਕਦੀ, ਬਾਹਰ ਹੀ ਬਿਠਾਈ ਜਾਂਦੀ ਸੀ। ਇਸ ਕਰਕੇ ਕਈ ਪ੍ਰੋਫੈਸਰ ਸਾਹਿਬ ਤਾਂ ਸਾਰਾ ਸਾਲ ਇਹਨਾਂ ਦੀ ਹਾਜ਼ਰੀ ਲਗਾਉਣਾ ਵੀ ਪੂਰਾ ਨਹੀਂ ਸਨ ਕਰਦੇ ਅਤੇ ਨਾ ਹੀ ਮੁੰਡੇ ਹਾਜ਼ਰੀ ਲਾਉਣ ਦਿੰਦੇ ਸੀ। ਮੇਰਾ ਤਰੀਕਾ ਹੁੰਦਾ ਸੀ ਕਿ 2-4 ਇੱਧਰ ਉੱਧਰ ਦੀਆਂ ਮਤਲਬ ਭਰਪੂਰ ਗੱਲਾਂ ਕਰਕੇ ਸਿੱਧਾ ਹੀ ਲੈਕਚਰ ਸ਼ੁਰੂ ਕਰ ਦੇਣਾ। ਜੇ ਵਿਸ਼ਾ ਪੂਰਾ ਪੜ੍ਹਾਉਣ ਤੋਂ ਬਾਅਦ ਵਕਤ ਬਚਿਆ ਤਾਂ ਹਾਜ਼ਰੀ ਲਾ ਲਈ, ਨਹੀਂ ਤਾਂ ਨਾ ਸੀ। ਕਦੀ ਕਿਸੇ ਮੁੰਡੇ ਨੇ ਸ਼ਰਾਰਤ ਨਹੀਂ ਸੀ ਕੀਤੀ। ਇਹ ਸਭ NCC ਦੀ ਦੇਣ ਸੀ ਕਿ ਬਟਾਲੀਅਨ ਜਦ ਫੋਲਿਨ ਹੁੰਦੀ ਸੀ ਤਾਂ ਹਰ ਜਵਾਨ ਮੇਰੀ ਨਿਗਾਹ 'ਚ ਹੁੰਦਾ ਸੀ। ਇਹ NCC ਦੀ ਟ੍ਰੇਨਿੰਗ ਦਾ ਹੀ ਸਦਕਾ ਸੀ ਕਿ ਮੈਂ ਕਦੀ ਵੀ ਕਿਸੇ ਕਲਾਸ ਨੂੰ ਪੜ੍ਹਾਉਣ ਜਾਂ ਕੰਟਰੋਲ ਕਰਨ 'ਚ ਕੋਈ ਮੁਸ਼ਕਿਲ ਮਹਿਸੂਸ ਨਹੀਂ ਕੀਤੀ। ਇੱਥੋਂ ਤੱਕ ਕਿ ਇੱਕ ਵਾਰ ਕਲਾਸ ਟੂਰ 'ਤੇ 176 ਮੁੰਡਿਆਂ ਦੀ ਕਲਾਸ ਇੱਕ ਜੂਨੀਅਰ ਲੈਕਚਰਰ ਨਾਲ ਲੈ ਕੇ ਯਮੁਨਾ ਨਗਰ ਦਿੱਲੀ ਆਗਰਾ 15 ਦਿਨ ਲਈ ਘੁੰਮਾ ਫਿਰਾ ਲਿਆਇਆ ਸੀ। ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤਰਤੀਬ, ਸਫਾਈ ਅਤੇ ਡਿਸਿਪਲਿਨ ਜੋ ਮੈਨੂੰ ਪ੍ਰਦਾਨ ਹੋਇਆ ਹੈ ਉਹ ਬਹੁਤ ਕਰਕੇ NCC ਦੀ ਬਦੌਲਤ ਹੈ। ਮੈਂ ਸਮਝਦਾ ਕਿ ਹਰ ਵਿਦਿਆਰਥੀ ਨੂੰ ਇਹ ਸਿੱਖਿਆ ਮਿਲਣੀ ਚਾਹੀਦੀ ਹੈ। ਇਸ ਨਾਲ ਸਾਰੀ ਕੌਮ ਦੇ ਕਿਰਦਾਰ ਅਤੇ ਕਦਰਾਂ ਕੀਮਤਾਂ ਉੱਤੇ ਬਹੁਤ ਅੱਛਾ ਅਸਰ ਪੈ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਰਾਸ਼ਟਰੀ ਸਮਾਜ ਸੇਵਾ ਵਗੈਰਾ ਦੀ ਜਗ੍ਹਾ NCC ਹੋਣੀ ਚਾਹੀਦੀ ਹੈ, ਪਰ ਮੇਰੇ ਵਿਚਾਰ 'ਚ ਬਾਕੀ ਸਾਰੀਆਂ ਇਹੋ ਜਿਹੀਆਂ ਸਰਗਰਮੀਆਂ ਨਾਲੋਂ NCC ਵੱਧ ਸਵੈ ਨਿਯੰਤਰਣ ਦੀ ਆਦਤ ਪੈਦਾ ਕਰਦੀ ਹੈ ਅਤੇ ਜ਼ਿੰਦਗੀ 'ਚ ਇੱਕ ਤਰਤੀਬ ਭਰ ਦਿੰਦੀ ਹੈ। ਕਾਲਜ ਦੀ ਘਟਨਾ ਨੇ ਮੇਰੇ ਉੱਤੇ ਖਾਸ ਅਸਰ ਪਾਇਆ ਹੈ। ਉਸ ਵਕਤ ਮੈਂ ਕਾਲਜ ਦੇ 3ਰੇ ਸਾਲ 'ਚ ਪੜ੍ਹਦਾ ਸੀ। ਲੁਧਿਆਣੇ 'ਚ ਇੱਕ ਬਹੁਤ ਵੱਡੀ ਅਕਾਲੀ ਕਾਨਫਰੰਸ ਹੋਈ, ਲੱਖਾਂ ਦੀ ਗਿਣਤੀ 'ਚ ਲੋਕ ਆਏ। ਸਾਡੇ ਨਾਲ ਇੱਕ ਅਫਰੀਕਨ ਮੁੰਡਾ ਪੜ੍ਹਦਾ ਸੀ, ਵਿਲੀਅਮ ਐਡੰਗੋ ਉਹਦਾ ਨਾਂ ਸੀ। ਮੈਂ ਤਾਂ ਕਾਨਫਰੰਸ ਕਰਕੇ ਛੁੱਟੀ ਹੋਣ 'ਤੇ ਪਿੰਡ ਗਿਆ ਹੋਇਆ ਸੀ। ਇਸ ਮੁੰਡੇ ਦੀ ਉਸ ਕਾਨਫਰੰਸ 'ਚ ਆਈ ਕਿਸੇ ਵਿਅਕਤੀ ਨੇ ਕਾਰ ਚੋਰੀ ਕਰ ਲਈ। ਜਦ 4-5 ਦਿਨਾਂ 'ਚ ਪੁਲਿਸ ਨੂੰ ਚੋਰ ਦਾ ਕੋਈ ਪਤਾ ਨਾ ਲੱਗਿਆ ਤਾਂ ਉਹ ਪ੍ਰੋਫੈਸਰਾਂ ਕੋਲ ਸ਼ਰਾਰਤੀ ਮੁੰਡਿਆਂ ਦੇ ਨਾਂ ਪੁੱਛਣ ਲੱਗੇ। ਸਾਡਾ ਇੱਕ ਪ੍ਰੋਫੈਸਰ ਦੀਵਾਨ ਸਿੰਘ ਹੁੰਦਾ ਸੀ, ਬੜਾ ਚੰਗਾ, ਸਿੱਧਾ ਸਾਦਾ ਅਤੇ ਭਲਾ ਮਾਨਸ ਪ੍ਰੋਫੈਸਰ ਸੀ। ਉਹਦਾ ਕਦੀ ਪੁਲਿਸ ਨਾਲ ਵਾਹ ਨਹੀਂ ਸੀ ਪਿਆ। ਇੱਕ ਪੁਲਿਸ ਇੰਸਪੈਕਟਰ ਅਤੇ ਕੁਝ ਸਿਪਾਹੀ ਜਦ ਉਸ ਕੋਲ ਗਏ ਤਾਂ ਪ੍ਰੋਫੈਸਰ ਸਾਹਿਬ ਵਿਚਾਰੇ ਘਬਰਾ ਗਏ। ਪੁੱਛਣ 'ਤੇ ਉਹਨਾਂ ਫਟਾਫਟ 5-6 ਸਿਰ ਕੱਢ ਮੁੰਡਿਆਂ ਦੇ ਨਾਂ ਲੈ ਦਿੱਤੇ। ਪੁਲਿਸ ਮੈਨੂੰ ਵੀ ਥਾਣੇ ਲੈ ਗਈ। ਰਾਹ 'ਚ ਥਾਣੇਦਾਰ ਪੁੱਛਣ ਲੱਗਾ ਕਿ ਸੱਚ ਦੱਸ ਕਦੀ ਚੋਰੀ ਕੀਤੀ ਹੈ, ਕਿਉਂਕਿ ਮੇਰੇ ਅੰਦਰ ਕੋਈ ਕਾਲਾ ਨਹੀਂ ਸੀ ਅਤੇ ਚੋਰੀ ਵਾਲੇ ਦਿਨ ਮੈਂ ਇੱਥੇ ਹੈ ਹੀ ਨਹੀਂ ਸੀ। ਮੈਂ ਬੇਝਿਜਕ ਹੋ ਕੇ ਜਵਾਬ ਦਿੱਤਾ, ਜੀ ਹਾਂ ਕਰ ਲੈਂਦਾ, ਪਰ ਸ਼ੁਗਲੋ ਸ਼ੁਗਲੀ, ਕਦੇ ਰੁਮਾਲ ਚੁਰਾ ਲਿਆ, ਘਿਓ ਜਾਂ ਕਿਚਨ 'ਚੋਂ ਜੈਲੀ ਆਦਿ। ਮੈਂ ਕਿਹਾ ਹੁਣ ਵੀ ਘੱਟੋ ਘੱਟ 6-7 ਰੁਮਾਲ ਚੋਰੀ ਕੀਤੇ ਵਿਖਾ ਸਕਦਾ। ਇਹਨਾਂ ਵਿੱਚੋਂ ਇੱਕ ਰੁਮਾਲ ਪ੍ਰੋਫੈਸਰ ਦੀਵਾਨ ਸਿੰਘ ਦਾ ਹੈ। ਰੁਮਾਲ ਚੋਰੀ ਕਰਨਾ ਮੇਰਾ ਅਤੇ ਇੱਕ ਦੋ ਹੋਰ ਮੁੰਡਿਆਂ ਦਾ ਸ਼ੌਕ ਹੈ। ਤੁਹਾਨੂੰ ਪਤਾ ਹੀ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਤਾਂ ਮੁੰਡਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਹੋਸਟਲ ਵਿੱਚ, ਇਹਨਾਂ ਦੀ ਚੋਰੀ ਕੋਈ ਚੋਰੀ ਨਹੀਂ ਗਿਣਦੇ ਅਸੀਂ। ਉਹਨੇ ਪੁੱਛਿਆ ਕਦੀ ਵੱਡੀ ਚੋਰੀ ਵੀ ਕੀਤੀ ਹੈ? ਮੈਂ ਕਿਹਾ ਨਹੀਂ। ਪੈਸਾ ਧੇਲਾ ਜਾਂ ਕੋਈ ਐਸੀ ਚੀਜ਼ ਕਿਸੇ ਦੀ ਡਿੱਗੀ ਹੋਈ ਜਾਂ ਗੁਆਚੀ ਹੋਈ ਵੀ ਮਿਲ ਜਾਏ ਤਾਂ ਕਾਲਜ ਵਿੱਚ ਦਫ਼ਤਰ 'ਚ ਜਮ੍ਹਾਂ ਕਰਾ ਦੇਈਦੀ ਹੈ। ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੈਨੂੰ ਚੋਰੀ ਦੇ ਇਲਜ਼ਾਮ 'ਚ ਫੜ ਕੇ ਲਈ ਜਾ ਰਿਹਾ। ਮੈਂ ਕਾਫੀ ਘਬਰਾ ਗਿਆ, ਪਰ ਮੈਂ ਹੁਣ ਮਹਿਸੂਸ ਕਰਦਾ ਕਿ ਥਾਣੇਦਾਰ ਸਮਝਦਾਰ ਸੀ। ਉਹ ਸਮਝ ਗਿਆ ਕਿ ਇਹ ਚੋਰ ਨਹੀਂ, ਐਵੇਂ ਬੱਚਿਆਂ ਵਾਲੀਆਂ ਮਾਰੀ ਜਾਂਦਾ, ਅਤੇ ਇਹਨੇ ਕਦੀ ਪੁਲਿਸ ਦੇ ਹੱਥ ਨਹੀਂ ਵੇਖੇ। ਖੈਰ, ਮੈਨੂੰ ਲੁਧਿਆਣੇ ਪੁਰਾਣੀ ਕਚਹਿਰੀ ਕੋਲ ਇੱਕ ਥਾਣਾ ਚੌਕੀ 'ਚ ਇੱਕ ਕਮਰੇ 'ਚ ਬੰਦ ਕਰ ਦਿੱਤਾ। 3-4 ਹੋਰ ਵੀ ਮੇਰੇ ਜਮਾਤੀ ਪੁਲਿਸ ਫੜ ਕੇ ਲਿਆਈ ਸੀ। ਉਹਨਾਂ ਵਿੱਚੋਂ ਇੱਕ ਮੁੰਡਾ ਸ਼ਿੰਗਾਰਾ ਸਿੰਘ ਬੜਾ ਅੱਖੜ ਸੀ ਅਤੇ ਮੂੰਹ ਫੁੱਟ ਸੀ। ਜਦ ਉਹਨੂੰ ਰਾਹ 'ਚ ਪੁਲਿਸ ਲਈ ਆਉਂਦੀ ਸੀ ਤਾਂ ਕਿਸੇ ਮੁੰਡੇ ਨੇ ਪੁੱਛਿਆ, ਸ਼ਿੰਗਾਰੇ ਕੀ ਗੱਲ ਹੋਈ, ਕਿੱਥੇ ਲਈ ਜਾਂਦੀ ਹੈ ਪੁਲਿਸ ਤੈਨੂੰ? ਉਹਨੇ ਜਵਾਬ ਦਿੱਤਾ, ਨਾਨਕੀਂ ਚੱਲਿਆਂ। ਇਸ ਨਾਲ ਪੁਲਿਸ ਵਾਲੇ ਕਾਫੀ ਨਾਰਾਜ਼ ਹੋ ਗਏ ਅਤੇ ਉਹਨੂੰ ਅਤੇ ਜਿਹੜੇ ਮੁੰਡੇ ਉਹਨੇ ਨਾਲ ਉਹਦੇ ਨਾਲ ਫੜੇ ਸੀ ਉਹਨਾਂ ਨੂੰ ਕਾਫੀ ਤੌਣੀ ਚਾੜੀ। ਮੈਂ ਜਦ ਕਮਰੇ 'ਚ ਬੰਦ ਸਾਂ ਤਾਂ ਬਾਹਰ ਹਾਲ ਦਵਾਈ ਸੁਣ ਕੇ ਮੈਂ ਵੀ ਘਬਰਾ ਗਿਆ।
ਜਿਸ ਕਮਰੇ 'ਚ ਮੈਂ ਸਾਂ ਉੱਥੇ ਇੱਕ ਹੋਰ ਵੀ ਅਧਖੜ ਜਿਹਾ ਮੁਜਰਮ ਬੰਦ ਸੀ। ਉਹਨੇ ਵੀ ਮੈਨੂੰ ਬੜਾ ਡਰਾਇਆ ਕਿ ਤੂੰ ਕਾਕਾ ਕਿੱਥੇ ਕਸਾਈਆਂ ਦੇ ਵੱਸ ਪੈ ਗਿਆ, ਇਹਨਾਂ ਤਾਂ ਤੇਰੀ ਮੁੰਜ ਲਾਹ ਦੇਣੀ ਹੈ। ਮੈਂ ਸਹਿਮਿਆ ਹੋਇਆ ਤਕਰੀਬਨ 3-4 ਘੰਟੇ ਉਸ ਹਵਾਲਾ 'ਚ ਰਿਹਾ। ਬਾਰੀ ਵਿੱਚੋਂ ਬਾਹਰ ਜਦ ਮੈਂ ਆਜ਼ਾਦ ਫਿਰਦੇ ਬੰਦਿਆਂ ਨੂੰ ਵੇਖਦਾ ਸਾਂ ਤਾਂ ਮਹਿਸੂਸ ਕਰਦਾ ਸਾਂ ਕਿ ਕੁਰਬਾਨੀ ਹੈ, ਅਤੇ ਸਿਰਫ ਇਸ ਕਰਕੇ ਕੁਰਬਾਨੀ ਦਿੱਤੀ ਹੈ ਕਿ ਅਸੀਂ ਸਿਰ ਚੁੱਕ ਕੇ ਆਜ਼ਾਦੀ ਨਾਲ ਤੁਰ ਸਕੀਏ। ਉਸ ਦਿਨ ਤੋਂ ਬਾਅਦ ਕਿਸੇ ਵੀ ਆਜ਼ਾਦੀ ਘੁਲਾਟੀਏ ਲਈ ਮੇਰੇ ਅੰਦਰ ਅਥਾਹ ਇੱਜ਼ਤ ਅਤੇ ਸਤਿਕਾਰ ਪੈਦਾ ਹੋ ਗਿਆ ਜੋ ਅੱਜ ਤੱਕ ਕਾਇਮ ਹੈ। ਜਦੋਂ ਵੀ ਮੈਂ ਕਿਸੇ ਪੁਰਾਣੀ ਆਜ਼ਾਦੀ ਦੇ ਪਰਵਾਨੇ ਨੂੰ ਵੇਖਦਾ ਤਾਂ ਮੇਰਾ ਸਿਰ ਝੁੱਕ ਜਾਂਦਾ। ਮੇਰੀ ਜ਼ਿੰਦਗੀ ਵਿੱਚ ਜੇ ਕੋਈ ਵੀ ਕਿਸੇ ਆਜ਼ਾਦੀ ਦੇ ਘੁਲਾਟੀਏ ਦਾ ਬੱਚਾ ਜਾਂ ਉਸ ਬੱਚੇ ਦਾ ਬੱਚਾ ਮੇਰੇ ਕੋਲ ਕਿਸੇ ਮਦਦ ਲਈ ਆਇਆ, ਮੈਂ ਖਿੜੇ ਮੱਥੇ ਵਾਹ ਲੱਗਦੀ ਤੱਕ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੈਨੂੰ ਹਵਾਲਾਤ ਦੇ ਕਮਰੇ ਦੀ ਦੇਣ ਹੈ ਜਿੱਥੇ ਮੈਂ ਬੇਕਸੂਰਾ 3-4 ਘੰਟੇ ਬੰਦ ਰਿਹਾ। ਕਈ ਵਾਰੀ ਸੋਚਦਾ ਕਿ ਜ਼ਰੂਰੀ ਨਹੀਂ ਕਿ ਚੰਗੀਆਂ ਘਟਨਾਵਾਂ ਦਾ ਅਸਰ ਹੀ ਹਮੇਸ਼ਾ ਚੰਗਾ ਹੁੰਦਾ, ਕਈ ਵਾਰ ਮਾੜੀਆਂ ਘਟਨਾਵਾਂ ਦਾ ਅਸਰ ਵੀ ਬਹੁਤ ਅੱਛਾ ਹੁੰਦਾ, ਪਰ ਇਹ ਨਿਰਭਰ ਇਸ ਚੀਜ਼ 'ਤੇ ਕਰਦਾ ਕਿ ਮੁਤਾਸਰ ਹੋਣ ਵਾਲਾ ਆਦਮੀ ਕਿਸ ਮਿੱਟੀ ਦਾ ਬਣਿਆ। ਜਿੱਥੇ ਪੁਲਿਸ ਦਾ ਵਤੀਰਾ ਇੱਕ ਆਦਮੀ ਨੂੰ ਪੱਕਾ ਅਪਰਾਧੀ ਵੀ ਬਣਾ ਸਕਦਾ, ਉੱਥੇ ਮੁਨਾਸਿਬ ਸਜ਼ਾ ਇਨਸਾਨ ਦੀ ਜ਼ਿੰਦਗੀ ਨੂੰ ਕੋਈ ਸੁਚੱਜੀ ਮਤ ਵੀ ਦੇ ਸਕਦੀ ਹੈ। ਖੈਰ, ਜਦ 3-4 ਘੰਟੇ ਬਾਅਦ ਮੈਨੂੰ ਉਸ ਇੰਸਪੈਕਟਰ ਨੇ ਜਿਸਦਾ ਨਾਂ ਉਦੇ ਸਿੰਘ ਸੀ ਬਾਹਰ ਕੱਢਿਆ ਤਾਂ ਮੈਂ ਦੇਖਿਆ ਕਿ 2 ਮੁੰਡਿਆਂ ਦੀਆਂ ਪੱਗਾਂ ਲੱਥੀਆਂ ਹੋਈਆਂ ਸਨ ਅਤੇ ਲੱਗਦਾ ਸੀ ਕਿ ਮਾਰ ਪਈ ਹੈ। ਉਹਨਾਂ ਦੇ ਕੋਲ ਲਿਆ ਕੇ ਮੈਨੂੰ ਉਸ ਇੰਸਪੈਕਟਰ ਨੇ ਇੱਕ ਧੱਫਾ ਮਾਰਿਆ ਅਤੇ ਕਿਹਾ, ਕਿਉਂ ਏ ਚੋਰੀ ਅੱਜ ਦੱਸੇਗਾ ਕਿ ਕੱਲ੍ਹ? ਮੈਂ ਸੁੱਤੇ ਸਿੱਧੀ ਉੱਤਰ ਦਿੱਤਾ, ਜੀ ਕੱਲ੍ਹ ਨੂੰ ਦੱਸਾਂਗਾ। ਇੰਸਪੈਕਟਰ ਮੁਸਕਰਾਇਆ ਅਤੇ ਕਹਿਣ ਲੱਗਾ, ਚੱਲ ਭੱਜ ਆ, ਕੱਲ੍ਹ ਨੂੰ ਇਸੇ ਵੇਲੇ ਇੱਥੇ ਆ ਜਾਈ ਅਤੇ ਦੱਸੀ ਚੋਰੀ ਕਿਸਨੇ ਕੀਤੀ ਹੈ। ਮੈਂ ਅੱਛਾ ਜੀ ਕਿਹਾ ਕਿ ਫਟਾਫਟ ਉੱਥੋਂ ਨਿਕਲਿਆ ਅਤੇ ਲੱਖ ਲੱਖ ਸ਼ੁਕਰ ਕੀਤਾ। ਖੈਰ, ਦੂਜੇ ਦਿਨ ਵਾਪਸ ਜਾਣ ਦੀ ਨੌਬਤ ਨਾ ਆਈ ਕਿਉਂਕਿ ਸਾਡੇ ਪ੍ਰੋਫੈਸਰਾਂ ਨੇ ਕੁੱਟੇ ਹੋਏ ਮੁੰਡਿਆਂ ਦਾ ਡਾਕਟਰੀ ਮੁਆਇਨਾ ਕਰਾ ਕੇ ਉੱਪਰ ਰਿਪੋਰਟ ਕਰਨ ਦੀ ਸੋਚ ਲਈ ਸੀ, ਜਿਸ ਨਾਲ ਪੁਲਿਸ ਨੂੰ ਲੈਣੇ ਦੇ ਦੇਣੇ ਪੈ ਗਏ ਅਤੇ ਸਾਡੀਆਂ ਮਿੰਨਤਾਂ ਕਰਕੇ ਛੁੱਟੇ। ਅਸੀਂ ਫੂਕ ਛੱਕ ਗਏ ਅਤੇ ਕਹੀਏ ਕਿ ਅਸੀਂ ਪੁਲਿਸ ਦੀਆਂ ਫੀਤੀਆਂ ਲੁਹਾਣੀਆਂ ਹਨ। ਉਦੋਂ ਕਾਨੂੰਨ ਦਾ ਕਾਫੀ ਹੱਦ ਤੱਕ ਰਾਜ ਹੁੰਦਾ ਸੀ, ਅੱਜ ਵਾਲੀ ਧਾਂਦਲੀ ਨਹੀਂ ਸੀ ਕਿ ਜਿਹਨੂੰ ਪੁਲਿਸ ਦੀ ਮਰਜ਼ੀ ਚੁੱਕ ਅੰਦਰ ਦੇ ਦੇਵੇ, ਜਿੰਨਾ ਚਿਰ ਬਗੈਰ ਦੱਸੇ ਪੁੱਛੇ ਮੁਕੱਦਮਾ ਚਲਾਏ ਅੰਦਰ ਡੱਕੀ ਰੱਖੇ, ਜੋ ਮਰਜ਼ੀ ਤਸੀਹੇ ਦੇਵੇ, ਬੇਇੱਜ਼ਤ ਕਰੇ, ਅਪਾਹਜ ਬਣਾ ਦੇਵੇ, ਜਾਂ ਜੀ ਚਾਹੇ ਜਾਂ ਪੁਲਿਸ ਮੁਕਾਬਲਾ ਬਣਾ ਕੇ ਘੁੱਗੀ ਚਿੱਤ ਕਰ ਦੇਵੇ, ਹਿੰਦੁਸਤਾਨੀ ਤਰਜ਼ ਦੇ ਲੋਕਤੰਤਰ ਦੀਆਂ ਨਾ ਬਰਕਤਾਂ ਦੀ ਵਰਖਾ ਹਾਲੇ ਉਦੋਂ ਹੋਣ ਨਹੀਂ ਸੀ ਲੱਗੀ। ਪੁਲਿਸ ਅਤੇ ਪ੍ਰਸ਼ਾਸਨ ਲੋਕਾਂ ਦੇ ਕਾਫੀ ਹੱਦ ਤੱਕ ਸੇਵਾਦਾਰ ਹੁੰਦੇ ਸਨ, ਇਸ ਲਈ ਕਿ ਸੱਤਾਧਾਰੀ ਰਾਜਨੀਤਿਕ ਆਗੂ ਵੀ ਲੋਕ ਸੇਵਾ 'ਚ ਆਪਣਾ ਨਿਰਵਾਣ ਭਾਲਦੇ ਸਨ। ਹੁਣ ਜਦ ਹੌਲੀ ਹੌਲੀ ਇਸ ਰਾਜਨੀਤੀ ਨੇ ਪੈਸੇ, ਗੁੰਡਾਗਰਦੀ, ਝੂਠ ਤੂਫਾਨ ਅਤੇ ਭ੍ਰਿਸ਼ਟਾਚਾਰ, ਬੇਈਮਾਨੀ ਦਾ ਬੋਲਬਾਲਾ ਕਰ ਦਿੱਤਾ ਹੈ ਤਾਂ ਇਹ ਸਿਆਸੀ ਲੋਕ ਜਨਤਾ ਦੇ ਮਾਲਕ ਬਣ ਗਏ ਹਨ ਅਤੇ ਪੁਲਿਸ ਜਾਂ ਪ੍ਰਸ਼ਾਸਨ ਸਿਰਫ ਇਹਨਾਂ ਨੂੰ ਹੀ ਜਵਾਬਦੇਹ ਹੋਣ ਕਾਰਨ ਆਪ ਸੱਤਾਧਾਰੀ ਰਾਜੇ ਬਣ ਬੈਠੇ ਹਨ ਅਤੇ ਗੈਰ ਇਨਸਾਨੀ ਢੰਗ ਨਾਲ ਕਾਨੂੰਨਾਂ ਦੇ ਸਹਾਰੇ ਅਤੇ ਕਾਨੂੰਨ ਤੋਂ ਬਾਹਰ ਹੋ ਕੇ ਵੀ ਮਨਮਾਨੀ ਕਰਦੇ ਹਨ। ਕੋਈ ਪੁੱਛਣ ਵਾਲਾ ਹੀ ਨਹੀਂ ਰਹਿ ਗਿਆ ਇਹਨਾਂ ਨੂੰ। ਸੋਚਦਾ ਜੇ ਉਹ ਆਜ਼ਾਦੀ ਸੀ ਤਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਆਪਣੇ ਪਰ ਜਲਾਉਣ ਦੀ ਕੀ ਲੋੜ ਸੀ? ਇੰਨੇ ਤਸੀਹੇ, ਤਸ਼ੱਦਦ ਅਤੇ ਗੈਰ ਇਨਸਾਨੀ ਵਰਤਾਓ ਤਾਂ ਅੰਗਰੇਜ਼ਾਂ ਦੀ ਪੁਲਿਸ ਨੇ ਗੁਲਾਮਾਂ ਨਾਲ ਵੀ ਨਹੀਂ ਸੀ ਕੀਤਾ। ਉਹਨਾਂ ਵੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਤਕੜੀ ਨਕੇਲ ਪਾਈ ਹੋਈ ਸੀ। ਇਹ ਭੂਰੇ ਸਾਹਿਬ ਤਾਂ ਚਿੱਟੇ ਸਾਹਿਬਾਂ ਨਾਲੋਂ ਵੀ 20 ਗੁਣਾ ਘਟੀਆ ਅਤੇ ਹੰਕੜਬਾਜ਼ ਨੇ। ਉਹਨਾਂ ਨੂੰ ਸ਼ਾਇਦ ਕੋਈ ਝਿਜਕ ਹੋਏਗੀ, ਇਹਨਾਂ ਨੂੰ ਤਾਂ ਕਈ ਕੋਈ ਹਿਆ ਨਹੀਂ। ਜੇ ਕੋਈ ਭਲਾ ਮਾਨਸ ਅਫਸਰ ਜਾਂ ਕਰਮਚਾਰੀ ਇਹਨਾਂ ਦੇ ਚੁੰਗਲ 'ਚ ਫਸ ਜਾਂਦਾ ਹੈ ਤਾਂ ਇਹ ਤਾਂ ਉਹਨੂੰ ਵੀ ਰਗੜਾ ਚਾੜ ਦਿੰਦੇ ਨੇ। ਵਿਚਾਰਾ ਸਾਰਾ ਸਰਵਿਸ ਕੈਰੀਅਰ ਜਾਂ ਤਾਂ ਕਿਸੇ ਗੁੱਠੇ ਲੱਗ ਕੇ ਕੱਟਦਾ ਅਤੇ ਜਾਂ ਫਿਰ ਮੱਖਣ 'ਚੋਂ ਵਾਲ ਵਾਂਗੂ ਕੱਢ ਕੇ ਚੱਲਦਾ ਕਰ ਦਿੱਤਾ ਜਾਂਦਾ ਹੈ। ਖੈਰ, ਸਾਨੂੰ ਚਾਂਭਲਿਆਂ ਨੂੰ ਝਿੜ ਕੇ ਪ੍ਰੋਫੈਸਰ ਸਾਹਿਬ ਨੇ ਚੁੱਪ ਕਰਾ ਦਿੱਤਾ ਅਤੇ ਪ੍ਰਿੰਸੀਪਲ ਸਾਹਿਬ ਸਾਹਮਣੇ ਸਾਡੇ ਪੁਲਿਸ ਵਾਲਿਆਂ ਨਾਲ ਹੱਥ ਮਿਲਾ ਦਿੱਤੇ, ਜੱਫੀਆਂ ਪਵਾ ਦਿੱਤੀਆਂ। ਹੋਰ ਗੱਲਾਂ ਤੋਂ ਇਲਾਵਾ ਜੋ ਇੱਕ ਅਹਿਸਾਸ ਮੈਨੂੰ ਪੁਲਿਸ ਬਾਰੇ ਇਸ ਘਟਨਾ ਤੋਂ ਹੋਇਆ ਉਹ ਇਹ ਹੈ ਕਿ ਪੁਲਿਸ ਵਾਲਿਆਂ ਨੂੰ ਆਪਣੇ ਤਜਰਬੇ ਦੇ ਆਧਾਰ 'ਤੇ ਪਤਾ ਜ਼ਰੂਰ ਲੱਗ ਜਾਂਦਾ ਕਿ ਜਿਹੜਾ ਬੰਦਾ ਉਹਨਾਂ ਫੜਿਆ ਹੈ ਜਾਂ ਹਿਰਾਸਤ ਵਿੱਚ ਲਿਆ ਹੈ ਉਹਨੇ ਉਹ ਅਪਰਾਧ ਕੀਤਾ ਹੈ ਕਿ ਨਹੀਂ। ਕੁਝ ਹੋਰ ਮਜਬੂਰੀਆਂ ਜਾਂ ਹੈਵਾਨੀ ਬਿਰਤੀਆਂ ਦੇ ਕਾਰਨ ਭਾਵੇਂ ਉਹ ਮੁਜਰਮ ਨਾਲ ਗੈਰ ਇਨਸਾਨੀ ਵਤੀਰਾ ਕਰਨ, ਪਰ ਕਾਫੀ ਹੱਦ ਤੱਕ ਜਾਣ ਜ਼ਰੂਰ ਲੈਂਦੇ ਹਨ ਕਿ ਆਦਮੀ ਨੇ ਅਪਰਾਧ ਕੀਤਾ ਕਿ ਨਹੀਂ। ਉਸ ਪੁਲਿਸ ਇੰਸਪੈਕਟਰ ਨੂੰ ਪੂਰਾ ਯਕੀਨ ਹੋ ਚੁੱਕਾ ਸੀ ਕਿ ਜਿਸ ਤਰ੍ਹਾਂ ਮੈਂ ਚੋਰੀ ਬਾਰੇ ਫੂਕ ਛੱਕੀ ਜਾ ਰਿਹਾ ਅਤੇ ਭੋਲੇ ਭਾਈ ਮੰਨੀ ਜਾ ਰਿਹਾ ਸੀ ਕਿ ਹਾਂ ਮੈਂ ਮਾੜੀ ਮੋਟੀ ਚੋਰੀ ਕਰ ਲੈਂਦਾ ਸੀ, ਮੈਂ ਚੋਰੀ ਨਹੀਂ ਸੀ ਕੀਤੀ ਅਤੇ ਨਾ ਹੀ ਮੈਨੂੰ ਚੋਰ ਦਾ ਕੁਝ ਪਤਾ ਸੀ। ਜਿਸ ਤਰ੍ਹਾਂ ਮੁਸਕੜੀਆਂ ਹੱਸ ਕੇ ਉਸ ਮੈਨੂੰ ਉੱਥੋਂ ਥਾਣਿਓਂ ਭੱਜ ਜਾਣ ਲਈ ਕਿਹਾ,
ਉਹਨੂੰ ਪਤਾ ਸੀ ਕਿ ਮੈਂ ਕੱਲ ਨੂੰ ਜਾਂ ਕਦੀ ਵੀ ਨਹੀਂ ਦੱਸ ਸਕਣਾ ਕਿ ਕਿਸ ਨੇ ਚੋਰੀ ਕੀਤੀ ਹੈ। ਇਸ ਕਰਕੇ ਮੈਨੂੰ ਯਕੀਨ ਹੈ ਕਿ ਪੁਲਿਸ ਜੇ ਜੋ ਤਸ਼ੱਦਦ ਕਰਦੀ ਹੈ ਜਾਂ ਗੈਰ ਇਨਸਾਨੀ ਤਸੀਹ ਮੁਲਜ਼ਮਾਂ ਨੂੰ ਦਿੰਦੀ ਹੈ, ਉਹ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੁਲਜ਼ਮ ਨੇ ਅਪਰਾਧ ਕੀਤਾ ਹੈ ਕਿ ਨਹੀਂ। ਇਹ ਤਸ਼ੱਦਦ ਦਾ ਮੁਲਜ਼ਮ ਦੇ ਅਪਰਾਧ ਕਰਨ ਜਾਂ ਨਾ ਕਰਨ ਨਾਲ ਆਮ ਤੌਰ 'ਤੇ ਕੋਈ ਸੰਬੰਧ ਨਹੀਂ ਹੁੰਦਾ। ਉਹ ਤਸ਼ੱਦਦ ਕਰਦੇ ਨੇ ਕਿ ਕਿਸੇ ਹੋਰ ਵਜ੍ਹਾ ਕਰਕੇ ਜਾਂ ਇਸ ਕਰਕੇ ਕਿ ਉਹ ਇਹ ਤਸ਼ੱਦਦ ਕਰ ਸਕਦੇ ਨੇ, ਅਤੇ ਕੋਈ ਪੁੱਛਣ ਵਾਲਾ ਨਹੀਂ। ਮੈਂ ਕੋਈ ਮਜ਼ਹਬੀ ਰੰਗਤ 'ਚ ਰੰਗਿਆ ਵਿਦਿਆਰਥੀ ਨਹੀਂ ਸੀ, ਘਰ ਦਾ ਵਾਤਾਵਰਨ ਵੀ ਉੱਕਾ ਮਜ਼ਹਬੀ ਨਹੀਂ ਸੀ। ਇਸ ਗੱਲ ਦੀ ਸੂਝ ਮੈਨੂੰ ਹੋਰ ਵੀ ਵੱਧ ਲੱਗੀ ਜਦ ਇੱਕ ਦਿਨ ਅਮਰੀਕਾ ਵਿੱਚ ਮੈਂ ਆਪਣੇ ਬੇਟੇ ਜਨਮੇਜੇ ਨੂੰ ਕਿਹਾ ਕਿ ਤੂੰ ਸਕੂਲ ਵਿੱਚ ਜੇ ਇਸ ਪਗੜੀ ਨਾਲ ਆਪਣੇ ਆਪ ਨੂੰ ਹੋਰੋਂ ਜਿਹਾ ਮਹਿਸੂਸ ਕਰਦਾ ਜਾਂ ਮੈਨੂੰ ਮੈਂ ਕੋਈ ਮਜ਼ਹਬੀ ਰੰਗਤ 'ਚ ਰੰਗਿਆ ਵਿਦਿਆਰਥੀ ਨਹੀਂ ਸਾਂ, ਘਰ ਦਾ ਵਾਤਾਵਰਨ ਵੀ ਉੱਕਾ ਮਜ਼ਹਬੀ ਨਹੀਂ ਸੀ। ਆਪਣੀ ਜ਼ਿੰਦਗੀ 'ਚ ਆਪਣੇ ਪਿਤਾ ਜੀ ਦੇ ਮੂੰਹੋਂ ਸਿਰਫ ਵਾਹਿਗੁਰੂ ਸ਼ਬਦ ਤੋਂ ਸਿਵਾ ਕੋਈ ਹੋਰ ਧਾਰਮਿਕ ਸ਼ਬਦ ਮੈਂ ਅੱਜ ਤੱਕ ਨਹੀਂ ਸੁਣਿਆ। ਉਹ ਕਹਿੰਦੇ ਸਨ ਕਿ ਥਾਣੇਦਾਰ ਤੋਂ ਅਪਰਾਧੀ ਡਰੇ, ਬੇਗੁਨਾਹ ਆਦਮੀ ਜੋ ਅਪਰਾਧ ਕਰਦਾ ਹੀ ਨਹੀਂ ਉਹ ਕਿਉਂ ਡਰੇ ਜਾਂ ਮਿੰਨਤਾਂ ਕਿਉਂ ਕਰੇ। ਉਹਨਾਂ ਦਾ ਇਹ ਅਕੀਦਾ ਕਿ ਜਦ ਮੈਂ ਕਿਸੇ ਦਾ ਬੁਰਾ ਕਰਨਾ ਤਾਂ ਕੀ ਕਦੇ ਬੁਰਾ ਸੋਚਿਆ ਤੱਕ ਵੀ ਨਹੀਂ, ਤਾਂ ਮੈਂ ਕਿਉਂ ਰੱਬ ਤੋਂ ਐਵੇਂ ਡਰੀ ਜਾਵਾਂ ਅਤੇ ਹਰ ਰੋਜ਼ ਗੁਰਦੁਆਰੇ ਜਾਂ ਮੰਦਰ ਮੱਥਾ ਟੇਕਦੇ ਫਿਰਾਂ। ਰੱਬ ਦਾ ਨਾਂ ਤਾਂ ਦਿਹਾੜੀ ਵਿੱਚ ਇੱਕ ਵਾਰੀ ਲਿਆ ਹੀ ਬਹੁਤ ਹੁੰਦਾ। ਬਾਕੀ ਘਰ ਦੇ ਵਿੱਚ ਕੋਈ ਵੀ ਧਾਰਮਿਕ ਵਾਤਾਵਰਨ ਨਹੀਂ ਸੀ, ਘਰ 'ਚ ਕੋਈ ਪਾਠ ਨਹੀਂ ਸੀ ਕਰਦਾ, ਕੋਈ ਰਹਿਤ ਬੰਧਨ ਨਹੀਂ ਸੀ। ਇਸ ਕਰਕੇ ਮੈਂ ਵਾਲ ਰੱਖਾਂ ਨਾ ਰੱਖਾਂ, ਪਗੜੀ ਬੰਨਾਂ ਨਾ ਬੰਨਾਂ ਕੋਈ ਨਹੀਂ ਸੀ ਪੁੱਛਦਾ। ਹਾਂ, ਮੈਥੋਂ ਉਮੀਦ ਜ਼ਰੂਰ ਕੀਤੀ ਜਾਂਦੀ ਸੀ ਕਿ ਮੈਂ ਵਾਲ ਰੱਖਾਂ ਅਤੇ ਪਗੜੀ ਬੰਨਾਂ। ਜਦ ਮੈਂ 10ਵੀਂ ਜਮਾਤ ਦੇ ਅਖੀਰ ਵਿੱਚ ਡਰਾਮੇ 'ਚ ਹਿੱਸਾ ਲੈਣ ਖਾਤਰ ਸਿਰ ਮੁਨਾ ਦਿੱਤਾ ਤਾਂ ਬਜ਼ੁਰਗਾਂ ਨੇ ਮਹਿਸੂਸ ਜ਼ਰੂਰ ਕੀਤਾ ਸੀ, ਭਾਵੇਂ ਮੈਨੂੰ ਕੁਝ ਕਿਹਾ ਕੁਝ ਨਹੀਂ। ਪਰ ਗੱਲ ਉਦੋਂ ਵਿਗੜੀ ਜਦ ਮੈਂ ਪਹਿਲੇ ਸਾਲ ਦਾ ਕਾਲਜ ਦਾ ਇਮਤਿਹਾਨ ਦੇ ਕੇ ਘਰ ਪਰਤਿਆ ਅਤੇ ਜਦ ਅੰਮ੍ਰਿਤਸਰ ਤੋਂ ਜਲੰਧਰ ਅਤੇ ਜਲੰਧਰ ਤੋਂ ਪਿੰਡ ਨੇੜੇ ਦੇ ਸਟੇਸ਼ਨ ਬਾਬਲ ਕੇ ਗੱਡੀਆਂ ਉਤਰਿਆ ਤਾਂ ਮੇਰਾ ਚਾਚਾ ਜੀ ਮੈਨੂੰ ਲੈਣ ਆਏ ਸਨ। ਮੈਂ ਕੱਪੜੇ ਦਾ ਬਿੰਨਾ ਜਿਹਾ ਬਣਾ ਕੇ ਟਰੰਕ ਸਿਰ 'ਤੇ ਚੁੱਕ ਲਿਆ ਅਤੇ ਚਾਚਾ ਜੀ ਨੇ ਮੇਰਾ ਕਿਤਾਬਾਂ ਵਾਲਾ ਬੈਗ ਚੁੱਕ ਲਿਆ। ਜਦ ਅਸੀਂ ਬਾਬਲ ਕੇ ਪਿੰਡ ਵਿੱਚੋਂ ਲੰਘ ਰਹੇ ਸੀ ਤਾਂ ਉੱਥੇ ਬੋਰਡ ਹੇਠਾਂ ਕਾਫੀ ਸਾਰੀਆਂ ਕੁੜੀਆਂ ਖੇਡ ਅਤੇ ਪੀਂਘ ਝੂਟ ਰਹੀਆਂ ਸਨ। ਸਾਨੂੰ ਵੇਖ ਕੇ ਰੌਲੀ ਪਾਉਣ ਲੱਗ ਪਈਆਂ, ਆ ਜੋ ਨਹੀਂ ਵੰਗਾਂ ਵੇਚਣ ਵਾਲੇ ਆਏ ਨੇ। ਟਰੰਕ ਚੁੱਕੀ ਮੇਰੀ ਸ਼ਕਲ ਹੀ ਇੰਝ ਲੱਗਦੀ ਸੀ ਜਿਵੇਂ ਵੰਗਾਂ ਵੇਚਣ ਵਾਲਾ ਹੋਵਾਂ। ਮਸਾਂ ਸਮਝਾਇਆ ਕੁੜੀਆਂ ਨੂੰ ਕਿ ਅਸੀਂ ਵੰਗਾਂ ਵੇਚਣ ਵਾਲੇ ਨਹੀਂ। ਉਸ ਦਿਨ ਚਾਚਾ ਜੀ, ਜੋ ਮੈਨੂੰ ਕਦੇ ਗੁੱਸੇ ਨਹੀਂ ਸਨ ਹੋਏ, ਮੇਰਾ ਸਿਰ ਮੁਨਾਉਣ 'ਤੇ ਬਹੁਤ ਨਾਰਾਜ਼ ਹੋਏ ਅਤੇ ਕਿਹਾ, ਖਬਰਦਾਰ ਜੇ ਮੁੜ ਵਾਲ ਕਟਾਏ। ਮੈਂ ਨਿੰਮੋ ਝੀਣਾ ਜਿਹਾ ਹੋ ਗਿਆ। ਜਦ ਸੈਕਿੰਡ ਈਅਰ ਦੀ ਕਲਾਸ ਲੁਧਿਆਣੇ ਸ਼ੁਰੂ ਹੋਈ ਤਾਂ ਉਦੋਂ ਮੇਰੇ ਵਾਲ ਵੱਧ ਤਾਂ ਗਏ ਸੀ, ਪਰ ਹਾਲਾਂ ਵੀ ਮੈਂ ਬਗੈਰ ਪਗੜੀ ਤੋਂ ਕਲਾਸਾਂ 'ਚ ਚਲਾ ਜਾਂਦਾ ਸੀ। ਸਾਡੀ ਕਲਾਸ ਦਾ ਟੂਰ ਸ਼ੁਰੂ ਹੋਇਆ ਤਾਂ ਅਸੀਂ ਘੁੰਮਦੇ ਘੁੰਮਾਉਂਦੇ ਅਨੰਦਪੁਰ ਸਾਹਿਬ ਪਹੁੰਚੇ। ਦੂਸਰੇ ਦਿਨ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਨੇ, ਜੋ ਮੈਨੂੰ ਕਾਫੀ ਪਿਆਰ ਕਰਦੇ ਸਨ ਪਰ ਮੇਰਾ ਮੋਨਾ ਸਿਰ ਨਹੀਂ ਸੀ ਵੇਖ ਸਕਦੇ, ਮੈਨੂੰ ਗਿੱਚੀਓਂ ਫੜ ਕੇ ਕਿਹਾ, ਬੱਚੂ ਤੂੰ ਅਨੰਦਪੁਰ ਸਾਹਿਬ ਵਿੱਚ ਹੈ ਇਸ ਵੇਲੇ, ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਨਗਰੀ 'ਚ। ਅੱਜ ਤੋਂ ਸਾਨੂੰ ਕੈਂਚੀ ਨਾ ਲਾਈ ਅਤੇ ਸਿਰੋਂ ਪਗੜੀ ਨਹੀਂ ਉਤਾਰਨੀ। ਕੁਝ ਤਾਂ ਮੇਰੇ ਚਾਚਾ ਜੀ ਦੀਆਂ ਝਿੜਕਾਂ ਦਾ ਅਤੇ ਬਾਕੀ ਦਾ ਪ੍ਰੋਫੈਸਰ ਸਾਹਿਬ ਦੇ ਹੁਕਮ ਦਾ ਮੇਰੇ 'ਤੇ ਐਸਾ ਅਸਰ ਹੋਇਆ, ਉਸ ਤੋਂ ਬਾਅਦ ਮੈਂ ਵਾਲ ਰੱਖ ਲਏ ਅਤੇ ਪਗੜੀ ਨਹੀਂ ਲਾਈ। ਪਰ ਮੈਂ ਸ਼ੁਕਰ ਕਰਦਾ, ਪਤਾ ਨਹੀਂ ਮੈਂ ਠੀਕ ਸੋਚਦਾ ਕਿ ਨਹੀਂ ਇਸ ਮਾਮਲੇ ਵਿੱਚ, ਕਿ ਪ੍ਰੋਫੈਸਰ ਸਾਹਿਬ ਨੇ ਮੈਨੂੰ ਅੰਮ੍ਰਿਤ ਛਕਣ ਲਈ ਨਹੀਂ ਕਿਹਾ, ਨਹੀਂ ਤਾਂ ਮੰਨਦਾ ਜਾਂ ਨਾ ਮੰਨਦਾ ਮੈਨੂੰ ਅੰਮ੍ਰਿਤਧਾਰੀ ਹੋਣਾ ਪੈਣਾ ਸੀ, ਜਦੋਂ ਕਿ ਮੈਂ ਦਿਮਾਗੀ ਤੌਰ 'ਤੇ ਆਪਣੇ ਆਪ ਨੂੰ ਇਸ ਦਾਤ ਦੇ ਕਾਬਲ ਨਹੀਂ ਸੀ ਸਮਝਦਾ। ਇਹ ਇੱਕ ਕਾਫੀ ਅੱਛਾ ਮੋੜ ਸੀ ਜਿਹਨੇ ਮੇਰੀ ਜ਼ਿੰਦਗੀ 'ਚ ਠਹਿਰਾਓ ਪੈਦਾ ਕੀਤਾ। ਇਸ ਪਗੜੀ ਨੇ ਮੈਨੂੰ ਬੜੀਆਂ ਇੱਜ਼ਤਾਂ ਅਤੇ ਮਾਣ ਬਖਸ਼ੇ। ਇਸ ਪਗੜੀ ਅਤੇ ਸਿੱਖ ਦੀ ਸ਼ਕਲ ਨੇ ਮੈਨੂੰ ਜ਼ਿੰਦਗੀ 'ਚ ਚੁਣੌਤੀ ਅਤੇ ਅੱਗੇ ਵਧਣ ਦੇ ਮੌਕੇ ਇਕੱਠੇ ਪ੍ਰਦਾਨ ਕੀਤੇ। ਅੰਤਰਰਾਸ਼ਟਰੀ ਪੱਧਰ 'ਤੇ ਸੈਮੀਨਾਰ, ਕਾਨਫਰੰਸਾਂ ਜਾਂ ਗੋਸ਼ਟੀਆਂ ਵਿੱਚ ਇਹ ਸ਼ਕਲ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਸੀ। ਜੋ ਕਹਿੰਦਾ ਸਾਂ ਉਸ ਵੱਲ ਕਦੇ ਵੱਲ ਬਦੋ ਬਦੀ ਧਿਆਨ ਖਿੱਚਿਆ ਜਾਂਦਾ ਸੀ। ਇਸ ਤਰ੍ਹਾਂ ਲੋਕਾਂ ਤੱਕ ਆਪਣਾ ਨਜ਼ਰੀਆ ਪਹੁੰਚਾਉਣ ਦਾ, ਆਪਣੀ ਸ਼ਖਸੀਅਤ ਅਤੇ ਵਿਦਵਤਾ ਦਾ ਜੋ ਵੀ ਪੱਲੇ ਸੀ ਪ੍ਰਗਟਾਵਾ ਕਰਨ ਵਾਸਤੇ ਬਹੁਤ ਅਨੁਕੂਲ ਵਾਤਾਵਰਨ ਬਣ ਜਾਂਦਾ ਸੀ। ਹੁਣ ਚੁਣੌਤੀ ਇਹ ਸੀ ਕਿ ਮੈਂ ਕੀ ਕਹਿੰਦਾ ਹਾਂ ਅਤੇ ਕਿਵੇਂ ਕਹਿੰਦਾ। ਪੱਗ ਦੀ ਲਾਜ ਰੱਖਣ ਲਈ, ਇਸ ਸਿੱਖੀ ਸੂਰਤ ਲਈ ਥਾਂ ਬਣਾਉਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਪਈ। ਮੈਂ ਸਮਝਦਾ ਕਿ ਤੁਹਾਡੇ ਵਿੱਚ ਜੇ ਕੁਝ ਹੈ ਤਾਂ ਇਹ ਪਗੜੀ ਅਤੇ ਸ਼ਕਲ ਉਹਨੂੰ ਮੌਕਾ ਦੇ ਕੇ ਧਿਆਨ ਆਕਰਸ਼ਕ ਵਾਤਾਵਰਨ ਪੈਦਾ ਕਰਕੇ ਚਮਕਾ ਦਿੰਦੀ ਹੈ, ਪਰ ਜੇ ਵਿੱਚ ਕੁਝ ਨਹੀਂ ਤਾਂ ਹਾਸੋਹੀਣਾ ਵੀ ਕਰ ਦਿੰਦੀ ਹੈ। ਦੋਹਾਂ ਪਾਸਿਆਂ ਨੂੰ ਇਹਦਾ ਅਸਰ ਕਾਫੀ ਡੂੰਘਾ ਹੁੰਦਾ ਹੈ। ਮੌਕਾ ਅਤੇ ਵੰਗਾਰ ਇਹ ਪਗੜੀ ਇੱਕੋ ਵਕਤ ਇਕੱਠਿਆਂ ਹੀ ਪੈਦਾ ਕਰਦੀ ਹੈ।
ਇਸ ਗੱਲ ਦੀ ਸੂਝ ਮੈਨੂੰ ਹੋਰ ਵੀ ਵੱਧ ਲੱਗੀ ਜਦ ਇੱਕ ਦਿਨ ਅਮਰੀਕਾ ਵਿੱਚ ਮੈਂ ਆਪਣੇ ਬੇਟੇ ਜਨਮੇਜੇ ਨੂੰ ਕਿਹਾ ਕਿ ਤੂੰ ਸਕੂਲ 'ਚ ਜੇ ਇਸ ਪਗੜੀ ਨਾਲ ਆਪਣੇ ਆਪ ਨੂੰ ਹੋਰੂੰ ਜਿਹਾ ਮਹਿਸੂਸ ਕਰਦਾ ਹੈ ਜਾਂ ਤੈਨੂੰ ਆਪਣੇ ਸਾਥੀ ਅਮਰੀਕਨ ਵਿਦਿਆਰਥੀਆਂ ਨਾਲ ਕਿਸੇ ਕਿਸਮ ਦੀ ਝੱਕ ਪੈਦਾ ਹੁੰਦੀ ਹੈ ਤਾਂ ਮੇਰੇ ਡਰ ਦਾ ਮਾਰਾ ਐਵੇਂ ਮਜਬੂਰਨ ਸਿਰ 'ਤੇ ਪਗੜੀ ਨਾ ਰੱਖੀ ਫਿਰੀ। ਤੇਰਾ ਮਨ ਸਿਰ ਮੋਨਾ ਰੱਖਣ ਨੂੰ ਕਰਦਾ ਤਾਂ ਤੇਰੀ ਮਰਜ਼ੀ, ਪਰ ਮੈਨੂੰ ਤੂੰ ਇੰਝ ਪਗੜੀ ਨਾਲ ਹੀ ਚੰਗਾ ਲੱਗਦਾ। ਉਸ ਬੜਾ ਬਾਦਲੀਲ ਉੱਤਰ ਦਿੱਤਾ ਕਿ ਜਦ ਆਪਾਂ ਕਿਤੇ ਸਟੋਰਾਂ ਵਿੱਚ ਜਾਂ ਪਾਰਕਾਂ 'ਚ ਜਾਂਦੇ ਹਾਂ ਤਾਂ ਕਿੰਨੇ ਮੁੰਡੇ ਕੁੜੀਆਂ ਮੈਨੂੰ ਹਾਏ ਮੇਜਾ ਕਹਿ ਕੇ ਬੁਲਾਉਂਦੇ ਹਨ। ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਇਹ ਕੌਣ ਹਨ। ਮੈਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕੌਣ ਨੇ। ਮੇਰੇ ਸਕੂਲ 'ਚ ਤਿੰਨਾਂ ਕਲਾਸਾਂ ਵਿੱਚ 10ਵੀਂ 11ਵੀਂ 12ਵੀਂ ਵਿੱਚ 10,000 ਤੋਂ ਵੀ ਵੱਧ ਵਿਦਿਆਰਥੀ ਹਨ। ਹਰ ਕੋਈ ਜਾਣਦਾ ਕਿ ਮੈਂ ਮੇਜਾ ਹਾਂ। ਮੈਂ ਮਸਾਂ ਮਰ ਕੇ 10-20 ਮੁੰਡੇ ਕੁੜੀਆਂ ਨੂੰ ਜਾਣਦਾ ਹੋਵਾਂਗਾ। ਇਹ ਮੇਰੀ ਪਹਿਚਾਣ ਇਸ ਪਗੜੀ ਦੇ ਵਾਲਾਂ ਕਰਕੇ ਹੀ ਹੈ। ਮੈਂ 1 ਕਿਲੋਮੀਟਰ ਸੜਕ 'ਤੇ ਪੈਦਲ ਨਹੀਂ ਤੁਰ ਸਕਦਾ, ਕੋਈ ਨਾ ਕੋਈ ਕਾਰ 'ਤੇ ਲਿਫਟ ਦੇਣ ਨੂੰ ਕਾਰ ਰੋਕ ਲੈਂਦਾ। ਇੱਥੇ ਮੁੰਡੇ ਕੁੜੀਆਂ ਆਪਣੀ ਪਹਿਚਾਣ ਬਣਾਉਣ ਲਈ ਕੀ ਨਹੀਂ ਕਰਦੇ। ਕੋਈ ਪਾਟੀਆਂ ਨਿੱਕਰਾਂ ਬਣਿਆਣਾ ਪਾਉਂਦਾ, ਕੋਈ ਜਿਸਮ 'ਤੇ ਪੁੱਠੀਆਂ ਸਿੱਧੀਆਂ ਮੂਰਤਾਂ ਉੱਕਰੀ ਫਿਰਦਾ। ਤਰਲੇ ਕਰਨ ਦੇ ਬਾਵਜੂਦ ਉਹਨਾਂ ਦੀ ਕੋਈ ਵੱਖਰੀ ਪਹਿਚਾਣ ਨਹੀਂ ਬਣਦੀ। ਮੈਨੂੰ ਮਹਾਰਾਜ ਨੇ ਜੋ ਇਹ ਵਾਲਾਂ 'ਤੇ ਪਗੜੀ ਦੀ ਪਹਿਚਾਣ ਬਖਸ਼ੀ ਹੈ, ਮੇਰਾ ਸਿਰ ਫਿਰਿਆ ਹੋਇਆ ਕਿ ਮੈਂ ਖਾਮਖਾ ਇਹਨੂੰ ਗਵਾ ਲਵਾਂ। ਇਹ ਦਲੀਲ ਮੇਰੇ ਦਿਲ 'ਚ ਪੂਰੀ ਤਰ੍ਹਾਂ ਘਰ ਕਰ ਗਈ। ਮੈਂ ਦੁਨੀਆ ਦੇ 3 ਦਰਜਨਾਂ ਤੋਂ ਵੀ ਵੱਧ ਮੁਲਕਾਂ ਵਿੱਚ ਗਿਆ ਹਾਂ। ਇਸ ਪਗੜੀ ਅਤੇ ਕੇਸਾਂ ਨੇ ਮੈਨੂੰ ਇੱਕ ਵੱਖਰੀ ਕਿਸਮ ਦਾ ਮਾਣ ਅਤੇ ਪਹਿਚਾਣ ਬਖਸ਼ੀ ਹੈ। ਇਸ ਲਈ ਮੈਂ ਆਪਣੇ ਚਾਚਾ ਜੀ ਔਰ ਪ੍ਰੋਫੈਸਰ ਸਮੁੰਦਰੀ ਦਾ ਬਹੁਤ ਰਿਣੀ ਰਿਹਾ ਹਾਂ। ਸੋਚਦਾ ਹਾਂ ਕਾਲਜ ਦੀ ਜ਼ਿੰਦਗੀ ਕਿੰਨੀ ਰੰਗੀਨ ਹੁੰਦੀ ਹੈ। ਸ਼ਰਾਰਤਾਂ ਵੀ ਅਜੀਬ ਭੋਲੀਆਂ ਭਾਲੀਆਂ ਹੁੰਦੀਆਂ ਨੇ, ਪਰ ਇਹਨਾਂ ਸ਼ਰਾਰਤਾਂ ਵਿੱਚ ਦਿਮਾਗ ਲਾਉਣਾ ਪੈਂਦਾ, ਨਹੀਂ ਤਾਂ ਸ਼ਰਾਰਤ ਕੋਝੀ ਬਣ ਜਾਂਦੀ ਹੈ। ਕੋਝੀ ਅਤੇ ਸੁਲਝੀ ਹੋਈ ਸ਼ਰਾਰਤ ਦੀਆਂ ਮਿਸਾਲਾਂ ਦਿੰਦਾ ਹਾਂ। ਸਾਡੀ ਜਮਾਤ 'ਚ ਇੱਕ ਮੁੰਡਾ ਹੁੰਦਾ ਸੀ, ਉਹ ਹਮੇਸ਼ਾ ਭੱਦੀ ਸ਼ਰਾਰਤ ਕਰਦਾ ਸੀ। ਪਹਿਲਾਂ ਸਾਡੀ ਕੈਮਿਸਟਰੀ ਦੀ ਪ੍ਰੈਕਟੀਕਲ ਦੀ ਕਲਾਸ ਸੀ ਅਤੇ ਫਿਰ ਐਂਟੋਮੋਲੋਜੀ ਦੀ। ਉਹ ਕੈਮਿਸਟਰੀ ਪ੍ਰੈਕਟੀਕਲ 'ਚ ਇੱਕ ਪਿਪੈਟ ਬਣਾ ਲਿਆ ਆ ਜਿਹਦੀ ਡੰਡੀ ਨੂੰ 2 ਵਲ ਪਾ ਲਏ। ਸਿਆਲ ਦਾ ਮਹੀਨਾ ਸੀ, ਸਾਡੀ ਕਲਾਸ 'ਚ ਇੱਕੋ ਮੁੰਡਾ ਕੋਟ ਪਾਉਂਦਾ ਹੁੰਦਾ ਸੀ। ਉਹ ਤੀਸਰੀ ਲਾਈਨ 'ਚ ਉਸ ਮੁੰਡੇ ਦੇ ਪਿੱਛੇ ਬੈਂਚ ਉੱਤੇ ਬੈਠ ਗਿਆ, ਜਦਕਿ ਪ੍ਰੋਫੈਸਰ ਸਾਹਿਬ ਬਲੈਕ ਬੋਰਡ 'ਤੇ ਸ਼ਕਲਾਂ ਵਾ ਕੇ ਕੁਝ ਸਮਝਾ ਰਹੇ ਸਨ। ਉਹਨੇ ਟੈਡੀ ਪਿਪੈਟ ਰਾਹੀਂ ਅਗਲੇ ਮੁੰਡੇ ਦੇ ਕੋਟ ਦੀਆਂ ਦੋਹਾਂ ਜੇਬਾਂ 'ਚ ਥੋੜ੍ਹਾ ਥੋੜ੍ਹਾ ਪਿਸ਼ਾਬ ਕਰ ਦਿੱਤਾ। ਜਦ ਕਲਾਸ ਖਤਮ ਹੋਣ 'ਤੇ ਉਸ ਕੋਟ ਵਾਲੇ ਮੁੰਡੇ ਨੇ ਜੇਬ 'ਚ ਹੱਥ ਪਾਏ ਤਾਂ ਪਿਸ਼ਾਬ ਨਾਲ ਹੱਥ ਲਿਬੜੇ ਵੇਖ ਅਤੇ ਜੇਬਾਂ ਖਰਾਬ ਹੋਈਆਂ ਵੇਖ ਉਹਨੇ ਪ੍ਰੋਫੈਸਰ ਕੋਲ ਸ਼ਿਕਾਇਤ ਕਰ ਦਿੱਤੀ। ਨਤੀਜੇ ਵਜੋਂ ਪਿਪੈਟ ਵਾਲੇ ਸ਼ਰਾਰਤੀ ਨੂੰ 100 ਰੁਪਏ ਜੁਰਮਾਨਾ ਹੋ ਗਿਆ। ਉਦੋਂ 100 ਰੁਪਏ ਨਾਲ 2 ਮਹੀਨੇ ਦਾ ਖਰਚਾ ਚੱਲ ਜਾਂਦਾ ਸੀ ਕਾਲਜ ਵੇਲੇ। ਉਸ ਤੋਂ ਬਾਅਦ ਜਿੰਨੀ ਦੇਰ ਕਾਲਜ 'ਚ ਰਹੇ ਉਸ ਕੋਟ ਵਾਲੇ ਮੁੰਡੇ ਨੇ ਪਿਪਟ ਵਾਲੇ ਮੁੰਡੇ ਨੂੰ ਨਹੀਂ ਬੁਲਾਇਆ। ਇਹ ਇੱਕ ਬਹੁਤ ਕੋਝੀ ਸ਼ਰਾਰਤ ਸੀ। ਇਸ ਤੋਂ ਪਿੱਛੋਂ ਮੁੰਡਾ ਕੋਟ ਪਾ ਕੇ ਕਾਲਜ ਵਿੱਚ ਨਹੀਂ ਸੀ ਆਇਆ। ਮੈਂ ਸਮਝਦਾ ਹਾਂ ਕਿ ਇਸ ਸ਼ਰਾਰਤ 'ਚ ਬਹੁਤ ਵੱਡਾ ਪਰ ਛੁਪਿਆ ਹੋਇਆ ਵਿਰੋਧ ਵੀ ਸੀ। ਸਾਰੀ ਕਲਾਸ 'ਚੋਂ ਇੱਕ ਮੁੰਡਾ ਆਪਣੀ ਅਮੀਰੀ 'ਤੇ ਵੱਖਰਾਪਣ ਦਰਸਾ ਰਿਹਾ ਸੀ, ਉਸ ਵਸਤੂ ਨੂੰ ਜਿਸ ਨਾਲ ਉਹ ਆਪਣਾ ਦੂਜਿਆਂ ਨਾਲੋਂ ਬਿਹਤਰ ਹੋਣਾ ਦਰਸਾ ਰਿਹਾ ਸੀ। ਇਹ ਸ਼ਰਾਰਤ ਮਾਨਸਿਕ ਤੌਰ 'ਤੇ ਉਹਨੂੰ ਖਰਾਬ ਕਰ ਦੇਣ ਦਾ ਯਤਨ ਵੀ ਸੀ। ਇਸ ਪੱਖੋਂ ਜੋ ਮੈਂ ਸਬਕ ਹਾਸਲ ਕੀਤਾ ਉਹ ਇਹ ਹੈ ਕਿ ਨਾਲ ਦੇ ਲੋਕਾਂ ਨਾਲੋਂ ਵੱਡਾ ਵੱਖਰਾ ਅਤੇ ਬਿਹਤਰ ਦਿਖਾਈ ਦੇਣਾ ਲੋਕਾਂ ਦੀ ਈਰਖਾ ਦਾ ਕਾਰਨ ਬਣ ਜਾਂਦਾ ਹੈ। ਜਿੱਥੋਂ ਤੱਕ ਹੋ ਸਕੇ ਇਹੋ ਜਿਹੇ ਹਾਲਤ ਪੈਦਾ ਕਰਨ ਤੋਂ ਸੰਕੋਚ ਕਰਨਾ ਫਾਇਦੇਮੰਦ ਰਹਿੰਦਾ ਹੈ। ਜਦ ਮੈਂ UNO ਦੀ 5 ਸਾਲ ਦੀ ਨੌਕਰੀ ਕਰਕੇ ਦੇਸ਼ ਪਰਤਿਆ ਤਾਂ ਘਰ ਤਬਦੀਲੀ ਦੀ ਇਜਾਜ਼ਤ ਕਾਰਨ ਮੈਂ ਸਾਰਾ ਘਰ ਦਾ ਸਮਾਨ ਪਲੰਘਾਂ ਅਤੇ ਆਦਿ ਤੱਕ UNO ਦੇ ਖਰਚੇ 'ਤੇ ਲਿਆ ਸਕਦਾ ਸੀ ਅਤੇ ਇਸ ਉੱਤੇ ਡਿਊਟੀ ਆਦਿ ਵੀ ਕੋਈ ਨਹੀਂ ਸੀ ਲੱਗਣੀ। ਮੈਂ ਕਾਰ ਵੀ ਲਿਆ ਸਕਦਾ ਸੀ। ਬਹੁਤ ਵਾਰ ਮਨ ਕੀਤਾ ਕਿ ਇੱਕ ਮਰਸੀਡੀਜ਼ ਛੋਟੀ ਕਾਰ ਲੈ ਆਵਾਂ, ਸਸਤੀ ਪੈਂਦੀ ਸੀ, ਪਰ ਮੈਨੂੰ ਉਹ ਪਿਪਟ ਵਾਲੀ ਸ਼ਰਾਰਤ ਯਾਦ ਆ ਜਾਂਦੀ ਸੀ। ਇਸ ਨਾਲ ਕਈਆਂ ਨੂੰ ਈਰਖਾ ਹੋ ਸਕਦੀ ਸੀ ਅਤੇ ਨੁਕਸਾਨ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੋਣਾ। ਮੈਂ ਆਖਰ ਫੈਸਲਾ ਲਿਆ ਕਿ ਕਾਰ ਆਮ ਲੋਕਾਂ ਵਾਂਗ ਹਿੰਦੁਸਤਾਨੀ ਰੱਖਾਂਗਾ, ਜਿਸ ਨਾਲ ਕਈਆਂ ਨਾਲ ਮੈਂ ਰਲ ਜਾਵਾਂਗਾ ਅਤੇ ਵੱਖਰਾ ਵਿਖਾਈ ਨਹੀਂ ਦੇਵਾਂਗਾ। ਭਾਵੇਂ ਕਿ ਮੇਰੇ ਵਾਸਤੇ ਭਾਰਤ ਵਿੱਚ ਮਹਿੰਗੀ ਕਾਰ ਖਰੀਦਣੀ ਕੋਈ ਮੁਸ਼ਕਲ ਨਹੀਂ ਸੀ, ਪਰ ਫਿਰ ਵੀ ਮੈਂ ਆਮ ਅੰਬੈਸਡਰ ਅਤੇ ਮਾਰੂਤੀ ਹੀ ਖਰੀਦਣੀ ਪਸੰਦ ਕੀਤੀ। ਇੰਨਾ ਡੂੰਘਾ ਅਸਰ ਉਸ ਪਿਪਟ ਵਾਲੀ ਸ਼ਰਾਰਤ ਦਾ ਮੇਰੇ ਉੱਤੇ ਹੋਇਆ, ਇਹ ਸ਼ਾਇਦ ਸੋਚਿਆ ਵੀ ਨਹੀਂ ਸੀ ਜਾ ਸਕਦਾ। ਮੇਰਾ ਹਾਲੇ ਤੱਕ ਯਕੀਨ ਬਣਿਆ ਹੋਇਆ ਕਿ ਭਾਵੇਂ ਕਿੰਨੀ ਅਤੇ ਕਿੱਡੀ ਵੀ ਮਾਲੀ ਸਮਰੱਥਾ ਹੋਵੇ, ਆਦਮੀ ਨੂੰ ਆਮ ਲੋਕਾਂ ਤੋਂ ਵੱਖਰਾ ਹੋ ਕੇ ਵਿਖਾਵਾ ਨਹੀਂ ਕਰਨਾ ਚਾਹੀਦਾ।
ਇਸ ਨਾਲ ਇੱਕ ਤਾਂ ਆਪ ਸੌਖੇ ਰਹੀਦਾ ਤੇ ਦੂਜਾ ਕੋਈ ਈਰਖਾ ਨਹੀਂ ਕਰਦਾ। ਮੈਂ ਕਈ ਵਾਰ ਸੋਚਦਾ ਕਿ ਲੋਕ ਬੇਤਹਾਸ਼ਾ ਤੇ ਫਜ਼ੂਲ ਵਿਖਾਵੇ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ। ਜੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਬਹੁਤ ਅਮੀਰ ਹਾਂ ਤੇ ਆਮ ਲੋਕਾਂ ਨਾਲੋਂ ਵੱਖਰੇ ਹਾਂ ਤਾਂ ਲੋਕ ਉਹਨਾਂ ਨੂੰ ਮੂਰਖ ਸਮਝਦੇ ਨੇ। ਜੇ ਇਹ ਦੱਸਣਾ ਚਾਹੁੰਦੇ ਨੇ ਕਿ ਬੜੇ ਸ਼ਕਤੀਸ਼ਾਲੀ ਧਨਾੜ ਨੇ ਤਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਲੋਕਾਂ ਦਾ ਆਦਰ ਗੁਆ ਬੈਠਦੇ ਨੇ। ਸਾਦੀ ਜ਼ਿੰਦਗੀ ਜਿਸ 'ਚ ਲੋੜੀਂਦੀਆਂ ਸਹੂਲਤਾਂ ਤਾਂ ਹੋਣ ਪਰ ਕੋਈ ਅਡੰਬਰ ਖੜ੍ਹਾ ਨਾ ਕੀਤਾ ਗਿਆ ਹੋਵੇ ਵਰਗੀ ਰੀਸ ਨਹੀਂ। ਆਪ ਵੀ ਸੁਖੀ ਅਤੇ ਇਰਦਾ ਗਿਰਦਾ ਵੀ ਖੁਸ਼। ਹੁਣ ਥੋੜ੍ਹੀ ਸੁਲਝੀ ਹੋਈ ਸ਼ਰਾਰਤ ਦੀ ਗੱਲ ਕਰਦਾ। ਇੱਕ ਦਿਨ ਸਾਡੇ ਨਾਲ ਦੀ ਇੱਕ ਸਾਲ ਜੂਨੀਅਰ ਕਲਾਸ ਨੇ ਵੇਖਿਆ ਕਿ ਪ੍ਰੋਫੈਸਰ ਦੀਵਾਨ ਸਿੰਘ ਜੋ ਐਗਰੋਨੋਮੀ ਦੀ ਪ੍ਰੈਕਟੀਕਲ ਦੀ ਕਲਾਸ ਪੜ੍ਹਾਉਂਦਾ ਹੁੰਦਾ ਸੀ ਉਹਦਾ ਪੱਗ ਵਿੱਚੋਂ ਵਾਲਾਂ ਦਾ ਜੂੜਾ ਨੰਗਾ ਹੈ। ਪ੍ਰਿਥੀਪਾਲ ਸਿੰਘ ਜੋ ਪਿੱਛੋਂ ਓਲੰਪਿਕ ਦਾ ਹਾਕੀ ਦਾ ਮਸ਼ਹੂਰ ਖਿਲਾੜੀ ਹੋਇਆ ਨੂੰ ਸ਼ਰਾਰਤ ਸੁੱਝੀ। ਉਹਨੇ ਇੱਕ ਹੋਰ ਮੁੰਡੇ ਨਾਲ ਸਲਾਹ ਕਰਕੇ ਉਹਦਾ ਜੂੜਾ ਵੀ ਨੰਗਾ ਕਰ ਲਿਆ। ਜਦ ਕਲਾਸ ਨੂੰ ਪ੍ਰੋਫੈਸਰ ਸਾਹਿਬ ਪੜ੍ਹਾ ਰਹੇ ਸਨ ਤਾਂ ਉਹ ਇਹ ਉੱਠ ਕੇ ਖੜ੍ਹਾ ਹੋ ਗਿਆ। ਅੱਗੇ ਬੈਠੇ ਉਸ ਨੰਗੇ ਜੂੜੇ ਵਾਲੇ ਮੁੰਡੇ ਦੇ ਜੂੜੇ ਵੱਲ ਪਿੱਛੋਂ ਇਸ਼ਾਰਾ ਕਰਕੇ ਕਹਿਣ ਲੱਗਾ, ਪ੍ਰੋਫੈਸਰ ਸਾਹਿਬ ਜਿਹਦਾ ਜੂੜਾ ਨੰਗਾ ਹੋਵੇ ਉਹ ਕੀ ਹੁੰਦਾ। ਪ੍ਰੋਫੈਸਰ ਦੀਵਾਨ ਸਿੰਘ ਨੇ ਝੱਟ ਫੱਟ ਕਰਾਰਾ ਜਵਾਬ ਦਿੱਤਾ, ਬੇਲੀਆ ਉਹ ਬੇਵਕੂਫ ਹੁੰਦਾ। ਸਾਰੀ ਕਲਾਸ 'ਤੇ ਅਸੀਂ ਜੋ ਵੇਖਦੇ ਸਾਂ ਖਿੜ ਖਿੜ ਹੱਸਣ ਲੱਗ ਪਏ। ਪ੍ਰੋਫੈਸਰ ਵੀ ਹੱਸੀ ਜਾਏ। ਜਦ ਮੁੰਡੇ ਚੁੱਪ ਹੀ ਨਾ ਕੀਤੇ ਤਾਂ ਪ੍ਰੋਫੈਸਰ ਸਾਹਿਬ ਨੇ ਦਬਕਾ ਮਾਰਿਆ, ਕਿਉਂ ਪਾਗਲਾਂ ਵਾਂਗੂ ਹੱਸੀ ਜਾਂਦੇ ਹੋ। ਪ੍ਰਿਥੀਪਾਲ ਨੇ ਮਲਕੜੇ ਜਿਹੇ ਜਵਾਬ ਦਿੱਤਾ, ਪ੍ਰੋਫੈਸਰ ਸਾਹਿਬ ਤੁਹਾਡਾ ਜੂੜਾ ਨੰਗਾ ਹੈ। ਪ੍ਰੋਫੈਸਰ ਸਾਹਿਬ ਨੇ ਉਸ ਵੇਲੇ ਪ੍ਰਿਥੀ ਨੂੰ ਕਲਾਸ 'ਚੋਂ ਬਾਹਰ ਕੱਢ ਦਿੱਤਾ ਪਰ ਫਿਰ ਹੋਰ ਕੁਝ ਨਹੀਂ ਕਿਹਾ। ਬੜਾ ਜਿਗਰਾ ਸੀ ਇਸ ਗੱਲੋਂ ਇਸ ਪ੍ਰੋਫੈਸਰ ਦਾ, ਭਾਵੇਂ ਉੱਤੋਂ ਉੱਤੋਂ ਤਾਂ ਡਿਸਿਪਲਿਨ ਰੱਖਣ ਲਈ ਸਜ਼ਾ ਦੇ ਦਿੱਤੀ ਪਰ ਦਿਲੋਂ ਇਸ ਸ਼ਰਾਰਤ ਦਾ ਮਜ਼ਾ ਲਿਆ ਉਹਨਾਂ, ਕਿਉਂਕਿ ਉਹਨਾਂ ਦੇ ਵਤੀਰੇ 'ਚ ਪ੍ਰਿਥੀ ਪ੍ਰਤੀ ਕੋਈ ਤਬਦੀਲੀ ਨਹੀਂ ਆਈ। ਪ੍ਰੋਫੈਸਰ ਸਾਹਿਬ ਦੇ ਇਸ ਵਤੀਰੇ ਨੇ ਮੈਨੂੰ ਵਿਦਿਆਰਥੀਆਂ ਦੀਆਂ ਨਿੱਕੀਆਂ ਨਿੱਕੀਆਂ ਭੋਲੀਆਂ ਭਾਲੀਆਂ ਸ਼ਰਾਰਤਾਂ ਦਾ ਆਨੰਦ ਮਾਣਨ ਦਾ ਵੱਲ ਸਿਖਾਇਆ ਜੋ ਮੇਰੀ ਅਧਿਆਪਕ ਤੌਰ 'ਤੇ ਜ਼ਿੰਦਗੀ 'ਚ ਬਹੁਤ ਕੰਮ ਆਇਆ। ਇੱਕ ਕਾਲਜ ਦੇ ਦਿਨਾਂ ਦੀ ਹੋਰ ਘਟਨਾ ਜੋ ਮੈਨੂੰ ਨਹੀਂ ਭੁੱਲਦੀ ਉਹ ਇਹ ਹੈ ਕਿ ਭਾਵੇਂ ਮੈਨੂੰ ਸ਼ੁਰੂ ਤੋਂ ਹੀ ਫਿਲਮਾਂ ਵੇਖਣ ਦਾ ਕੋਈ ਖਾਸ ਸ਼ੌਕ ਨਹੀਂ ਸੀ ਅਤੇ ਮੈਂ ਚੋਣਵੀਆਂ ਚੋਣਵੀਆਂ ਫਿਲਮਾਂ ਹੀ ਵੇਖਦਾ ਹੁੰਦਾ ਸੀ, ਪਰ ਇੱਕ ਵਾਰ ਮੈਂ ਲਗਾਤਾਰ ਇੱਕੋ ਦਿਨ 4 ਫਿਲਮਾਂ ਵੇਖੀਆਂ। ਮੇਰਾ ਇੱਕ ਪੱਕਾ ਦੋਸਤ ਨਿਰਭੈ ਸਿੰਘ ਫਿਲਮ ਵੇਖਣ ਦਾ ਬਹੁਤ ਸ਼ੌਕੀਨ ਸੀ। ਇੱਕ ਦਿਨ ਉਹ ਮੈਨੂੰ ਫਿਲਮ ਵੇਖਣ ਲਈ ਜਲੰਧਰ ਲੈ ਗਿਆ। ਪਹਿਲਾਂ ਅਸੀਂ ਛਾਉਣੀ ਦੇ ਸਿਨੇਮੇ 'ਚ ਇੱਕ ਮੈਟਨੀ ਸ਼ੋਅ ਵੇਖਿਆ, ਫਿਰ ਉੱਥੇ ਪਹਿਲਾ ਸ਼ੋਅ ਵੇਖਿਆ, ਉੱਥੇ ਭੱਜਦੇ ਦੂਸਰੇ ਸ਼ੋਅ ਲਈ ਦੂਸਰੇ ਸਿਨੇਮੇ ਘਰ ਵਿੱਚ ਅਤੇ ਤੀਜੇ ਲਈ ਤੀਸਰੇ ਸਿਨੇਮੇ ਘਰ 'ਚ ਚਲੇ ਗਏ। ਇਸ ਤਰ੍ਹਾਂ 15 ਮਿੰਟਾਂ ਦੇ ਵਕਫੇ ਨਾਲ ਅਸੀਂ ਦੁਪਹਿਰ 11 ਵਜੇ ਤੋਂ 12 ਵਜੇ ਤੱਕ 4 ਸ਼ੋਅ ਵੇਖੇ। ਉਸ ਤੋਂ ਬਾਅਦ ਮੈਨੂੰ ਬੁਖਾਰ ਚੜ੍ਹ ਗਿਆ ਅਤੇ ਮੈਂ 2 ਦਿਨ ਬਿਮਾਰ ਰਿਹਾ। ਇਸ ਤਰ੍ਹਾਂ ਮੈਂ ਫਸੇ ਹੋਏ ਨੇ ਮਾਰ ਖਾਧੀ, ਪਰ ਮੇਰਾ ਦੋਸਤ ਉਸੇ ਤਰ੍ਹਾਂ ਨੌਂਬਰ ਨੌ ਰਿਹਾ। ਸਕਰੀਨ 'ਤੇ ਜੋ ਰੌਸ਼ਨੀ ਪੈਂਦੀ ਹੈ ਮੈਂ ਸਮਝਦਾ ਮੇਰੇ ਉੱਤੇ ਉਹਦਾ ਅਸਰ ਅੱਛਾ ਨਹੀਂ ਹੁੰਦਾ। ਇਹ ਮੈਂ ਇੱਕ ਵਾਰ ਹੋਰ ਵੀ ਮਹਿਸੂਸ ਕੀਤਾ ਜਦ ਮੈਂ 1969 'ਚ ਪਹਿਲੀ ਵਾਰ ਅਮਰੀਕਾ ਦੇ ਦੌਰੇ 'ਤੇ ਗਿਆ। ਉਸ ਤੋਂ ਪਹਿਲਾਂ ਮੈਂ ਟੈਲੀਵਿਜ਼ਨ ਨਹੀਂ ਸੀ ਵੇਖਿਆ। ਮੈਂ ਹਰ ਦੂਜੇ ਤੀਜੇ ਦਿਨ ਮਹਿਸੂਸ ਕਰਨਾ ਕਿ ਮੈਨੂੰ ਬੁਖਾਰ ਚੜ੍ਹਿਆ ਹੋਇਆ। ਮਗਰੋਂ ਜਾ ਕੇ ਪਤਾ ਲੱਗਾ ਕਿ ਜਿਸ ਦਿਨ ਰਾਤ ਨੂੰ ਮੈਂ ਹੋਟਲ ਦੇ ਕਮਰੇ 'ਚ ਕੁਝ ਲੰਬੀ ਦੇਰ ਲਈ ਟੀਵੀ ਵੇਖ ਲਵਾਂ ਦੂਜੇ ਦਿਨ ਸਵੇਰੇ ਮੈਨੂੰ ਬੁਖਾਰ ਚੜ੍ਹ ਜਾਂਦਾ ਸੀ। ਹੁਣ ਵੀ ਜੇ ਮੈਂ ਘੰਟੇ ਤੋਂ ਵੱਧ ਲਗਾਤਾਰ ਟੈਲੀਵਿਜ਼ਨ ਵੇਖ ਲਵਾਂ ਤਾਂ ਮੇਰਾ ਜਿਸਮ ਥਕਾਵਟ ਜਿਹੀ ਮਹਿਸੂਸ ਕਰਦਾ ਹੈ। ਮੇਰੇ ਵਿਚਾਰ ਵਿੱਚ ਇਹੋ ਜਿਹਾ ਅਸਰ ਘੱਟ ਜਾਂ ਵੱਧ ਹਰੇਕ ਉੱਤੇ ਹੁੰਦਾ ਹੋਵੇਗਾ। ਗੱਲ ਮਹਿਸੂਸ ਕਰਨ ਦੀ ਹੈ। ਇਹ ਅਸਰ ਬੱਚਿਆਂ ਉੱਤੇ ਵੀ ਹੁੰਦਾ ਜ਼ਰੂਰ ਹੋਏਗਾ, ਪਰ ਤਾਕਤ ਜ਼ਿਆਦਾ ਹੋਣ ਕਰਕੇ ਅਤੇ ਦੂਜੇ ਫਿਲਮਾਂ ਜਾਂ ਦੂਜੇ ਪ੍ਰੋਗਰਾਮਾਂ ਦੇ ਸ਼ੌਕ ਕਰਕੇ ਮਹਿਸੂਸ ਨਹੀਂ ਕਰਦੇ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਟੀ ਵੀ ਜਾਂ ਸਿਨੇਮਾ ਵੇਖਣਾ ਹੀ ਨਹੀਂ ਚਾਹੀਦਾ, ਪਰ ਇਹ ਜ਼ਰੂਰ ਮਹਿਸੂਸ ਕਰਦਾ ਕਿ ਥੋੜ੍ਹੀ ਹੱਦ ਤੱਕ ਹੀ ਵੇਖਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਵੀ ਸਮਾਂ ਵੱਧ ਹੀ ਇਹ ਵੇਖਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਆਦਤ ਪਾਉਣੀ ਚਾਹੀਦੀ ਹੈ। ਬਸ ਬਦਕਿਸਮਤੀ ਇਹ ਹੈ ਕਿ ਜਦ ਜਾ ਕੇ ਇਹਨਾਂ ਗੱਲਾਂ ਦੀ ਸਮਝ ਲੱਗਦੀ ਹੈ ਉਦੋਂ ਤੱਕ ਆਪਣੇ ਬੱਚੇ ਇਹ ਗੱਲਾਂ ਸਮਝਾਉਣ ਦੀ ਉਮਰੋਂ ਅੱਗੇ ਟੱਪ ਗਏ ਹੁੰਦੇ ਹਨ। ਜਦ ਸਮਝਾਉਣਾ ਹੁੰਦਾ ਉਦੋਂ ਤੱਕ ਮਾਂ ਪਿਓ ਦੀ ਆਪਣੀ ਬੁੱਧੀ ਨੇ ਸਭ ਕੁਝ ਨਹੀਂ ਸਮਝਿਆ ਹੁੰਦਾ ਅਤੇ ਨਾ ਹੀ ਕਿਸੇ ਆਪਣੇ ਵੱਡੇ ਕੋਲੋਂ ਸਮਝਣ ਦੀ ਜ਼ਰੂਰਤ ਮਹਿਸੂਸ ਕਰਦੇ ਨੇ। ਸੋ ਤਕਰੀਬਨ ਹਰ ਬੱਚਾ ਉਸੇ ਤਰ੍ਹਾਂ ਅੱਲੜ ਮਾਂ ਬਾਪ ਦੀ ਦੇਖ ਰੇਖ ਵਿੱਚ ਹੀ ਪਲਦਾ ਹੈ। ਇਹ ਸਿਰਫ ਟੈਲੀਵਿਜ਼ਨ ਜਾਂ ਸਿਨੇਮੇ ਦੀ ਹੀ ਗੱਲ ਨਹੀਂ ਸਗੋਂ ਕੁੱਲ ਜ਼ਿੰਦਗੀ ਦੇ ਯਥਾਰਥ ਦੀ ਹੈ। ਇੱਕ ਮੁਸ਼ਕਿਲ ਇਕਾਈ ਆਧਾਰਿਤ ਘਰਾਂ ਨਿਊਕਲੀਅਰ ਪਰਿਵਾਰ ਵਿੱਚ ਵੱਧ ਹੈ ਅਤੇ ਮਿਲਿਆ ਜੁਲਿਆ ਬਹੁ ਪਤੀ ਘਰਾਣੀਆਂ ਯੂਨਾਈਟਿਡ ਪਰਿਵਾਰ ਵਿੱਚ ਕੁਝ ਘੱਟ। ਇਹਨਾਂ ਘਰਾਂ ਵਿੱਚ ਵੀ ਬਾਬੇ ਦਾਦੀਆਂ ਦਾ ਉਹਨਾਂ ਬੱਚਿਆਂ 'ਤੇ ਨਿਯੰਤਰਣ ਨਹੀਂ ਹੁੰਦਾ ਜਿੰਨਾ ਮਾਂ ਬਾਪ ਦਾ ਹੁੰਦਾ। ਇਸ ਲਈ ਇਹ ਬੱਚੇ ਵੀ ਕੁਝ ਜ਼ਰੂਰੀ ਪੱਖਾਂ ਤੋਂ ਹੁੰਦੇ ਹੋਏ ਜ਼ਿੰਦਗੀ ਦੇ ਤਜਰਬੇ ਤੋਂ ਵਾਂਝੇ ਰਹਿ ਜਾਂਦੇ ਹਨ।
ਕਾਲਜ ਦੇ ਦਿਨਾਂ 'ਚ ਮੈਨੂੰ ਥੋੜ੍ਹਾ ਜਿਹਾ ਸ਼ੌਕ ਕਵਿਤਾ ਲਿਖਣ ਦਾ ਵੀ ਹੁੰਦਾ ਸੀ। ਇਹ ਸ਼ੌਕ ਅਸਲ 'ਚ ਤਾਂ ਬਚਪਨ ਤੋਂ ਹੀ ਕਵਿਤਾ ਜੋੜ ਗੁਰਦੁਆਰੇ ਜਾਂ ਗੁਰਪੁਰਬ ਦੇ ਜਲੂਸਾਂ ਵੇਲੇ ਸੁਣਾਉਣ ਨਾਲ ਸ਼ੁਰੂ ਹੋਇਆ ਸੀ। ਇਹਦਾ ਫਾਇਦਾ ਇਹ ਹੋਇਆ ਕਿ ਮੇਰੀ ਸਮੂਹਾਂ ਵਿੱਚ ਬੋਲਣ ਦੀ ਝਿਜਕ ਘੱਟ ਗਈ ਅਤੇ ਸਰੋਤਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਪੈਦਾ ਹੋ ਗਈ। ਇਹ ਛੋਟੀ ਗੱਲ ਨਹੀਂ, ਇਹਦੇ ਮਹੱਤਵ ਦੀ ਇੱਕ ਉਦਾਹਰਣ ਦਿੰਦਾ। ਮੇਰਾ ਇੱਕ ਦੋਸਤ ਛੋਟੇ ਹੁੰਦਿਆਂ ਮੈਨੂੰ ਗੁਰਦੁਆਰੇ 'ਚ ਕਵਿਤਾ ਸੁਣਾਉਂਦਿਆਂ ਵੇਖ ਕੇ ਕਹਿਣ ਲੱਗਾ, ਜੇ ਮੈਨੂੰ ਵੀ ਕੋਈ ਕਵਿਤਾ ਬਣਾ ਦੇਵੇਂ ਜਾਂ ਕਿਤੋਂ ਲੈ ਦੇਵੇਂ ਤਾਂ ਮੈਂ ਵੀ ਗੁਰਦੁਆਰੇ ਸੁਣਾਉਣਾ ਚਾਹੁੰਦਾ। ਮੈਂ ਉਹਦੀ ਗੱਲ ਮੰਨ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਬੋਲਣ ਲਈ ਕਵਿਤਾ ਲਿਖ ਦਿੱਤੀ। ਉਹਨੇ ਉਹ ਕਵਿਤਾ ਜ਼ਬਾਨੀ ਰੱਟ ਲਈ। ਜਦ ਰਾਤ ਨੂੰ ਉੱਠ ਕੇ ਕਾਗਜ਼ ਫੜ ਕੇ ਕਵਿਤਾ ਸੁਣਾਉਣ ਲੱਗਾ ਤਾਂ ਅੱਧਾ ਬੰਦ ਪੜ੍ਹ ਕੇ ਚੁੱਪ ਹੋ ਗਿਆ, ਨਾ ਬੋਲੇ ਨਾ ਬੈਠੇ, ਨਾ ਹੀ ਕਿਸੇ ਗੱਲ ਦਾ ਜਵਾਬ ਦੇਵੇ। ਉਹਨੂੰ ਫੜ ਕੇ ਬਹਾ ਦਿੱਤਾ। ਦੂਜੇ ਦਿਨ ਮੈਂ ਪੁੱਛਿਆ ਕਿ ਕੀ ਹੋਇਆ ਸੀ, ਇੰਝ ਚੁੱਪ ਕਿਉਂ ਕਰ ਗਿਆ ਸੀ। ਕਹਿਣ ਲੱਗਾ, ਮੈਂ ਬੋਲਣਾ ਕੀ ਸੀ, ਮੈਨੂੰ ਤਾਂ ਇੰਨਾ ਘਬਰਾ ਪਿਆ ਕਿ ਲਿਖਾਈ ਤਾਂ ਇੱਕ ਪਾਸੇ ਕਾਗਜ਼ ਹੀ ਦਿਸਣੋਂ ਬੰਦ ਹੋ ਗਿਆ, ਜੇ ਫੜ ਕੇ ਨਾ ਬਿਠਾਉਂਦੇ ਤਾਂ ਮੈਂ ਡਿੱਗ ਪੈਣਾ ਸੀ। ਸੋ ਖਲਕਤ ਦੇ ਸਾਹਮਣੇ ਸਟੇਜ ਉੱਤੇ ਬੋਲਣਾ ਕੋਈ ਸੌਖਾ ਕੰਮ ਨਹੀਂ, ਜੋ ਹਰ ਕੋਈ ਕਾਮਯਾਬੀ ਨਾਲ ਕਰ ਲਵੇ। ਇਸ ਲਈ ਹੌਲੀ ਹੌਲੀ ਹੌਸਲਾ ਬਣਾਉਣਾ ਪੈਂਦਾ ਅਤੇ ਪ੍ਰੈਕਟਿਸ ਦੀ ਲੋੜ ਹੈ। ਮੇਰੇ ਕਵਿਤਾ ਲਿਖਣ ਨੇ ਮੈਨੂੰ ਇਹ ਹੌਸਲਾ ਅਤੇ ਪ੍ਰੈਕਟਿਸ ਕਾਫੀ ਬਖਸ਼ੀ। ਕਾਲਜ ਵਿੱਚ ਮੇਰੀ ਇੱਕ ਕਵਿਤਾ ਬਹੁਤ ਮਸ਼ਹੂਰ ਹੋਈ, ਜੋ ਕਈਆਂ ਫੰਕਸ਼ਨਾਂ ਵਿੱਚ ਮੇਰੇ ਕਲਾਸ ਟਿਊਟਰ ਪ੍ਰੋਫੈਸਰ ਹਰਿੰਦਰ ਸਿੰਘ ਦੀ ਸਿਫਾਰਿਸ਼ 'ਤੇ ਮੈਂ ਸੁਣਾਈ। ਇਸ ਕਵਿਤਾ ਦੇ ਕੁਝ ਬੰਦ ਇਸ ਤਰ੍ਹਾਂ ਹਨ। ਕਵਿਤਾ ਦਾ ਸਿਰਲੇਖ ਸੀ, ਜੇ ਬਸ ਮੇਰਾ ਚੱਲੇ ਰੱਬਾ, ਤੈਨੂੰ ਬਲਦ ਬਣਾਵਾਂ ਮੈਂ, ਭੁੱਖਾ ਭਾਣਾ ਬੰਨ ਖੁਰਲੀ 'ਤੇ ਸਾਰਾ ਦਿਨ ਤੜ ਪਾਵਾਂ ਮੈਂ, ਵਿੱਚ ਮੰਜਕੀ ਔੜ ਲੱਗੀ 'ਤੇ ਹਲਟੇ ਜੋੜ ਵਗਾਵਾਂ ਮੈਂ, ਚੱਲਦਾ ਚੱਲਦਾ ਥੱਕ ਜਾਵੇ ਤਾਂ ਢੁੰਡਰ ਦੇ 'ਤੇ ਡੰਡੇ ਲਾਵਾਂ ਮੈਂ, ਫਿਰ ਪੁੱਛਾਂ ਮੈਂ ਰੱਬਾ ਤੈਨੂੰ ਕਿੱਡਾ ਬੇਪਰਵਾਹ ਏ ਤੂੰ। ਜੇ ਬਸ ਮੇਰਾ ਚੱਲੇ ਰੱਬਾ, ਕੁੱਤੀ ਲੱਕ ਟੁੱਟੀ ਬਣਾ ਦੇਵਾਂ, ਕੰਨਾਂ ਦੇ ਵਿੱਚ ਚਿੱਚੜ ਲਮਕਣ ਖਰਸ ਨਾ ਚਮੜੀ ਲਾਹ ਦੇਵਾਂ, 5-7 ਹੋਣ ਕਤੂਰੇ ਤੇਰੇ ਨੱਕ 'ਤੇ ਡੰਡਾ ਟਿਕਾ ਦੇਵਾਂ, ਫਿਰ ਪੁੱਛਾਂ ਮੈਂ ਰੱਬਾ ਮੈਨੂੰ ਤੈਨੂੰ ਕਿੱਡਾ ਦਿਲ ਦਰਿਆ ਏ ਤੂੰ। ਕਵਿਤਾ ਦੇ ਦੋ ਬੰਦ ਹੋਰ ਵੀ ਸਨ ਜੋ ਮੈਨੂੰ ਯਾਦ ਨਹੀਂ ਹਨ। ਮੈਂ ਲਿਖ ਕੇ ਕਦੀ ਬਹੁਤਾ ਰਿਕਾਰਡ ਨਹੀਂ ਰੱਖਿਆ। ਜਦ ਕਿਸੇ ਲਿਖੇ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਜਾਂ ਲਿਖਿਆ ਕਿਤੇ ਛੱਪ ਜਾਂਦਾ ਤਾਂ ਮੈਥੋਂ ਆਮ ਤੌਰ 'ਤੇ ਉਹ ਲਿਖਿਆ ਥਾਂ ਠਾਂ ਹੀ ਹੋ ਜਾਂਦਾ। ਮੈਂ 8-10 ਕਹਾਣੀਆਂ ਵੀ ਲਿਖੀਆਂ ਅਤੇ ਉਰਦੂ 'ਚ ਇੱਕ ਗਜ਼ਲ ਅਤੇ ਕੁਝ ਨਜ਼ਮਾਂ ਵੀ। ਕਹਾਣੀਆਂ ਤਾਂ ਮੇਰੀਆਂ ਅਖਬਾਰਾਂ ਵਿੱਚ ਵੀ ਛਪੀਆਂ ਅਤੇ 2 ਰੇਡੀਓ 'ਤੇ ਵੀ ਪ੍ਰਸਾਰਿਤ ਹੋਈਆਂ। ਉਰਦੂ ਗਜ਼ਲ ਦੇ ਕੁਝ ਸ਼ੇਅਰ ਮੈਨੂੰ ਇੱਕ ਦਿਨ ਕਿਤੋਂ ਮਿਲ ਗਏ ਜੋ ਇੰਝ ਹਨ। ਸਾਕੀਆ ਨਾ ਮੁਝ ਕੋ ਦੇ ਇਸ ਜਾਮੇ ਰੰਗੀ ਕਾ ਫਰੇਬ, ਦਰ ਹਕੀਕਤ ਜਾਮੇ ਮੈਂ ਤੇਰੇ ਲੱਭੋਂ ਮੀ ਹੈ, ਮਸਜਿਦੋਂ ਸੇ ਵਾਸਤਾ ਹੀ ਕਿਆ ਮੇਰਾ ਓ ਜ਼ਾਹਿਦੋ, ਜਬ ਖੁਦਾਓ ਨਾ ਖੁਦਾ ਹੀ ਮੈਂ ਕਦੋਂ ਮੀ ਹੈ। ਕਹਾਣੀ ਤਾਂ ਜੇ ਮੈਂ ਲਿਖਦਾ ਰਹਿੰਦਾ ਤਾਂ ਸ਼ਾਇਦ ਕਿਸੇ ਸਿਰੇ ਲੱਗ ਹੀ ਜਾਂਦਾ, ਪਰ ਇਸ ਸ਼ੌਕ ਤੋਂ ਮੈਨੂੰ ਕੁਲਵੰਤ ਸਿੰਘ ਵਿਰਕ ਨੇ ਕੁਰਖਤੀ ਨਾਲ ਮਨ੍ਹਾ ਕਰ ਦਿੱਤਾ। ਇੱਕ ਦਿਨ ਮੈਂ ਇੱਕ ਕਹਾਣੀ ਲਿਖ ਕੇ ਉਹਨਾਂ ਨੂੰ ਵਿਖਾਉਣ ਚਲਾ ਗਿਆ। ਇਹ ਮੇਰੇ ਕਾਫੀ ਅੱਛੇ ਵਾਕਫ ਸਨ ਅਤੇ ਨਜ਼ਦੀਕ ਦੇ ਮਕਾਨ 'ਚ ਮਾਡਲ ਟਾਊਨ ਜਲੰਧਰ ਰਹਿੰਦੇ ਸਨ। ਖਬਰ ਨਹੀਂ ਕਿਸ ਗੱਲੋਂ ਸਤੇ ਬੈਠੇ ਸਨ। ਮੈਂ ਉਹਨਾਂ ਨੂੰ ਕਹਾਣੀ ਵੇਖਣ ਲਈ ਕਿਹਾ, ਫੜ ਕੇ ਇੱਕ ਪੈਰਾਂ ਹੀ ਪੜ੍ਹਿਆ ਹੋਣਾ। ਮੁੜ ਮੈਨੂੰ ਫੜਾਉਂਦੇ ਹੋਏ ਬੋਲੇ, ਜੇ ਨਹੀਂ ਕਹਾਣੀ ਲਿਖਣੀ ਆਉਂਦੀ ਤਾਂ ਲਿਖਣੀ ਜ਼ਰੂਰੀ ਹੈ, ਨਾਲੇ ਇਹ ਕੰਮ ਤਾਂ ਵਿਹਲਿਆਂ ਦਾ ਹੁੰਦਾ, ਐਵੇਂ ਨਾ ਵਕਤ ਜ਼ਾਇਆ ਕਰ। ਇਸ ਪਾਸੇ ਕੋਈ ਹੋਰ ਹਾਲ ਦਾ ਕੰਮ ਨਹੀਂ ਕਰਨ ਨੂੰ ਤੇਰੇ ਕੋਲ। ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਚਾਹ ਪਾਣੀ ਪੀਤਾ ਤਾਂ ਹੈ ਤਾਂ ਸੀ, ਪਰ ਬੇਸੁਆਦੀ ਜਿਹੀ ਨਾਲ। ਉਹ ਦਿਨ ਗਿਆ, ਮੈਂ ਮੁੜ ਕਹਾਣੀ ਨਾ ਲਿਖੀ। ਵਕਤ ਪਤਾ ਨਹੀਂ ਕਿੱਥੇ ਕਿੱਥੇ ਅਤੇ ਕਿਹਨੂੰ ਕਿਹਨੂੰ ਮਿਲਾਉਂਦਾ ਅਤੇ ਜੁਦਾ ਕਰਦਾ ਰਹਿੰਦਾ। ਇੱਕ ਵਾਰ ਆਪੋ ਆਪਣੇ ਕੈਰੀਅਰ 'ਤੇ ਚੱਲਦੇ ਅਸੀਂ ਫਿਰ ਇਕੱਠੇ ਹੋਏ। ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪ੍ਰੋਫੈਸਰ ਅਤੇ ਹੈੱਡ ਸਾਂ, ਅਤੇ ਅਰਥ ਸ਼ਾਸਤਰ ਅਤੇ ਸਮਾਜਿਕ ਵਿਗਿਆਨ ਦਾ ਅਤੇ ਵਿਰਕ ਸਾਹਿਬ ਜੁਆਇੰਟ ਡਾਇਰੈਕਟਰ ਪ੍ਰਸਾਰ ਅਤੇ ਸੂਚਨਾ ਸਨ। ਅਸੀਂ ਇੱਕ ਗੋਸ਼ਟੀ 'ਚ ਇਕੱਠੇ ਹੋਏ। ਮੇਰੀ ਪ੍ਰਧਾਨਗੀ ਭਾਸ਼ਣ ਤੋਂ ਬਾਅਦ ਉਹਨਾਂ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਡਾਕਟਰ ਜੌਹਲ ਨੂੰ ਸਿਰ ਕੱਢ ਅਰਥ ਸ਼ਾਸਤਰੀ ਬਣਾਉਣ 'ਚ ਮੇਰਾ ਬਹੁਤ ਵੱਡਾ ਹੱਥ ਹੈ। ਉਹਨਾਂ ਨੂੰ ਮੇਰੀ ਕਹਾਣੀ ਨਾਲ ਕੀਤਾ ਸਲੂਕ ਯਾਦ ਸੀ। ਕਹਿਣ ਲੱਗੇ, ਜੇ ਮੈਂ ਇਹਨਾਂ ਨੂੰ ਕਹਾਣੀ ਲਿਖਣੋਂ ਨਾ ਰੋਕਦਾ ਤਾਂ ਇਹਨਾਂ ਵੀ ਮੇਰੇ ਵਾਂਗ ਵਕਤ ਜਾਇਆ ਕਰੀ ਜਾਣਾ ਸੀ ਅਤੇ ਸ਼ਾਇਦ ਜੋ ਇਹਨਾਂ ਇੱਕ ਅਰਥ ਸ਼ਾਸਤਰੀ ਦੇ ਤੌਰ 'ਤੇ ਪ੍ਰਾਪਤੀਆਂ ਕੀਤੀਆਂ ਹਨ ਨਾ ਕਰ ਸਕਦੇ। ਮੈਂ ਇਸ ਦਲੀਲ ਨੂੰ ਬਹੁਤਾ ਸਵੀਕਾਰ ਤਾਂ ਨਹੀਂ ਕਰਦਾ, ਕਿਉਂਕਿ ਮੈਂ ਹੋਰ ਵੀ ਤਾਂ ਬਹੁਤ ਵਕਤ ਜ਼ਾਇਆ ਕੀਤੇ ਹਨ ਜਿਨ੍ਹਾਂ 'ਚ ਅਰਥ ਸ਼ਾਸਤਰ ਦਾ ਅਧਿਐਨ ਜਾਂ ਖੋਜ ਨੇੜੇ ਤੇੜੇ ਦਾ ਵਾਸਤਾ ਵੀ ਨਹੀਂ ਸੀ ਰੱਖਦਾ। ਪਰ ਸ਼ਾਇਦ ਵਿਰਕ ਸਾਹਿਬ ਠੀਕ ਹੀ ਹੋਣ।
ਕਾਲਜ ਦੀ ਇਹ ਲਿਖਣ ਅਤੇ ਬੋਲਣ ਦੀ ਰੁਚੀ ਨੇ ਮੈਨੂੰ ਬਾਕੀ ਦੀ ਜ਼ਿੰਦਗੀ 'ਚ ਕਾਫੀ ਸਹਾਰਾ ਦਿੱਤਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਤਕਨੀਕੀ ਵਿੱਦਿਅਕ ਅਦਾਰਾ ਹੈ। ਇਸ ਵਿੱਚ ਕੰਮ ਕਰਨ ਵਾਲੇ ਪ੍ਰੋਫੈਸਰਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਆਪਣੇ ਵਿਸ਼ੇ ਤੋਂ ਬਾਹਰ ਹੋ ਲਿਖਿਆ ਹੋਵੇ, ਪਰ ਮੈਂ ਇਸ ਕਾਬਲ ਹੋ ਸਕਿਆ ਕਿ ਹਰ ਸਮਾਜਿਕ, ਆਰਥਿਕ, ਰਾਜਨੀਤਿਕ, ਪ੍ਰਸ਼ਾਸਕੀ ਅਤੇ ਹੋਰ ਵਿਸ਼ਿਆਂ ਅਤੇ ਸਮੱਸਿਆਵਾਂ ਉੱਤੇ ਆਮ ਪਾਠਕ ਵਾਸਤੇ ਅਖਬਾਰਾਂ ਰਸਾਲਿਆਂ 'ਚ ਲੇਖ ਲਿਖੇ ਹਨ। ਇਸ ਵਿੱਚੋਂ ਜ਼ਿੰਦਗੀ 'ਚ ਮੈਨੂੰ ਇੱਕ ਖਾਸ ਤਸੱਲੀ ਮਿਲੀ ਹੈ। ਮੇਰੇ ਖਿਆਲ 'ਚ ਖੁਸ਼ੀ ਦੀ ਸਹੀ ਪਰਿਭਾਸ਼ਾ ਹੀ ਕਾਮਯਾਬ ਕਿਰਤ ਹੈ। ਆਪਣੇ ਵਿਚਾਰਾਂ, ਮਸਲਿਆਂ ਪ੍ਰਤੀ ਪਹੁੰਚ ਅਤੇ ਕੋਈ ਉਸਾਰੂ ਸੇਧ ਲੋਕਾਂ ਤੱਕ ਪਹੁੰਚਾਉਣ ਵਿੱਚ ਇੱਕ ਅਜੀਬ ਜਿਹੀ ਤਸੱਲੀ ਹਾਸਲ ਹੁੰਦੀ ਹੈ। ਇਹ ਖੁਸ਼ੀ ਬੜੀ ਸੂਖਮ ਹੈ ਅਤੇ ਕਾਫੀ ਦੇਰ ਤੱਕ ਸਾਥ ਦਿੰਦੀ ਹੈ। ਜੇ ਕਿਤੇ ਕਹੀ ਜਾਂ ਲਿਖੀ ਗੱਲ ਕਿਸੇ ਅਮਲ 'ਚ ਆ ਜਾਏ ਤਾਂ ਸੋਨੇ ਉੱਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ। ਆਮ ਤੌਰ 'ਤੇ ਲਿਖੇ ਨੂੰ ਬਹੁਤਾ ਪੜ੍ਹਦੇ ਨਹੀਂ ਅਤੇ ਇਹ ਲਿਖਤਾਂ ਸਹੀ ਹੱਥਾਂ 'ਚ ਪਹੁੰਚਦੀਆਂ ਨਹੀਂ। ਜੇ ਪਹੁੰਚ ਵੀ ਜਾਣ ਤਾਂ ਬਹੁਤ ਵਾਰੀ ਉਰੇ ਪਰੇ ਹੀ ਕਰ ਦਿੱਤੀਆਂ ਜਾਂਦੀਆਂ ਹਨ। ਕਈ ਵਾਰੀ ਤਾਂ ਅਖਬਾਰਾਂ 'ਚ ਛਪਿਆ ਲੇਖ ਜਾਂ ਲੱਗੀ ਫੋਟੋ ਆਪ ਹੀ ਜਾਂ ਆਪਣੇ ਜਾਣਨ ਵਾਲੀ ਵੇਖਦੇ ਨੇ। ਜਿਨ੍ਹਾਂ ਲੋਕਾਂ ਨੂੰ ਬੂਥੀਆਂ ਗਾਂ ਕੱਢ ਕੱਢ ਅਖਬਾਰ ਵਾਸਤੇ ਫੋਟੋਆਂ ਖਿਚਾਉਣ ਦਾ ਸ਼ੌਕ ਹੈ, ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ। ਬਹੁਤ ਵਾਰ ਤੂੰ ਕੌਣ ਮੈਂ ਖਾਮ ਖਾਂ ਵਾਲੀ ਗੱਲ ਹੁੰਦੀ ਹੈ। ਇਹ ਲੋਕ ਸਮਾਗਮਾਂ ਦੇ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਦੀਆਂ ਰਿਕਾਰਡ 'ਚ ਰੱਖਣ ਵਾਲੀਆਂ ਫੋਟੋਆਂ ਵੀ ਖਰਾਬ ਕਰ ਦਿੰਦੇ ਨੇ। ਫਿਰ ਵੀ ਚਾਹੇ ਕੋਈ ਪੜ੍ਹੇ ਨਾ ਪੜ੍ਹੇ, ਕੋਈ ਕਹੀ ਗੱਲ 'ਤੇ ਅਮਲ ਕਰੇ ਨਾ ਕਰੇ, ਲੇਖਕ ਦੀ ਕਿਰਤ ਪੂਰੀ ਹੋ ਜਾਣਾ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਹੈ। ਅਤੇ ਇਸ ਤਸੱਲੀ ਔਰ ਖੁਸ਼ੀ ਨੂੰ ਇੱਕ ਲੇਖਕ ਹੀ ਸਮਝ ਅਤੇ ਮਾਣ ਸਕਦਾ ਹੈ। ਸ਼ੁਰੂ ਤੋਂ ਮੈਨੂੰ ਘਿਓ ਖਾਣ ਦਾ ਕਾਫੀ ਸ਼ੌਕ ਹੁੰਦਾ ਸੀ। ਛੋਟੇ ਹੁੰਦਿਆਂ ਇੱਕ ਵਾਰ ਮੈਂ ਅੱਧੇ ਸਿਰ ਨਾਲੋਂ ਵੀ ਵੱਧ ਅੱਧ ਪਿਘਲਿਆ ਜਿਹਾ ਘਿਓ ਰੋਟੀ ਦੀ ਓਕ ਬਣਾ ਕੇ ਪੀ ਗਿਆ ਸੀ ਅਤੇ ਮੈਨੂੰ ਕੁਝ ਵੀ ਮਹਿਸੂਸ ਤੱਕ ਨਹੀਂ ਸੀ ਹੋਇਆ। ਬਗੈਰ ਕਿਸੇ ਮੁਸ਼ਕਲ ਦੇ ਹਜ਼ਮ ਕਰ ਗਿਆ ਸੀ। ਕਾਲਜ ਵਿੱਚ ਆ ਕੇ ਆਪਣੀ ਕਾਲਜ 'ਚ ਘਿਓ ਪਾ ਕੇ ਕਿਚਨ ਨੂੰ ਜਾਂਦੇ ਜਾਂਦੇ ਹੀ ਖਾ ਜਾਈਦਾ ਸੀ। ਬਾਕੀ ਦਾ ਗਰਮ ਕਰਕੇ ਦਾਲ ਨਾਲ ਸਬਜ਼ੀ ਨੂੰ ਤੜਕਾ ਲਾ ਕੇ ਖਾ ਜਾਈਦਾ ਸੀ। ਇਹ ਸ਼ੌਕ ਇੱਥੋਂ ਤੱਕ ਸੀ ਕਿ ਇੱਕ ਵਾਰ ਘਰੋਂ ਲਿਆਂਦਾ ਦੇਸੀ ਘਿਓ ਖਤਮ ਹੋ ਗਿਆ। ਉਹਨਾਂ ਦਿਨਾਂ 'ਚ ਅਸੀਂ ਪਹਿਲੀ ਵਾਰ ਸੁਣਿਆ ਸੀ ਕਿ ਵਲਾਇਤੀ ਘਿਓ ਪੀਪੀਆਂ 'ਚ ਬੰਦ ਮਿਲਦਾ। ਇਹ ਡਾਲਡਾ ਬਨਸਪਤੀ ਸੀ। ਮੈਂ ਤਾਂ ਪਹਿਲਾਂ ਕਦੀ ਵੇਖਣਾ ਤਾਂ ਇੱਕ ਪਾਸੇ, ਕਦੀ ਸੁਣਿਆ ਵੀ ਨਹੀਂ ਸੀ। ਮੈਂ ਇੱਕ 5 ਸੇਰ ਦੀ ਇਸ ਘਿਓ ਦੀ ਪੀਪੀ ਖਰੀਦ ਲਿਆਂਦੀ। ਉਦੋਂ ਤੱਕ ਇਸ ਘਿਓ ਦੀ ਕੀਮਤ 8 ਸੇਰ ਹੁੰਦੀ ਸੀ। ਇਸ ਘਿਓ ਨੂੰ ਵੀ ਉਸੇ ਤਰ੍ਹਾਂ ਖਾਣਾ ਸ਼ੁਰੂ ਕਰ ਦਿੱਤਾ। ਇਸ ਘਿਓ ਦਾ ਸਵਾਦ ਤਾਂ ਦੇਸੀ ਘਿਓ ਵਰਗਾ ਨਹੀਂ ਸੀ, ਪਰ ਉਹ ਸਮਝ ਕੇ ਖਾ ਗਿਆ। ਉਸੇ ਤਰ੍ਹਾਂ ਹੀ ਪੂਰੀ ਪੀਪੀ 5 ਸੇਰ ਦੀ ਖਤਮ ਕੀਤੀ। ਜਦ ਨੂੰ ਘਰੋਂ ਹੋਰ ਘਿਓ ਲੈ ਆਉਂਦਾ, ਇਸ ਵਿੱਚ ਇੱਕ ਪੀਪੀ ਖਾਣ ਤੋਂ ਬਾਅਦ ਵੈਸੇ ਕੱਚਾ ਘਿਓ ਖਾਣ ਤੋਂ ਮਨ ਉੱਠ ਗਿਆ ਅਤੇ ਫਿਰ ਕਦੀ ਕੱਚਾ ਘਿਓ ਨਹੀਂ ਖਾਧਾ, ਪਰ ਘਿਓ ਖਾਣ ਦੀ ਮਿਕਦਾਰ 'ਚ ਕੋਈ ਫਰਕ ਨਹੀਂ ਪਿਆ। ਇੱਕ ਹੋਰ ਆਦਤ ਸ਼ੁਰੂ 'ਤੇ ਮੈਨੂੰ ਕੱਚਾ ਦੁੱਧ ਪੀਣ ਦੀ ਸੀ। ਜਦ ਸ਼ਾਮ ਨੂੰ ਪਿੰਡ ਮੱਝਾਂ ਬਾਹਰੋਂ ਆਉਣੀਆਂ ਤਾਂ ਇੱਕ ਮੱਝ ਆਪ ਚੋਣੀ, ਪਹਿਲਾਂ ਤਾਂ ਮੱਝ ਦੇ ਥਣਾਂ 'ਚੋਂ ਧਾਰਾ ਮਾਰ ਮਾਰ ਦੁੱਧ ਚੁੰਘਣਾ, ਫਿਰ ਤਾਜ਼ੇ ਦੁੱਧ ਦਾ ਛੰਨਾ ਭਰ ਕੇ ਵਿੱਚ ਸ਼ੱਕਰ ਕਾਫੀ ਸਾਰੀ ਮਿਲਾ ਰੋਟੀ ਚੂਰ ਕੇ ਖਾਣੀ। ਬਾਕੀ ਜੋ ਦੁੱਧ ਬਚਣਾ ਉਸ 'ਚ ਮਿੱਠਾ ਜ਼ਿਆਦਾ ਹੋਣ ਕਰਕੇ ਹੋਰ ਦੁੱਧ ਮਿਲਾ ਕੇ ਛੰਨਾ ਭਰ ਕੇ ਪੀ ਲੈਣਾ। ਇਹ ਮੇਰੀ ਮਿੱਥਵੀਂ ਖੁਰਾਕ ਰਹੀ ਹੈ ਕਾਫੀ ਦੇਰ। ਕਾਲਜ ਆ ਕੇ ਵੀ ਕੱਚਾ ਦੁੱਧ ਹੱਥ ਲੱਗ ਜਾਏ ਤਾਂ ਉਹ ਚੰਗਾ ਲੱਗਦਾ ਸੀ, ਪਰ ਉਨਾ ਸਵਾਦ ਨਹੀਂ ਹੁੰਦਾ ਸੀ ਜਿੰਨਾ ਘਰ ਵਿੱਚ ਆਪਣੀਆਂ ਮੱਝਾਂ ਦਾ ਹੁੰਦਾ ਸੀ, ਕਿਉਂਕਿ ਦੁੱਧ 'ਚ ਪਾਣੀ ਦੀ ਮਿਲਾਵਟ ਨਾਲ ਦੁੱਧ ਪਤਲਾ ਹੋ ਜਾਂਦਾ ਹੈ। ਇਸ ਮਿਲਾਵਟ ਕਾਲਜ ਦੇ ਦਿਨਾਂ ਵਿੱਚ 1948 ਤੋਂ 52 ਤੱਕ ਇੰਨੀ ਨਹੀਂ ਸੀ ਹੁੰਦੀ ਜਿੰਨੀ ਹੁਣ ਹੈ। ਆਦਮੀ ਵਿੱਚ ਬੇਈਮਾਨੀ ਤਾਂ ਪਰਮਾਤਮਾ ਨੇ ਪੁੰਨ ਕੇ ਭਰੀ ਹੋਈ ਹੈ, ਜਿੱਥੇ ਦਾ ਲੱਗਦਾ ਉੱਥੇ ਹੀ ਕਰ ਜਾਂਦਾ ਹੈ। ਹੌਲੀ ਹੌਲੀ ਦੁੱਧ ਵੇਚਣ ਵਾਲਿਆਂ ਦਾ ਹੌਸਲਾ ਇੰਨਾ ਖੁੱਲ੍ਹ ਗਿਆ ਹੈ ਕਿ ਹੁਣ ਤਾਂ ਸਪਰੇਟਾ ਵੀ ਲੈਣਾ ਹੋਵੇ ਤਾਂ ਠੀਕ ਨਹੀਂ ਮਿਲਦਾ, ਦੁੱਧ ਹੀ ਉਸ ਵਿੱਚ ਵੀ ਪਾਣੀ ਮਿਲਾ ਕੇ ਵੇਚਦੇ ਨੇ। ਮੈਂ ਕਈ ਵਾਰ ਕਰੀਮ ਕੱਢਣ ਵਾਲੀਆਂ ਡੇਅਰੀਆਂ ਤੋਂ ਦੁੱਧ ਲੈਣ ਆਪ ਜਾਂਦਾ ਹਾਂ। ਵੇਖਦਾ ਹਾਂ ਕਿ ਦੁੱਧ ਵੇਚਣ ਵਾਲੇ ਦੁੱਧ ਹੀ ਸਾਰਿਆਂ ਦੇ ਸਾਹਮਣੇ ਆਪਣੇ ਡਰੰਮਾਂ ਵਿੱਚੋਂ ਪਿੰਟੋ ਲਿਆਉਂਦੇ ਦੁੱਧ 'ਚ ਸਪਰੇਟਾ ਅਤੇ ਪਾਣੀ ਮਿਲਾਉਂਦੇ ਹਨ। ਕੋਈ ਸ਼ਰਮ ਨਹੀਂ ਕਰਦੇ, ਕੋਈ ਹਿਆ ਨਹੀਂ, ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਕੋਈ ਵੇਖਦਾ ਹੋਵੇਗਾ। ਉਸੇ ਦੁੱਧ 'ਚੋਂ ਛੋਟੀਆਂ 2-4 ਡਰੰਮੀਆਂ ਵਿੱਚ ਦੁੱਧ 2-2, 4-4 ਕਿਲੋ ਪਾ ਲੈਂਦੇ ਨੇ। ਇਹ ਉਹ ਕੇਨੀਆਂ ਹਨ ਜਿਨ੍ਹਾਂ ਵਿੱਚ ਘਰੇ ਦੁੱਧ ਦੇਣ ਲੱਗਿਆਂ ਕਹਿੰਦੇ ਨੇ ਕਿ ਜੀ ਤੁਹਾਡੇ ਵਾਸਤੇ ਜੁਦਾ ਖਾਸ ਦੁੱਧ ਲਿਆਂਦਾ। ਅਸਲ ਵਿੱਚ ਵੱਡੇ ਡਰੰਮ 'ਚੋਂ ਸਾਰਾ ਦੁੱਧ ਇਹਨਾਂ ਕੇਨੀਆਂ 'ਚ ਪਾ ਪਾ ਕੇ ਇਹੋ ਕਹਿ ਕੇ ਵੇਚਦੇ ਨੇ ਹਰੇਕ ਨੂੰ ਕਿ ਤੁਹਾਡੇ ਲਈ ਜੁਦਾ ਲਿਆਂਦਾ। ਉਹਨਾਂ ਦਿਨਾਂ ਵਿੱਚ ਲੋਕ ਦੁੱਧ ਘੱਟ ਵੇਚਦੇ ਸੀ, ਦੁੱਧ ਹੀ ਵੀ ਇੱਕ ਅੱਧਾ ਡਰੰਮ ਲੈ ਕੇ ਆਉਂਦੇ ਸਨ ਅਤੇ ਮਿਲਾਵਟ ਘੱਟ ਕਰਦੇ ਸਨ। ਹਲਵਾਈ ਆਪ ਮਿਲਾਵਟ ਜ਼ਿਆਦਾ ਕਰਦੇ ਸਨ, ਪਰ ਫਿਰ ਵੀ ਅੱਜ ਨਾਲੋਂ ਤਾਂ ਮਿਲਾਵਟ ਤੀਜਾ ਹਿੱਸਾ ਵੀ ਨਹੀਂ ਹੋਣੀ।
ਹੁਣ ਤਾਂ ਮੋਟਰਸਾਈਕਲਾਂ ਜੀਪਾਂ ਤੇ ਦੁੱਧ ਲਿਆਉਂਦੇ ਨੇ, ਦੁੱਧ ਜਿਸ ਵਿੱਚ ਤੀਜਾ ਹਿੱਸਾ ਪਾਣੀ ਦਾ ਜ਼ਰੂਰ ਹੁੰਦਾ ਹੈ। ਫਿਰ ਇਹਨਾਂ ਦੀ ਸਫਾਈ ਬਹੁਤ ਮਾੜੀ ਹੁੰਦੀ ਹੈ। ਮੈਂ ਦੋਧੀ ਦੇ ਤੋਂ ਹੁਣ ਵੀ ਘਰ ਦੁੱਧ ਲੈਣ ਦੇ ਹੱਕ 'ਚ ਨਹੀਂ ਹਾਂ, ਇਹ ਬਹੁਤ ਗੰਦੇ ਹੁੰਦੇ ਨੇ। ਇੱਕ ਦਿਨ ਮੈਂ ਆਪਣੀ ਅੱਖੀ ਵੇਖਿਆ ਇੱਕ ਦੋਧੀ ਦਾ ਸਾਈਕਲ ਉਲਟ ਗਿਆ ਅਤੇ ਉਹਦਾ ਡਰੰਮ ਪੱਕੀ ਸੜਕ 'ਤੇ ਡੁੱਲ ਗਿਆ, ਦੁੱਧ ਦਾ ਛੱਪੜ ਲੱਗ ਗਿਆ। ਉਹਨੇ ਫਟਾਫਟ ਆਪਣਾ ਆਪਣੇ ਲੱਕ ਬੰਨਾ ਚਾਦਰਾ ਲਾਇਆ ਅਤੇ ਦੁੱਧ ਉਸ ਵਿੱਚ ਜੀਰ ਜੀਰ ਕੇ ਡਰੰਮ ਵਿੱਚ ਨਿਚੋੜ ਦਿੱਤਾ। ਉਹਨੇ ਸਾਰੇ ਦਾ ਸਾਰਾ ਡੁੱਲਿਆ ਦੁੱਧ ਇਸੇ ਤਰ੍ਹਾਂ ਇਕੱਠਾ ਕਰਕੇ ਡਰੰਮ 'ਚ ਫੇਰ ਪਾ ਲਿਆ ਅਤੇ ਆਪਣੇ ਰਸਤੇ ਚੱਲ ਪਿਆ ਦੁੱਧ ਘਰੀਂ ਦੇਣ ਲਈ। ਉਹ ਦਿਨ ਗਿਆ, ਮੈਂ ਕਦੀ ਦੋਧੀ ਤੋਂ ਦੁੱਧ ਨਹੀਂ ਖਰੀਦਿਆ। ਕਾਲਜ ਵਿੱਚ ਵੀ ਇੱਕ ਵਾਰੀ ਦੁੱਧ ਪੀਣਾ ਛੱਡ ਦਿੱਤਾ, 2 ਸਾਲ ਦੁੱਧ ਉੱਕਾ ਹੀ ਨਹੀਂ ਪੀਤਾ। ਕਾਲਜ ਦੇ ਤੀਸਰੇ ਸਾਲ 'ਚ ਸਾਨੂੰ ਇੱਕ ਡੇਅਰੀ ਦਾ ਵਿਸ਼ਾ ਪੜ੍ਹਾਇਆ ਗਿਆ। ਦੁੱਧ ਬਾਰੇ ਪੜ੍ਹਾਉਂਦਿਆਂ ਸਾਨੂੰ ਦੱਸਿਆ ਗਿਆ ਕਿ ਦੁੱਧ ਜੇ ਆਦਮੀ ਨੂੰ ਚੰਗਾ ਲੱਗਦਾ ਹੈ ਤਾਂ ਕੀਟਾਣੂਆਂ ਕੀੜਿਆਂ ਮਕੌੜਿਆਂ ਨੂੰ ਵੀ ਓਨਾ ਹੀ ਚੰਗਾ ਲੱਗਦਾ ਹੈ। ਇੱਕ ਇੱਕ ਤੁਪ ਕੇ ਦੁੱਧ ਵਿੱਚ ਜੇ ਸਫਾਈ ਨਾ ਰੱਖੀ ਜਾਏ ਤਾਂ ਲੱਖਾਂ ਦੀ ਗਿਣਤੀ ਤੱਕ ਕੀਟਾਣੂ ਹੋ ਸਕਦੇ ਨੇ ਜੋ ਆਦਮੀ ਦੀ ਬਿਮਾਰੀ ਦਾ ਕਾਰਨ ਹੋ ਸਕਦੇ ਨੇ। ਦੁੱਧ ਹਰ ਸਟੇਜ 'ਤੇ ਬਿਮਾਰੀ ਦੇ ਕੀਟਾਣੂ ਖਿੱਚ ਸਕਦਾ ਹੈ। ਦੁੱਧ ਚੋਣ ਵਾਲੇ ਦੀ ਗੰਦਗੀ ਅਤੇ ਬਿਮਾਰੀ ਤੋਂ ਲੈ ਕੇ ਜੋ ਵੀ ਇਸ ਦੁੱਧ ਨੂੰ ਹੱਥ ਲਾਉਂਦਾ ਉਹਦੀ ਗੰਦਗੀ ਅਤੇ ਬਿਮਾਰੀ ਦੁੱਧ ਪੀਣ ਵਾਲੇ ਨੂੰ ਲੱਗ ਸਕਦੀ ਹੈ। ਪਸ਼ੂ ਦੀ ਆਪਣੀ ਬਿਮਾਰੀ ਅਤੇ ਗੰਦਗੀ ਵੀ ਦੁੱਧ ਨਾਲ ਆ ਸਕਦੀ ਹੈ। ਜੇ ਦੁੱਧ ਨੂੰ ਉਬਾਲਿਆ ਅਤੇ ਕੀਟ ਰਹਿਤ ਨਾ ਕੀਤਾ ਜਾਏ ਤਾਂ ਦੁੱਧ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ। ਔਰਤਾਂ ਨੂੰ ਤਾਂ ਪਸ਼ੂਆਂ ਦੀਆਂ ਪ੍ਰਸੂਤਕ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਬਿਮਾਰ ਪਸ਼ੂ ਦਾ ਦੁੱਧ ਪੀਣ ਨਾਲ। ਇੱਕ ਮੱਖੀ ਲੱਖਾਂ ਕੀਟਾਣੂ ਚੁੱਕੀ ਫਿਰਦੀ ਹੈ, ਜੇ ਦੁੱਧ ਉੱਤੇ ਬੈਠ ਜਾਏ ਤਾਂ ਸਮਝੋ ਬਿਮਾਰੀ ਦਾ ਟੀਕਾ ਹੀ ਲਗਾ ਦਿੰਦੀ ਹੈ। ਜਾਲੀ ਵਿੱਚੋਂ ਵੀ ਮੱਖੀ ਆਪਣਾ ਵਿਸ਼ਟਾ 2 ਫੁੱਟ ਤੱਕ ਗੋਲੀ ਵਾਂਗ ਜ਼ੋਰ ਨਾਲ ਸੁੱਟ ਸਕਦੀ ਹੈ। ਇਸ ਕਰਕੇ ਜੇ ਦੁੱਧ ਨੂੰ ਜਾਲੀ ਨਾਲ ਵੀ ਢੱਕ ਦੇਈਏ ਅਤੇ ਮੱਖੀ ਦੀ ਪਰਵਾਹ ਨਾ ਕਰੀਏ ਤਾਂ ਮੱਖੀ ਫਿਰ ਵੀ ਆਪਣਾ ਵਿਸ਼ਟਾ ਦੁੱਧ ਜਾਂ ਕਿਸੇ ਵੀ ਖਾਣ ਵਾਲੀ ਚੀਜ਼ 'ਚ ਸੁੱਟ ਸਕਦੀ ਹੈ। ਇਹ ਸਾਰਾ ਕੁਝ ਪੜ੍ਹ ਕੇ ਅਤੇ ਸਮਝ ਕੇ ਮੈਨੂੰ ਇੰਝ ਲੱਗਣ ਲੱਗ ਪਿਆ ਜਿਵੇਂ ਦੁੱਧ ਦਾ ਹਰ ਕਤਰਾ ਬਿਮਾਰੀ ਅਤੇ ਗੰਦਗੀ ਦਾ ਟੀਕਾ ਹੋਵੇ। ਇਸ ਦਿਮਾਗੀ ਅਸਰ ਹੇਠ ਮੈਂ ਦੁੱਧ ਉੱਕਾ ਹੀ ਪੀਣਾ ਛੱਡ ਦਿੱਤਾ। ਹੌਲੀ ਹੌਲੀ 2 ਸਾਲਾਂ ਵਿੱਚ ਇਹ ਅਸਰ ਕੁਝ ਖੁੰਡਾ ਪਿਆ ਅਤੇ ਮਹਿਸੂਸ ਕੀਤਾ ਕਿ ਜੇ ਇਸ ਪੜ੍ਹਾਈ ਵੱਲ ਜਾਈਏ ਤਾਂ ਕੋਈ ਵੀ ਚੰਗੀ ਖਾਣ ਵਾਲੀ ਚੀਜ਼ ਖਾਧੀ ਨਹੀਂ ਜਾ ਸਕਦੀ। ਹੌਲੀ ਹੌਲੀ ਮੈਂ ਮੁੜ ਦੁੱਧ ਪੀਣਾ ਸ਼ੁਰੂ ਕੀਤਾ ਪਰ ਕੱਚਾ ਦੁੱਧ ਮੁੜ ਮੂੰਹ ਨਹੀਂ ਲਾਇਆ। ਇਹ ਬਚਪਨ ਅਤੇ ਜਵਾਨੀ ਵੇਲੇ ਦੀਆਂ ਘਿਓ ਖਾਣ ਦੀਆਂ ਆਦਤਾਂ ਅਤੇ ਕਾਲਜ ਵਿੱਚ ਬੇਟੋਕ ਘਿਓ ਖਾਣਾ ਜੋ ਕਾਫੀ ਸਾਰਾ ਪੋਡੇ ਮੁੰਡਿਆਂ ਦਾ ਚੋਰੀ ਕੀਤਾ ਹੁੰਦਾ ਸੀ, ਬਾਅਦ ਵਿੱਚ ਵੀ ਕਾਫੀ ਹੱਦ ਤੱਕ ਜਾਰੀ ਰਿਹਾ। 1987 ਤੱਕ ਸਾਡੇ ਘਰ ਵਿੱਚ ਘਿਓ ਸ਼ੱਕਰ ਹਮੇਸ਼ਾ ਖਾਣ ਵਾਲੇ ਟੇਬਲ ਉੱਤੇ ਰਹਿੰਦੇ ਸਨ। ਸਵੇਰ ਦਾ ਨਾਸ਼ਤਾ ਆਮ ਤੌਰ 'ਤੇ ਪਰਾਂਠੇ ਅਤੇ ਮੱਖਣ ਨਾਲ ਹੁੰਦਾ ਸੀ। ਦਹੀਂ ਹੋਵੇ ਨਾ ਹੋਵੇ ਮੱਖਣ ਹੋਣਾ ਜ਼ਰੂਰੀ ਸੀ। ਸਬਜ਼ੀ ਭਾਜੀ ਤਾਂ ਡਾਲਡੇ 'ਚ ਬਣਦੀ ਸੀ ਪਰ ਖਾਣ ਤੋਂ ਪਹਿਲਾਂ ਕਾਫੀ ਸਾਰਾ ਦੇਸੀ ਘਿਓ ਪਾ ਕੇ ਹੀ ਰੋਟੀ ਖਾਈਦੀ ਸੀ। 2 ਵੇਲੇ ਚਾਹੇ ਕੁਝ ਵੀ ਬਣਿਆ ਹੋਵੇ ਭਾਵੇਂ ਮਿੱਠੀ ਚੀਜ਼ ਵੀ ਹੋਵੇ ਇੱਕ ਰੋਟੀ ਸ਼ੱਕਰ ਘਿਓ ਨਾਲ ਜ਼ਰੂਰ ਖਾਧੀ ਜਾਂਦੀ ਸੀ। ਰਾਤ ਨੂੰ ਸੌਣ ਵੇਲੇ 1 ਗਲਾਸ ਦੁੱਧ ਵੀ ਪੀਦਾ ਸੀ। ਇਹ ਖੁਰਾਕ ਬਹੁਤ ਖਤਰਨਾਕ ਹੈ। ਸਾਫ਼ ਕੀਤੇ ਤੇਲ ਰਿਫਾਈਨਡ ਆਇਲ ਦੀ ਬਜਾਏ ਡਾਲਡਾ ਜਾਂ ਕੋਈ ਹੋਰ ਬਨਸਪਤੀ ਘਿਓ ਦਾਲ ਸਬਜ਼ੀ ਬਣਾਉਣ ਲਈ ਵਰਤਣਾ ਇੱਕ ਮੂਰਖਤਾ ਹੈ। ਬਨਸਪਤੀ ਘਿਓ 100% ਸੈਚੂਰੇਟਿਡ ਚਰਬੀ ਹੈ। ਇਹਦੀ ਲਗਾਤਾਰ ਵਰਤੋਂ ਖੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ ਜਮਾ ਦਿੰਦੀ ਹੈ ਜਿਸ ਨਾਲ ਨਾੜੀਆਂ ਭੀੜੀਆਂ ਅਤੇ ਸਖਤ ਹੋ ਜਾਂਦੀਆਂ ਹਨ। ਬਹੁਤ ਵਾਰ ਇਹ ਲਹੂ ਦਾ ਦਾਣਾ ਕਲੋਟ ਫਸ ਜਾਣ ਦਾ ਕਾਰਨ ਹੋ ਜਾਂਦੀਆਂ ਹਨ ਅਤੇ ਆਦਮੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਜੇ ਬਨਸਪਤੀ ਦੀ ਬਣੀ ਹੋਈ ਸਬਜ਼ੀ ਭਾਜੀ ਵਿੱਚ ਦੇਸੀ ਘਿਓ ਖੁੱਲ੍ਹਾ ਪਾ ਕੇ ਖਾਓ ਤਾਂ ਸਮਝੋ ਹੋਰ ਵੀ ਚੂਨਾ ਲੱਗ ਗਿਆ। ਦੇਸੀ ਘਿਓ 'ਚ 95% ਤੋਂ ਵੀ ਵੱਧ ਸੈਚੂਰੇਟਿਡ ਚਰਬੀ ਹੁੰਦੀ ਹੈ। ਇਸ ਨਾਲ ਕੋਲੈਸਟ੍ਰੋਲ ਦਾ ਵੀ ਭੰਡਾਰ ਹੁੰਦਾ ਜੋ ਲਹੂ ਨੂੰ ਸੰਘਣਿਆ ਕਰਦਾ ਹੈ। ਨਾੜੀਆਂ ਤੰਗ ਅਤੇ ਸਖਤ ਹੋਈਆਂ ਹੋਣ, ਲਹੂ ਸੰਘਣਾ ਹੋਇਆ ਹੋਵੇ ਤਾਂ ਸਮਝੋ ਆਦਮੀ ਰੋਜ਼ ਦਿਲ ਦੇ ਦੌਰੇ ਨੂੰ ਆਪ ਆਵਾਜ਼ਾਂ ਮਾਰਦਾ। ਜੇ ਇਸ ਨਾਲ ਬੈਠਾ ਵੀ ਕੁਰਸੀ 'ਤੇ ਹੀ ਰਹੇ ਅਤੇ ਹੱਥ ਪੈਰ ਨਾ ਹਿਲਾਵੇ ਤਾਂ ਬਸ ਫਿਰ ਕੀ ਕਹਿਣਾ। ਸ਼ੱਕਰ ਘਿਓ ਦਾ ਮਿਸ਼ਰਣ ਰਹਿੰਦੀ ਖੁੰਹਦੀ ਕਸਰ ਪੂਰੀ ਕਰ ਦਿੰਦਾ ਹੈ। ਇਸ ਪੱਖੋਂ ਮੈਨੂੰ ਇੱਕ ਗੱਲ ਯਾਦ ਆ ਗਈ ਜੋ ਮੈਨੂੰ ਈਰਾਨ 'ਚ ਮੇਰੇ ਇੱਕ ਬਹੁਤ ਹੀ ਸੂਝਵਾਨ ਸਿਆਣੇ ਮੁਸਲਮਾਨ ਡਰਾਈਵਰ ਨੇ ਸੁਣਾਈ। ਇੱਕ ਆਦਮੀ ਮਰਨ ਉਪਰੰਤ ਜਦ ਰੱਬ ਦੇ ਸਾਹਮਣੇ ਪੇਸ਼ ਹੋਇਆ ਅਤੇ ਪੁੱਛਿਆ ਕਿ ਤੂੰ ਕੀ ਖਾਧਾ ਸੀ ਕਿ ਤੇਰੀ ਮੌਤ ਹੋ ਗਈ ਤਾਂ ਉਸ ਆਦਮੀ ਨੇ ਜਵਾਬ ਦਿੱਤਾ ਕਿ ਜੀ ਸ਼ਹਿਦ ਅਤੇ ਘਿਓ। ਰੱਬ ਨੇ ਕਿਹਾ ਉਹ ਮੂਰਖਾ ਤੈਨੂੰ ਇੰਨਾ ਵੀ ਪਤਾ ਨਹੀਂ ਕਿ ਘਿਓ ਅਤੇ ਮਿੱਠੇ ਦਾ ਮੇਲ ਨਹੀਂ, ਇਹ ਤੂੰ ਕਿਉਂ ਖਾਧਾ? ਉਸ ਆਦਮੀ ਨੇ ਜਵਾਬ ਦਿੱਤਾ ਰੱਬ ਜੀ ਤੁਸੀਂ ਵੀ ਬੜੀਆਂ ਅਜੀਬ ਗੱਲਾਂ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਮੇਲ ਨਹੀਂ, ਇਹਨਾਂ ਦੋਹਾਂ ਮਿਲ ਕੇ ਤਾਂ ਮੈਨੂੰ ਲੈ ਲਿਆ। ਇਹ ਕਾਲਜ ਜਵਾਨੀ ਅਤੇ ਬਚਪਨ ਦੀਆਂ ਘਿਓ ਦੁੱਧ ਅਤੇ ਘਿਓ ਸ਼ੱਕਰ ਬਹੁਤਾ ਖਾਣ ਦੀਆਂ ਆਦਤਾਂ ਮੈਨੂੰ ਬਹੁਤ ਮਹਿੰਗੀਆਂ ਪਈਆਂ। ਪਹਿਲਾਂ ਤਾਂ ਨੌਕਰੀ ਦੌਰਾਨ ਕਾਫੀ ਫਿਰਨ ਤੁਰਨ ਸੀ। ਜਦ ਮੈਂ ਦਿੱਲੀ ਐਗਰੀਕਲਚਰਲ ਕੋਸਟਸ ਐਂਡ
ਪ੍ਰਾਈਸਿਸ ਕਮਿਸ਼ਨ ਦਾ ਚੇਅਰਮੈਨ ਲੱਗਾ ਤਾਂ 9:30 ਸਵੇਰ ਤੋਂ 6 ਸ਼ਾਮ ਤੱਕ ਬੈਠੇ ਲਿਖਣ ਅਤੇ ਗੱਲਬਾਤ ਕਰਨ ਦਾ ਹੀ ਕੰਮ ਸੀ ਬਹੁਤਾ। ਖਾਣ ਪੀਣ ਦੀ ਆਦਤ ਉਹੀ ਰਹੀ ਪਰ ਫਿਰਨਾ ਤੁਰਨਾ ਬਿਲਕੁਲ ਹੀ ਘੱਟ ਗਿਆ। ਨਤੀਜੇ ਵਜੋਂ ਜੂਨ 87 ਦੇ ਅਖੀਰ 'ਚ ਮੈਨੂੰ ਕਾਫੀ ਸਖਤ ਦਿਲ ਦਾ ਦੌਰਾ ਪੈ ਗਿਆ ਜਿਸ ਵਿੱਚੋਂ ਮਸਾਂ ਬਚ ਕੇ ਨਿਕਲਿਆ। ਮੈਂ ਆਪਣੇ ਤਜਰਬੇ ਅਤੇ ਅਨੁਭਵ ਤੋਂ ਕਹਿ ਸਕਦਾ ਕਿ ਘਿਓ, ਖਾਸ ਕਰਕੇ ਦੇਸੀ ਘਿਓ ਅਤੇ ਬਨਸਪਤੀ ਘਿਓ ਦੀ ਵਰਤੋਂ ਘਰਾਂ 'ਚ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਜਿੱਥੇ ਘਰ ਦੇ ਮੈਂਬਰ ਕੋਈ ਸਖਤ ਜਿਸਮਾਨੀ ਕੰਮ ਨਾ ਕਰਦੇ ਹੋਣ। ਜੇ ਨਾ ਹੀ ਸਰੇ ਤਾਂ ਇਹ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਇਹ ਵਸਤੂਆਂ ਅੱਜ ਖਾ ਕੇ ਕੱਲ੍ਹ ਅਸਰ ਨਹੀਂ ਕਰਦੀਆਂ, ਇਹ ਸਾਲਾਂ ਬੱਧਾ ਮਸਲਾ ਹੈ। 10-12 ਸਾਲ ਦੇ ਬੱਚੇ ਤੋਂ ਹੀ ਇਹਨਾਂ ਦਾ ਹਾਨੀਕਾਰਕ ਅਸਰ ਸ਼ੁਰੂ ਹੋ ਜਾਂਦਾ ਹੈ ਅਤੇ 40 ਦੇ ਨੇੜੇ ਜਾ ਕੇ ਅਸਰ ਪੂਰਾ ਹੋ ਜਾਂਦਾ ਹੈ। ਜੇ ਜਿਸਮਾਨੀ ਵਰਜਿਸ਼ ਨਾ ਹੋਵੇ ਅਤੇ ਕੰਮ ਬੈਠਣ ਵਾਲਾ ਜਾਂ ਫਿਕਰ ਤਣਾਓ ਵਾਲਾ ਹੋਵੇ ਤਾਂ 40 ਸਾਲ ਦੇ ਨੇੜੇ ਬੁਰਾ ਅਸਰ ਜ਼ਾਹਿਰ ਹੋ ਕੇ ਦਿਲ ਦਾ ਦੌਰਾ ਪੈ ਸਕਦਾ ਹੈ। ਜਿੰਨੀ ਛੋਟੀ ਉਮਰ ਵਿੱਚ ਇਹ ਦੌਰਾ ਪਵੇ ਓਨਾ ਹੀ ਖਤਰਨਾਕ ਹੁੰਦਾ ਹੈ। ਇਸ ਕਰਕੇ ਮੇਰੇ ਵਿਚਾਰ ਵਿੱਚ ਬਚਪਨ ਤੋਂ ਹੀ ਘਿਓ ਖਾਣ ਦੀ ਆਦਤ ਬੱਚੇ ਦੀ ਹਟਾ ਦੇਣੀ ਚਾਹੀਦੀ ਹੈ ਅਤੇ ਸੈਰ ਕਰਨ ਦੀ ਅਤੇ ਦੌੜਨ ਭੱਜਣ ਦੀ ਆਦਤ ਪਾਉਣੀ ਚਾਹੀਦੀ ਹੈ। ਕਾਲਜ ਵਿੱਚ ਪੜ੍ਹਨ ਦਾ ਮੌਕਾ ਮੈਨੂੰ ਸਿਰਫ 4 ਹੀ ਮਿਲਿਆ, ਉਹ ਵੀ ਇਸ ਕਰਕੇ ਕਿ ਇੱਕ ਤਾਂ ਮੈਨੂੰ ਮੈਰਿਟ ਦਾ ਵਜ਼ੀਫਾ ਮਿਲ ਗਿਆ ਅਤੇ ਦੂਜਾ ਸਰਕਾਰ ਨੇ ਪੜ੍ਹਾਈ ਵਾਸਤੇ ਕਰਜ਼ਾ ਦੇ ਦਿੱਤਾ ਜੋ ਬਾਅਦ 'ਚ ਮਾਫ਼ ਹੋ ਗਿਆ। ਨਿੱਜੀ ਤੌਰ 'ਤੇ ਆਜ਼ਾਦੀ ਦਾ ਇਹ ਫਾਇਦਾ ਸੀ ਕਿ ਆਪਣੀ ਸਰਕਾਰ ਨੇ ਬੇਘਰ ਹੋਏ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਮਦਦ ਕੀਤੀ ਇਸ ਤਰ੍ਹਾਂ ਕਰਜ਼ੇ ਦੇ ਕੇ, ਨਹੀਂ ਤਾਂ ਗੁਲਾਮ ਮੁਲਕ ਵਿੱਚ ਸ਼ਾਇਦ ਇਹ ਸਹੂਲਤਾਂ ਨਾ ਮਿਲਦੀਆਂ ਅਤੇ ਮੈਂ ਜਾਂ ਮੇਰੇ ਵਰਗੇ ਕਦੀ ਉਚੇਰੀ ਸਿੱਖਿਆ ਪ੍ਰਾਪਤ ਨਾ ਕਰ ਸਕਦੇ। ਮੈਂ ਸੋਚਦਾ ਕਿ ਪਛੜੀਆਂ ਸ਼੍ਰੇਣੀਆਂ ਜਾਂ ਹਰੀਜਨਾਂ ਵਾਸਤੇ ਸਾਡੀ ਸਰਕਾਰ ਇਹੋ ਜਿਹਾ ਕੰਮ ਕਿਉਂ ਨਹੀਂ ਕਰਦੀ। ਹਰ ਹਰੀਜਨ ਜਾਂ ਸੂਚੀ ਦਰਜ ਅਤੇ ਸਮਾਜਿਕ ਜਾਂ ਆਰਥਿਕ ਪੱਖੋਂ ਪਛੜੀਆਂ ਸ਼੍ਰੇਣੀਆਂ ਦੇ ਬੱਚੇ ਨੂੰ ਕਰਜ਼ੇ, ਵਜ਼ੀਫੇ ਅਤੇ ਸਟਾਈਪੈਂਡ ਦੇ ਕੇ ਪੜ੍ਹਾਇਆ ਜਾ ਸਕਦਾ ਹੈ। ਹਰ ਬੱਚਾ ਆਪਣੀ ਦਿਮਾਗੀ ਸਮਰੱਥਾ ਦੇ ਮੁਤਾਬਕ ਅਗਰ ਪੜ੍ਹਨ ਯੋਗ ਕਰ ਦਿੱਤਾ ਜਾਏ, ਭਾਵੇਂ ਖੁੱਲ੍ਹੇ ਕਰਜ਼ੇ ਜਾਂ ਸਟਾਈਪੈਂਡ ਦੇ ਕੇ ਹੀ ਕਰ ਦਿੱਤਾ ਜਾਏ, ਅਤੇ ਨੌਕਰੀ ਜਾਂ ਕਿਸੇ ਕਿੱਤੇ ਵਿੱਚ ਪਹਿਲੀ ਪੌੜੀ 'ਤੇ ਕੁਝ ਛੋਟ ਰਾਖਵਾਂ ਕਰਨ ਜਾਂ ਮਦਦ ਕੀਤੀ ਜਾਏ ਅਤੇ ਉਸ ਤੋਂ ਅੱਗੇ ਉਹ ਆਪ ਆਪਣੀ ਬੁੱਧੀ ਸਮਰੱਥਾ ਅਤੇ ਮਿਹਨਤ 'ਤੇ ਪ੍ਰਗਤੀ ਜਾਂ ਤਰੱਕੀ ਕਰੇ ਤਾਂ 2 ਦਹਾਕਿਆਂ ਵਿੱਚ ਹੀ ਇਹ ਜਾਤ ਪਾਤ ਅਤੇ ਪਛੜਾਪਣ ਦੂਰ ਹੋ ਸਕਦਾ ਹੈ। ਅੱਧਾ ਕਰਜ਼ਾ ਜਾਂ ਸਟਾਈਪੈਂਡ ਮਾਫ਼ ਕਰ ਦਿੱਤਾ ਜਾਏ ਅਤੇ ਬਾਕੀ ਦਾ 15-20 ਸਾਲਾਂ 'ਚ ਵਾਪਸ ਲਿਆ ਜਾਏ ਤਾਂ ਹਰ ਬੱਚਾ ਆਸਾਨੀ ਨਾਲ ਪੜ੍ਹ ਸਕਦਾ ਹੈ ਅਤੇ ਸਰਕਾਰ ਉੱਤੇ ਵੀ ਬਹੁਤਾ ਭਾਰ ਨਹੀਂ ਪੈਂਦਾ। ਅੱਜ ਦੇ ਜਾਤ ਪਾਤ ਦੇ ਝਗੜੇ, ਰਾਖਵਾਂ ਕਰਨ ਦੇ ਮੁਜ਼ਾਹਰੇ ਅਤੇ ਵਿਵਾਦ ਖਤਮ ਹੋ ਸਕਦੇ ਹਨ, ਪਰ ਸਵਾਲ ਤਾਂ ਇਹ ਹੈ ਕਿ ਜੋ ਲੋਕ ਇਹਨਾਂ ਗਰੀਬਾਂ ਅਤੇ ਪਛੜੇ ਹੋਏ ਲੋਕਾਂ ਦੇ ਨਾਂ 'ਤੇ ਅਮੀਰ ਹੋ ਕੇ ਵੀ ਲੁੱਟ ਮਚਾਈ ਜਾ ਰਹੇ ਹਨ ਅਤੇ ਜੋ ਸਾਰੇ ਝਗੜਿਆਂ ਦੀ ਜੜ੍ਹ ਹਨ, ਕੀ ਉਹ ਇਹ ਕੰਮ ਹੋਣ ਦੇਣਗੇ? ਆਪਣੇ ਹੱਥੋਂ ਟੁਕੜੇ ਛੱਡ ਕੇ ਲੋਕ ਭੁੱਖੇ ਮੂੰਹਾਂ ਵਿੱਚ ਰੋਟੀ ਪਾਉਣ ਨੂੰ ਕਦੀ ਤਿਆਰ ਨਹੀਂ। ਇਸੇ ਕਰਕੇ ਬਹੁਤ ਸਾਰੇ ਗਰੀਬ ਬੱਚਿਆਂ ਦਾ ਹੱਕ ਮਾਰਿਆ ਜਾ ਰਿਹਾ ਹੈ। ਜਦ 1952 ਤੋਂ ਅੱਗੇ ਉਚੇਰੀ ਪੜ੍ਹਾਈ ਲਈ ਕੋਈ ਸਟਾਈਪੈਂਡ ਜਾਂ ਕਰਜ਼ੇ ਦੀ ਵਿਵਸਥਾ ਨਾ ਰਹੀ ਤਾਂ ਮੈਂ BSC ਕਰਕੇ ਕਾਲਜ ਛੱਡ ਦਿੱਤਾ ਅਤੇ ਮੇਰੇ ਵਾਸਤੇ ਮੁਮਕਿਨ ਹੀ ਨਹੀਂ ਸੀ ਕਿ ਬਿਨਾਂ ਕਿਸੇ ਕਰਜ਼ੇ ਜਾਂ ਮਦਦ ਤੋਂ ਮੈਂ ਜਾਂ ਮੇਰੇ ਮਾਂ ਪਿਓ ਅਗਲੇਰੀ ਪੜ੍ਹਾਈ ਦਾ ਖਰਚ ਚੱਲ ਸਕਦੇ।